に外れ。ジャッジダミちゃん。ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਮੈਂ ਹਰਮਨ ਥਿੰਦ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹੋ ਗਈ ਹਾਂ ਤੇ ਹਰ ਰੋਜ਼ ਮੇਰੇ ਨਾਲ ਹੁੰਦੇ ਨੇ ਸਵਰਨ ਸਿੰਘ ਟਹਿਣਾ, ਪਰ ਅੱਜ ਉਹ ਮੇਰੇ ਨਾਲ ਨਹੀਂ ਹੈਗੇ. ਅੱਜ ਦਾ ਪ੍ਰੋਗਰਾਮ ਬਹੁਤ ਖਾਸ ਪ੍ਰੋਗਰਾਮ ਹੈ ਕਿਉਂਕਿ ਅੱਜ ਚੱਜ ਦੇ ਵਿਚਾਰ ਦੀਆਂ 500 ਕਿਸ਼ਤਾਂ ਪੂਰੀਆਂ ਹੋ ਗਈਆਂ ਨੇ. ਸੋ ਇਸੇ ਤਹਿਤ ਅਸੀਂ ਟਹਿਣਾ ਸਰ ਦੇ ਨਾਲ ਇਹ ਗੱਲਬਾਤ ਕੀਤੀ ਸੀ ਕਿ ਅਸੀਂ ਤੁਹਾਡੇ ਪਿੰਡ ਆਵਾਂਗੇ. ਸੋ ਅਸੀਂ ਇਸੇ ਲਈ ਪਹੁੰਚ ਗਏ ਹਾਂ ਪਿੰਡ ਟਹਿਣਾ ਦੇ ਵਿੱਚ, ਤੇ ਇਸ ਵੇਲੇ ਮੈਂ ਖੜੀ ਹਾਂ ਪਿੰਡ ਟਹਿਣਾ ਦੇ ਬੱਸ ਅੱਡੇ ਦੇ ਵਿੱਚ. ਸੋ ਆਓ ਵੇਖਦੇ ਹਾਂ ਕਿ ਟਹਿਣਾ ਸਰ ਨੇ ਕੀ ਕੀ ਤਿਆਰੀਆਂ ਕੀਤੀਆਂ ਹੋਈਆਂ ਨੇ, ਕਿਹਨਾਂ ਕਿਹਨਾਂ ਨਾਲ ਉਹ ਸਾਨੂੰ ਮਿਲਾਉਂਦੇ ਨੇ, ਤੇ ਕਿਹਨਾਂ ਕਿਹਨਾਂ ਨਾਲ ਗੱਲਬਾਤ ਹੁੰਦੀ ਹੈ. ਜਾਣਾਂਗੇ ਉਹਨਾਂ ਦੇ ਜੀਵਨ ਦੇ ਬਾਰੇ 'ਚ ਕਿ ਕਿੱਦਾਂ ਦਾ ਰਿਹਾ ਉਹਨਾਂ ਦਾ ਸੰਘਰਸ਼, ਕਿਵੇਂ ਪਹੁੰਚੇ ਨੇ ਉਹ ਇੱਥੋਂ ਤੱਕ ਪਿੰਡ ਟਹਿਣਾ ਦੀਆਂ ਗਲੀਆਂ 'ਚ ਘੁੰਮ ਘੁੰਮ ਕੇ. ਆਓ ਚੱਲੀਏ. ਸਤਿ ਸ਼੍ਰੀ ਅਕਾਲ ਜੀ. ਤੁਸੀਂ ਪਹਿਲਾਂ ਤਾਂ ਆਪਣਾ ਨਾਮ ਮੈਨੂੰ ਦੱਸ ਦਿਓ. ਮੇਰਾ ਨਾਮ ਪਰਮਜੀਤ ਕੌਰ ਧੀਮਾਨਸਾ. ਤੇ ਤੁਸੀਂ ਇਸ ਸਕੂਲ ਦੇ ਵਿੱਚ ਅਧਿਆਪਕ ਦੇ ਤੌਰ ਤੇ? ਹਾਂਜੀ, ਮੈਂ ਪ੍ਰਾਇਮਰੀ ਸਕੂਲ ਟਹਿਣਾ ਦੇ ਵਿੱਚ ਜੌਬ ਕਰਦੀ ਹਾਂ. ਅੱਛਾ ਜੀ. ਤੇ ਮੈਂ ਅੱਜ ਇੱਥੇ ਸਰਦਾਰ ਸਵਰਨ ਸਿੰਘ ਟਹਿਣਾ ਹੋਰਾਂ ਨੂੰ ਲੱਭਦੀ ਆਈ ਹਾਂ. ਮੈਨੂੰ ਦੱਸ ਸਕਦੇ ਹੋ ਵੀ ਉਹ ਕਿੱਥੇ ਨੇ? ਅੱਛਾ ਜੀ, ਅੱਜ ਮਸਾਂ ਮਸਾਂ ਸਾਡੇ ਕੋਲ ਆਏ ਆ ਤੇ ਤੁਸੀਂ ਉਹਨਾਂ ਨੂੰ ਹੁਣੇ ਲੱਭਣ ਵੀ ਆ ਗਏ. ਦੇਖੋ, ਮੈਨੂੰ ਇਹ ਪਤਾ ਲੱਗਿਆ ਕਿ ਉਹਨਾਂ ਦਾ ਸਕੂਲ ਹੈ ਇੱਥੇ, ਉਹ ਛੋਟੇ ਹੁੰਦਿਆਂ ਪੜ੍ਹਦੇ ਰਹੇ ਨੇ, ਤੇ ਮੇਰੀ ਇਹ ਦਿੱਲੀ ਇੱਛਾ ਸੀ ਕਿ ਮੈਂ ਉਹਨਾਂ ਦੇ ਸਕੂਲ ਦੇ ਵਿੱਚ ਜਾਵਾਂ ਤੇ ਉਹਨਾਂ ਦੇ ਅਧਿਆਪਕ ਸਹਿਬਾਨਾਂ ਦੇ ਨਾਲ ਗੱਲਬਾਤ, ਉਹਨਾਂ ਦੇ ਸਹਿ ਜਮਾਤੀਆਂ ਦੇ ਨਾਲ ਗੱਲਬਾਤ ਕਰਾਂ. ਸੋ ਇਸੇ ਲਈ ਮੈਂ ਇੱਥੇ ਪਹੁੰਚ ਗਈ ਹਾਂ ਉਹਨਾਂ ਦੇ ਮਗਰ ਮਗਰ ਲੱਭਦੀ ਲਵਾਉਂਦੀ. ਸੋ ਮੈਨੂੰ ਪਲੀਜ਼ ਦੱਸ ਦਿਓ ਕਿ ਉਹ ਕਿੱਥੇ ਨੇ ਇਸ ਵੇਲੇ? ਮੋਸਟ ਵੈਲਕਮ ਜੀ. ਆਓ. ਥੈਂਕ ਯੂ ਜੀ. ਆਪਣੇ ਬੱਚਿਆਂ ਦੇ ਵਿੱਚ ਖੜੇ ਨੇ ਉੱਧਰ. ਠੀਕ ਹੈ ਜੀ, ਮਿਲ ਸਕਦੇ. ਥੈਂਕ ਯੂ ਸੋ ਮਚ ਜੀ. ਸਤਿ ਸ਼੍ਰੀ ਅਕਾਲ. ਬੜਾ ਚੰਗਾ ਲੱਗਾ ਜੀ ਤੁਹਾਡੇ ਵਿੱਚ ਆ ਕੇ. ਭਈ ਇਹ ਤਾਂ ਕਮਾਲ ਹੋਈ ਪਈ ਹੈ. ਮੈਂ ਤੁਹਾਨੂੰ ਕਿੱਥੇ ਕਿੱਥੇ ਲੱਭਦੀ ਆ ਗਈ, ਕਦੀ ਬੱਸ ਅੱਡੇ ਤੇ, ਕਦੀ ਕਿਤੇ, ਕਦੀ ਕਿਤੇ. ਤੁਸੀਂ ਮੈਨੂੰ ਕੱਲੀ ਨੂੰ ਛੱਡ ਕੇ ਤਾਂ ਆਪ ਇੱਥੇ ਹੋ? ਦੇਖੋ, ਮੇਰਾ ਨਾ ਮਨ ਕੀਤਾ ਵੀ ਮੈਂ ਨਾ ਅੱਜ ਆਪਣੇ ਸਕੂਲ ਦੇ ਵਿੱਚ ਜਿੱਥੇ ਮੈਂ 10ਵੀਂ ਤੱਕ ਪੜ੍ਹਿਆ, ਉੱਥੋਂ ਦੇ ਸਾਥੀਆਂ ਦੇ ਨਾਲ, ਜਿਹੜਾ ਨਵਾਂ ਪੂਰਾ ਇਹ ਬੱਚੇ ਆ ਜਿਹੜੇ, ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂ, ਹਾਸਾ ਠੱਠਾ ਕਰਾਂ, ਵੀ ਛੁੱਟੀ ਜਿਹੜੀ ਮੈਂ ਵੀ ਮਨਾਵਾਂ ਅੱਜ. ਅੱਜ? ਅੱਛਾ. ਹਾਂ, ਮੇਰਾ ਮਨ ਇਹ ਕਰਦਾ ਸੀਗਾ ਕਿਉਂਕਿ ਨਾ ਬੰਦਾ ਕਦੇ ਕਦੇ ਆਪਣਾ ਪਿਛਾਂਹ ਨੂੰ ਝਾਤ ਮਾਰਨੀ ਚਾਹੁੰਦਾ, ਮੈਂ ਕਿਹੜੇ ਸਕੂਲ 'ਚ ਪੜ੍ਹਿਆ, ਮੇਰੇ ਸਕੂਲ ਦਾ ਕੀ ਹਾਲ ਆ. ਉਸ ਮਿੱਟੀ ਨੂੰ ਚੁੰਮਣ ਨੂੰ ਜੀ ਕਰਦਾ, ਉਹ ਕਮਰੇ ਦੇਖਣ ਨੂੰ ਜੀ ਕਰਦਾ, ਉਹ ਅਧਿਆਪਕ ਸਹਿਬਾਨ ਨੂੰ ਮਿਲਣ ਨੂੰ ਜੀ ਕਰਦਾ. ਅੱਜ ਮੈਂ ਬਹੁਤ ਸਰਸ਼ਾਰ ਹਾਂ. ਅੱਜ ਮੈਨੂੰ ਇਹ ਲੱਗਦਾ ਵੀ ਬਸ ਇਹਨਾਂ ਦੇ ਵਿੱਚ ਹੀ ਸਾਰਾ ਕੁਛ ਹੈ. ਦਿਲ ਤਾਂ ਹਮੇਸ਼ਾ ਹੀ ਬੱਚਾ ਰਹਿੰਦਾ ਹੈ. ਸਹੀ ਗੱਲ ਹੈ. ਤੇ ਸਾਨੂੰ ਦੱਸੋ ਫਿਰ ਤੁਹਾਡੇ ਸਕੂਲ 'ਚ ਕੀ ਕੀ ਹੈ, ਕਿਹੜੀਆਂ ਕਿਹੜੀਆਂ ਯਾਦਾਂ ਜੁੜੀਆਂ ਹੋਈਆਂ ਨੇ? ਮੈਂ ਜਦੋਂ ਪਿਛਾਂਹ ਨੂੰ ਝਾਤ ਮਾਰਦਾ ਨਾ ਹਰਮਨ, ਤੇ ਬੜਾ ਕੁਛ ਚੇਤੇ ਆ ਜਾਂਦਾ. ਉਹ ਗੁਰਬਤ ਵੀ ਚੇਤੇ ਆਉਂਦੀ ਹੈ, ਉਹ ਸਤਿਕਾਰਯੋਗ ਅਧਿਆਪਕ ਸਾਹਿਬਾਨ ਵੀ ਚੇਤੇ ਆ ਜਾਂਦੇ ਆ, ਉਹ ਜਮਾਤੀ ਵੀ ਚੇਤੇ ਆਉਂਦੇ ਆ. ਇੱਧਰਲੇ ਪਾਸੇ ਸੱਜੇ ਹੱਥ ਮੇਰੇ, ਇੱਥੇ ਸਾਈਕਲ ਸਟੈਂਡ ਹੁੰਦਾ ਸੀ, ਸਾਈਕਲਾਂ ਦਾ ਅੱਡਾ. ਅੱਛਾ. ਸਾਡੇ ਕੋਲ ਤਾਂ ਸਾਈਕਲ ਨਹੀਂ ਹੁੰਦਾ ਸੀ, ਪਰ ਇੱਥੇ ਖੜ੍ਹਦੇ ਹੁੰਦੇ ਸੀ ਸਾਈਕਲ. ਕਈ ਵਾਰੀ ਕਿਸੇ ਨਿਆਣੇ ਸ਼ਰਾਰਤੀ ਨੇ ਇੱਕ ਸਾਈਕਲ ਸੁੱਟ ਦੇਣਾ, ਉਹ ਸਾਰੀ ਲਾਈਨ ਹੀ ਸਾਰੀ ਡਿੱਗ ਪੈਂਦੀ ਸੀ. ਇਹੋ ਜਿਹੀਆਂ ਸ਼ਰਾਰਤਾਂ ਕਈ ਕਰਦੇ ਹੁੰਦੇ ਸੀ. ਅੱਛਾ ਜੀ. ਇਹ ਜਿਹੜਾ ਸਕੂਲ ਬਹੁਤ ਸੋਹਣਾ ਬਣਿਆ ਹੁਣ ਵਾਕਈ, ਇਹ ਕਿਸੇ ਨਿੱਜੀ ਸਕੂਲ ਦੇ ਨਾਲੋਂ ਘੱਟ ਨਹੀਂ. ਇਹ ਮਾਤ ਪਾਉਂਦਾ ਇਹੋ ਜਿਹੀ ਸੋਹਣੀ ਇਮਾਰਤ ਆ. ਇਹ ਸਾਡੇ ਅਧਿਆਪਕ ਸਹਿਬਾਨ ਦੀ, ਪਿੰਡ ਦੀ ਪੰਚਾਇਤ ਦੀ ਸੋਚ ਦੀ ਇਹ ਜ਼ਮਨ ਆ ਵੀ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਆ. ਹਾਂ, ਜਦੋਂ ਮੈਂ ਸਕੂਲ ਦੇ ਵਿੱਚ ਐਂਟਰ ਹੋਈ ਆ, ਜਦੋਂ ਮੈਂ ਦਾਖਲਾ ਹੀ ਲਿਆ, ਤੇ ਮੈਂ ਵੇਖਿਆ ਕਿ ਸਕੂਲ ਵਾਕਈ ਬਹੁਤ ਸੋਹਣਾ ਬਣਿਆ ਹੋਇਆ ਤੇ ਕੋਈ ਵੀ ਜਿਹੜਾ ਨਿੱਜੀ ਸਕੂਲ ਆ ਉਹਨੂੰ ਮਾਤ ਵਾਕਈ ਪਾਉਂਦਾ. ਜਿਹੜਾ ਆ ਇੱਥੇ ਦਿਸਦਾ ਨਾ ਥਾਂ, ਹਾਂਜੀ, ਇੱਥੇ ਖੋ ਖੋ ਅਸੀਂ ਖੇਡਦੇ ਹੁੰਦੇ ਸੀ. ਓਏ ਹੋਏ 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 ਹੋਏ. ਇੱਥੇ ਅਸੀਂ ਭੱਜਣ ਭਜਾਈ ਖੇਡਦੇ ਰਹਿਣਾ. ਹਾਂਜੀ. ਉੱਥੇ ਬੋਰਡ ਹੁੰਦਾ ਸੀ ਤੇ ਬੋਰਡ ਦੀ ਅਸੀਂ ਕਦੇ ਤਾਂ ਚੜ ਜਾਣਾ, ਕਦੇ ਥੱਲੇ ਆ ਜਾਣਾ, ਦੜੰਗੇ ਲਾਉਂਦੇ ਫਿਰਨਾ. ਉਹਦੇ ਨਾਲ ਝੂਟਦੇ ਵੀ ਹੋਵੋਗੇ? ਮੈਂ ਨਾ ਝੂਟ ਝੂਟ ਕੇ ਅਸੀਂ ਤਾਂ ਕਮਾਲਾਂ ਕਰ ਦਿੰਦੇ ਸੀ, ਕਿਉਂਕਿ ਸਾਡੇ ਕੋਲੇ ਖੇਡਾਂ ਉਹ ਨਹੀਂ ਨਾ ਹੁੰਦੀਆਂ ਸੀ ਵੀ ਜਿਵੇਂ ਹੁਣ ਤਾਂ ਹੁੰਦੇ ਕਿ ਟੈਬ ਕਹਿੰਦੇ ਉਹਨੂੰ, ਮੋਬਾਈਲਾਂ ਦੇ ਉੱਤੇ ਨਿਆਣੇ ਖੇਡਦੇ ਆ, ਤੇ ਹੁਣ ਤਾਂ ਟੀਵੀ ਤੇ ਕਾਰਟੂਨ ਆਉਂਦੇ ਆ. ਸਾਡੀਆਂ ਆਪੂ ਬਣਾਈਆਂ ਖੇਡਾਂ ਹੁੰਦੀਆਂ ਸੀ. ਕਦੇ ਘਰੋਂ ਇੱਕ ਸਾਈਕਲ ਦਾ ਟਾਇਰ ਲਿਆਉਣਾ, ਡੰਡਾ ਲਿਆਉਣਾ, ਉਹਨੂੰ ਇੱਥੇ ਭਜਾਈ ਫਿਰਨਾ, ਇੱਥੇ ਕਿਸੇ ਦੇ ਢਾ ਲੈਣਾ ਤੇ ਕਿਸੇ ਨੇ ਸਾਨੂੰ ਢਾ ਲੈਣਾ, ਇਹੋ ਜਿਹੀਆਂ ਸਾਡੀਆਂ ਖੇਡਾਂ. ਇੱਥੇ ਦੜੰਗੇ ਲਾਉਂਦੇ ਫਿਰਨਾ. ਉਹ ਮਿੱਟੀ ਦੇ ਵਿੱਚ ਘੁਲ ਕੇ ਰੁਲ ਕੇ ਜਿਹੜਾ ਸਵਾਦ ਸੀ ਨਾ, ਉਹ ਹੁਣ ਕਿਤੇ ਵੀ ਬੈਠ ਜਾਓ, ਭਾਵੇਂ ਸਾਫ਼ ਸੁਥਰੀ ਥਾਂ ਤੇ ਹੋਵੇ, ਭਾਵੇਂ ਕਿਤੇ, ਉਹ ਨਹੀਂ ਆਉਂਦਾ, ਕਦੇ ਨਹੀਂ ਆ ਸਕਦਾ. ਸੋ ਮੈਂ ਚਾਹੁੰਦੀ ਹਾਂ ਵੀ ਤੁਹਾਡੇ ਅਧਿਆਪਕ ਸਾਹਿਬਾਨਾਂ ਦੇ ਨਾਲ ਵੀ ਗੱਲਬਾਤ ਹੋ ਜਾਵੇ. ਹਾਂ, ਪਰ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਮੇਰੇ ਵਰਗੇ ਹੋਰ ਬਹੁਤ ਸਾਰੇ ਨਿਆਣੇ ਹੈਗੇ ਆ, ਅੱਜ ਵੀ ਹੋਣਗੇ ਵੀ, ਜਿਨ੍ਹਾਂ ਨੂੰ ਕੋਟੀਆਂ ਵੀ ਨਹੀਂ ਜੁੜਦੀਆਂ ਸਿਆਲਾਂ ਦੇ ਵਿੱਚ, ਉਹਨਾਂ ਦੇ ਵਿੱਚ ਇੱਕ ਮੈਂ ਵੀ ਸੀ, ਜਿਨ੍ਹਾਂ ਨੂੰ ਬੂਟ ਵੀ ਨਹੀਂ ਜੁੜਦੇ,
ਪਾਟੇ ਲੀੜੇ ਵੀ ਪਾ ਕੇ ਆਉਣੇ। ਸਾਡੀ ਪਿੱਠ ਦੇ ਉੱਤੇ ਤਾਂ ਖਾਕੀ ਰੰਗ ਦੀ ਪੈਂਟ ਹੁੰਦੀ ਸੀ, ਸਵਾਏ ਟਾਕੀਆਂ ਤੋਂ ਉਹਦੇ ਤੋਂ ਕੁਛ ਵੀ ਨਹੀਂ ਦਿਸਦਾ ਹੁੰਦਾ ਸੀ। ਇੱਕ ਪਿੰਟ ਦੇ ਨਾਲ ਚਾਰ ਚਾਰ ਸਾਲ ਕੱਢਦੇ ਹੁੰਦੇ ਸੀ। ਜਦੋਂ ਕੱਦ ਵੱਧ ਜਾਣਾ ਤੇ ਉਹ ਪਹਿਲਾਂ ਹੀ ਮਾਂ ਨੇ ਲੀੜਾ ਮੋੜ ਕੇ ਤਾਂ ਉਹਨੂੰ ਹੁੰਦਾ ਸੀ ਮੈਨੂੰ ਥੱਲੇ ਨੂੰ ਕਰ ਲੈਣਾ ਉਧੇੜ ਕੇ ਇਹਨੂੰ, ਤੇ ਉਹ ਅਧਿਆਪਕ ਸਾਹਿਬਾਨ ਸਾਨੂੰ ਕੋਟੀ ਵੀ ਦਿੰਦੇ ਹੁੰਦੇ ਸੀ ਵੀ ਆਹ ਲੈ ਤੇਰੇ ਕੰਮ ਆਊਗੀ। ਜਿਹੜੀਆਂ ਇੱਥੇ ਕਿਤਾਬਾਂ ਆਉਂਦੀਆਂ ਹੁੰਦੀਆਂ ਨਮੂਨਾ ਦੇ ਤੌਰ 'ਤੇ ਜਿਹਨੂੰ ਸਿੰਪਲ ਕਹਿੰਦੇ ਆ, ਉਹ ਸਾਨੂੰ ਪੜ੍ਹਨ ਲਈ ਦੇ ਦੇਣੀਆਂ। 6 ਰੁਪਈਏ ਮੇਰੀ ਕਲਾਸ ਦੀ ਫੀਸ ਹੁੰਦੀ ਸੀ ਤੇ ਸਾਡੇ ਕੋਲ 6 ਰੁਪਈਏ ਵੀ ਕਈ ਵਾਰੀ ਨਹੀਂ ਸੀ ਹੁੰਦੇ। ਫਿਰ ਉਹਨਾਂ ਨੇ ਮੇਰੀ ਫੀਸ ਵੀ ਦੇਣੀ, ਮੇਰੀ ਫੀਸ ਨਹੀਂ ਲੱਗਣ ਦਿੰਦੇ ਹੁੰਦੇ ਸੀ। ਉਹਨਾਂ ਦੇ ਵਿੱਚ ਮਾਸਟਰ ਜਸਵੰਤ ਸਿੰਘ ਜਿਹੜੇ ਸਾਨੂੰ ਗਣਿਤ ਪੜ੍ਹਾਉਂਦੇ ਸੀ, ਹੁਣ ਮੁੱਖ ਅਧਿਆਪਕ ਹੈ ਸ਼ਿਮਲਾ ਦੇਵੀ ਜੀ ਸਤਿਕਾਰਯੋਗ, ਫਿਰ ਮੈਡਮ ਪਰਮਜੀਤ ਕੌਰ ਜੀ, ਪ੍ਰਵੀਨ ਕੌਰ ਜੀ, ਸਰਦਾਰ ਤੇਜਿੰਦਰ ਸਿੰਘ ਜੀ, ਸ਼ੰਕਰ ਦਾਸ ਜੀ, ਮੈਡਮ ਬਿੰਦਰਪਾਲ ਜੀ, ਮੈਡਮ ਰਜਿੰਦਰ ਕੌਰ ਜੀ, ਮੈਡਮ ਗੋਲਡੀ ਹੁੰਦੇ ਸੀਗੇ, ਤੇ ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਬੰਦਾ ਕਿਤੇ ਵੀ ਪਹੁੰਚ ਜੇ ਉਹਨੂੰ ਆਪਣੀ ਔਕਾਤ, ਉਹਨੂੰ ਆਪਣੀ ਜ਼ਮੀਨ ਭੁੱਲਣੀ ਨਹੀਂ ਚਾਹੀਦੀ। ਤੇ ਇਸ ਥਾਂ ਦੇ ਉੱਤੇ ਆ ਕੇ ਨਾ ਮੈਂ ਇੱਕ ਹੋਰ ਦੱਸਦਾ ਗੱਲ, ਮੈਂ ਗੁਰਦੁਆਰੇ ਨੂੰ ਮੱਥਾ ਘੱਟ ਟੇਕਦਾ ਇੱਥੇ, ਮੈਂ ਸਕੂਲ ਨੂੰ ਜ਼ਰੂਰ ਟੇਕਦਾ ਇੱਥੇ। ਵਾਕਈ ਬਿਲਕੁਲ ਠੀਕ ਹੈ, ਕਿਉਂਕਿ ਰੱਬ ਤਾਂ ਮਨ ਦੇ ਵਿੱਚ ਹੁੰਦਾ ਤੇ ਸਕੂਲ ਇਹੋ ਜਿਹੀ ਥਾਂ ਹੁੰਦੀ ਹੈ ਜਿੱਥੇ ਮੈਨੂੰ ਲੱਗਦਾ ਵੀ ਹਰੇਕ ਬੱਚੇ ਦਾ ਭਵਿੱਖ ਜਿਹੜਾ ਹੈ ਉਹ ਜੁੜਿਆ ਹੁੰਦਾ ਸਕੂਲ। ਤੇ ਅੱਜ ਇਹਨਾਂ ਸਾਥੀਆਂ ਦੇ ਨਾਲ ਨਾ ਖੇਡ ਕੇ ਆ ਮੇਰਾ ਪੈਨ ਲੈ ਗਿਆ, ਆ ਮੇਰਾ ਹੁਣ ਦੇ ਦੇ, ਧੰਨਵਾਦ। ਮੇਰੇ ਕੋਲੇ ਲੈ ਦੇ ਕੇ ਇੱਕ ਪੈਨ ਹੀ ਆ, ਠੀਕ ਆ, ਤੇ ਉਹ ਮੈਨੂੰ ਬੜਾ ਚੰਗਾ ਲੱਗਾ ਕਿ ਮੈਂ ਨਾ ਫਿਰ ਮੇਰੇ ਅੰਦਰ ਉਹ ਭਾਵਨਾਵਾਂ ਜਾਗੀਆਂ ਜਿਵੇਂ ਤੁਸੀਂ ਕਹਿੰਦੇ ਦਿਲ ਤੋਂ ਬੱਚਾ ਹੈ ਜੀ, ਕਿ ਤੁਹਾਨੂੰ ਤੁਹਾਡੇ ਸਕੂਲ ਦੇ ਵਿੱਚ ਵੇਖ ਕੇ ਮੈਨੂੰ ਬੜਾ ਚੰਗਾ ਲੱਗ ਰਿਹਾ ਹੈ, ਤੇ ਫਿਰ ਆਪਾਂ ਚੱਲੀਏ। ਚਲੋ ਚਲੋ ਆ ਜਾਓ। ਪਹੁੰਚ ਗਈ ਹਾਂ ਸ਼ਹੀਦ ਲਾਂਸ ਹਵਲਦਾਰ ਪਰਮਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਹਿਣਾ ਦੇ ਵਿੱਚ, ਜੋ ਕਿ ਸਵਰਨ ਸਿੰਘ ਟਹਿਣਾ ਹੋਰਾਂ ਦਾ ਸਕੂਲ ਹੈ। ਸੋ ਮੈਂ ਇੱਥੇ ਅੱਜ ਉਹਨਾਂ ਦੇ ਸਾਰੇ ਮਾਸਟਰ ਸਾਹਿਬਾਨਾਂ ਦੇ ਨਾਲ, ਉਹਨਾਂ ਦੇ ਸਹਿਜਮਾਤੀਆਂ ਦੇ ਨਾਲ ਬੈਠੀ ਹਾਂ, ਅਤੇ ਅੱਜ ਜਾਣਾਂਗੇ ਉਹਨਾਂ ਤੋਂ ਕਿ ਸਰਦਾਰ ਸਵਰਨ ਸਿੰਘ ਟਹਿਣਾ ਹੋਰੀ ਕਿਵੇਂ ਦਾ ਪੜ੍ਹਦੇ ਸੀ, ਕਿਵੇਂ ਦਾ ਵਿਚਰਦੇ ਸੀ, ਅਤੇ ਕਿਵੇਂ ਦੇ ਇੱਕ ਵਧੀਆ ਸਟੂਡੈਂਟ ਸੀ। ਸਭ ਤੋਂ ਪਹਿਲਾਂ ਸਵਾਗਤ ਹੈ ਸਰ ਤੁਹਾਡਾ ਇਸ ਪ੍ਰੋਗਰਾਮ 'ਚ। ਸਰਦਾਰ ਸਵਰਨ ਸਿੰਘ ਟਹਿਣਾ ਇਸ ਸਕੂਲ ਦੇ ਵਿੱਚ 90 ਦੇ ਵਿੱਚ ਦਾਖਲ ਹੋਏ 6ਵੀਂ ਜਮਾਤ 'ਚ, ਠੀਕ ਹੈ, ਔਰ 96 ਦੇ ਵਿੱਚ ਇਹਨਾਂ ਨੇ ਮੈਟ੍ਰਿਕ ਇੱਥੋਂ ਪਾਸ ਕੀਤੀ ਹੈ। ਬਹੁਤ ਹੀ ਅੱਛੇ ਸਟੂਡੈਂਟ ਸੀਗੇ, ਬੜੇ ਓਬੀਡੀਐਂਟ, ਬੜੇ ਹੀ ਮਿਹਨਤੀ, ਜੀਨੀਅਸ, ਮਤਲਬ ਜਿਹੜੇ ਇੱਕ ਸਟੂਡੈਂਟ ਦੇ ਵਿੱਚ, ਇੱਕ ਵਿਦਿਆਰਥੀ ਦੇ ਵਿੱਚ ਅੱਛੇ ਗੁਣ ਚਾਹੀਦੇ ਆ, ਉਹ ਲਗਭਗ ਸਾਰੇ ਇਹਨਾਂ ਦੇ ਵਿੱਚ ਮੌਜੂਦ ਸਨ। ਤੁਸੀਂ ਇਸ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਹੋ? ਨਹੀਂ, ਮੈਂ ਐਜ਼ ਅ ਟੀਚਰ ਵੀ, ਮੈਂ ਐਜ਼ ਅ ਮੈਥ ਮਾਸਟਰ 87 ਦੇ ਵਿੱਚ, ਹਾਂਜੀ 1987 ਦੇ ਵਿੱਚ ਇਸ ਸਕੂਲ ਦੇ ਵਿੱਚ ਜੁਆਇਨ ਕੀਤਾ, ਠੀਕ ਹੈ ਜੀ, ਤੇ 90 ਦੇ ਵਿੱਚ ਇਹ ਮੇਰਾ ਸਟੂਡੈਂਟ ਵੀ ਰਹੇ ਆ। ਅੱਛਾ ਜੀ। 2012 ਦੇ ਵਿੱਚ ਮੈਂ ਐਜ਼ ਅ ਪ੍ਰਿੰਸੀਪਲ ਹੈਡ ਮਾਸਟਰ ਪ੍ਰਮੋਟ ਹੋਇਆ, ਠੀਕ ਹੈ ਜੀ, ਤੇ ਉਸ ਤੋਂ ਬਾਅਦ ਮੈਂ ਐਜ਼ ਅ ਹੈਡ ਮਾਸਟਰ ਆਪਣੀਆਂ ਸਮਾਂ ਦੇ ਦਿੱਤੇ। ਤੇ ਕਿਹੜਾ ਵਿਸ਼ਾ ਪੜ੍ਹਾਉਂਦੇ ਰਹੇ ਹੋ? ਮੈਂ ਗਣਿਤ ਜੀ। ਗਣਿਤ ਪੜ੍ਹਾਉਂਦੇ ਰਹੇ, ਤੇ ਗਣਿਤ ਵਿੱਚ ਤਾਂ ਅਕਸਰ ਹੀ ਵਿਦਿਆਰਥੀ ਜਿਹੜੇ ਨੇ ਉਹ ਜਾਂ ਤਾਂ ਸ਼ਰਾਰਤਾਂ ਬਹੁਤ ਜ਼ਿਆਦਾ ਕਰਦੇ ਨੇ ਜਾਂ ਕਮਜ਼ੋਰ ਹੁੰਦੇ ਨੇ। ਨਹੀਂ, ਇਹ ਮਤਲਬ ਜੀਨੀਅਸ ਹੋਣੇ ਕਰਕੇ ਸ਼ਰਾਰਤ ਇਹਦੀ ਕਦੇ ਕਦੇ ਜ਼ਰੂਰ ਹੁੰਦੀ ਸੀ, ਇਹ ਨਹੀਂ ਗੱਲ, ਪਰ ਜ਼ਿਆਦਾਤਰ ਇਹ ਸੀਰੀਅਸ ਹੁੰਦਾ ਸੀ ਕਲਾਸ ਦੇ ਵਿੱਚ। ਅੱਛਾ। ਹਾਂ, ਆਪਦਾ ਕੰਮ ਵਕਤ ਸਿਰ ਕਰਦਾ ਸੀਗਾ। ਹਾਂਜੀ। ਮਤਲਬ ਇਹਦੀ ਸ਼ਿਕਾਇਤ ਬਹੁਤ ਘੱਟ ਆਉਂਦੀ ਸੀ ਸਾਨੂੰ, ਇੱਕ ਤਰ੍ਹਾਂ ਨਾਲ ਸਾਡਾ ਇਹ ਰੋਲ ਮਾਡਲ ਸਟੂਡੈਂਟ ਸੀਗਾ। ਕਿਆ ਬਾਤ ਹੈ। ਤੇ ਕਦੇ ਸੋਚਿਆ ਸੀ ਵੀ ਜਿਸ ਮੁਕਾਮ ਦੇ ਉੱਪਰ ਅੱਜ ਸਰਦਾਰ ਸਵਰਨ ਸਿੰਘ ਟਹਿਣਾ ਹੋਰੀ ਪਹੁੰਚੇ ਹੋਏ ਨੇ? ਦਾ ਇਹਨਾਂ ਦੀ ਦਿੱਖ ਸੀਗੀ, ਦੇਖੋ ਇੱਕ ਅਧਿਆਪਕ ਦੇ ਨਾਤੇ ਥੋੜੀ ਘਣੀ ਜਜਮੈਂਟ ਜ਼ਰੂਰ ਹੋ ਜਾਂਦੀ ਹੈ ਵੀ ਬੱਚਾ ਜੀਨੀਅਸ ਹੈ, ਕੁਛ ਨਾ ਕੁਛ ਕਰਨ ਦੇ ਕਾਬਿਲ ਹੈ, ਪਰ ਇਹਦੇ ਜਿਹੜਾ ਹੈਗਾ ਇਸ ਫੀਲਡ ਬਾਰੇ ਇੰਨਾ ਸਾਨੂੰ ਪੱਕਾ ਨਹੀਂ ਸੀ ਜਿਹਦੇ ਵਿੱਚ ਇਹਨੇ ਸਾਡਾ ਮਤਲਬ ਇਸ ਪਿੰਡ ਦਾ ਜਾਂ ਆਪਣਾ ਨਾਂ ਚਮਕਾਇਆ। ਦੇਖੋ ਇੱਕ ਤੁਹਾਡਾ ਪੜ੍ਹਾਇਆ ਸਟੂਡੈਂਟ ਅਧਿਆਪਕ ਵਾਸਤੇ ਇਸ ਤੋਂ ਵੱਧ ਖੁਸ਼ੀ ਕੋਈ ਨਹੀਂ ਹੁੰਦੀ ਜਦੋਂ ਕਿਸੇ ਉੱਚੇ ਤੋਂ ਉੱਚੇ ਮੁਕਾਮ ਤੇ ਪਹੁੰਚ ਜਾਂਦਾ ਹੈਗਾ। ਅੱਜ ਜਿੱਥੇ ਵੀ ਗੱਲ ਚੱਲਦੀ ਹੈ
ਜਿਸ ਤਰ੍ਹਾਂ ਸਾਥੀ ਗੱਲ ਕਰ ਰਹੇ ਸੀ ਵੀ ਕੈਨੇਡਾ ਚ ਵੀ ਜੇ ਵਰਲਡ ਲੈਵਲ ਤੇ ਇੱਕ ਤੁਹਾਡੇ ਸਟੂਡੈਂਟ ਦਾ ਨਾਂ ਜਾਂਦਾ, ਮੈਂ ਕਹਿੰਦਾ ਉਹਦੇ ਅਧਿਆਪਕਾਂ ਦਾ, ਉਹਦੇ ਪਿੰਡ ਦਾ, ਉਹਦੀ ਪੰਚਾਇਤ ਦਾ, ਸਾਰਿਆਂ ਦਾ ਮਾਣ ਸਨਮਾਨ ਹੋ ਗਿਆ। ਇਸ ਤੋਂ ਵੱਡਾ ਮਾਣ ਸਨਮਾਨ ਕੋਈ ਨਹੀਂ ਹੈ। ਕੀ ਬਾਤ ਹੈ। ਤੁਸੀਂ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ। ਸਰਦਾਰ ਸਵਰਨ ਸਿੰਘ ਟਹਿਣਾ ਬਾਰੇ ਗੱਲ ਕਰ ਰਹੇ ਹਾਂ। ਜ਼ਰੂਰ। ਸਵਰਨ ਸਿੰਘ ਟਹਿਣਾ ਅੱਜ ਉਹ ਅਮੀਰ ਇਨਸਾਨ ਸਾਡੀਆਂ ਮਤਲਬ ਅੱਖਾਂ ਦੇ ਵਿੱਚ ਦਿਸ ਰਹੇ ਹੈ, ਜਿਹੜੇ ਕਿ ਬਹੁਤ ਹੀ ਘੱਟ ਲੋਕ ਨਜ਼ਰ ਆਉਂਦੇ ਹੈ, ਬਹੁਤ ਹੀ ਥੋੜ੍ਹੇ ਨਹੀਂ ਬਹੁਤ ਘੱਟ ਨਜ਼ਰ ਆਉਂਦੇ ਹੈ। ਇਸ ਵਾਸਤੇ ਅਸੀਂ ਇਹਦਾ ਮਤਲਬ ਜਦੋਂ ਨਾਂ ਸੁਣਦੇ ਹਾਂ ਜਾਂ ਇਹਨਾਂ ਦੇ ਫੋਨ 'ਤੇ ਗੱਲ ਹੁੰਦੀ ਹੈ ਔਰ ਇਹਨਾਂ ਦੀ ਗੱਲ ਕਰਨ ਦਾ ਸਹਿਜਾ ਇਹ ਜਿਹਾ ਹੈ, ਮੇਰਾ ਖਿਆਲ ਹੈ ਵੀ ਹਜ਼ਾਰਾਂ 'ਚੋਂ ਨਹੀਂ ਲੱਖਾਂ 'ਚੋਂ ਇੱਕ ਹੈ ਜਿਹਦੀ ਕਿ ਮੂੰਹ ਦੇ ਵਿੱਚੋਂ ਇੰਨਾ ਮਿੱਠ ਬੋਲੜਾ, ਠੰਡੇ ਸੁਭਾਅ ਦਾ, ਵਧੀਆ ਇਨਸਾਨ, ਚੰਗੀ ਹਰ ਜਿਹੜੀਆਂ ਪੁਰਾਣੀਆਂ ਤੋਂ ਪੁਰਾਣੀਆਂ ਬਜ਼ੁਰਗਾਂ ਤੋਂ ਜਿਹੜੀਆਂ ਇਹ ਸੇਵਾਵਾਂ ਲੈਂਦਾ, ਸੁਣਦਾ, ਕਰਦਾ, ਉਹਨੂੰ ਆਪਦੇ ਮਾਇੰਡ 'ਚ ਵਾੜਦਾ, ਉਹ ਫਿਰ ਅੱਜ ਕੱਲ੍ਹ ਦੇ ਬੱਚਿਆਂ ਤੱਕ ਜਿਹੜੀ ਕਿ ਅੱਜ ਤੋਂ 200 ਸਾਲ ਪੁਰਾਣੀਆਂ ਗੱਲਾਂ ਵੀ ਹੈ, ਇਹਨਾਂ ਦੀਆਂ ਸਾਨੂੰ ਅਖਬਾਰ ਦੇ ਵਿੱਚ ਪੜ੍ਹਨ ਨੂੰ ਕਹਾਣੀਆਂ ਮਿਲਦੀਆਂ ਜੀ। ਇਸ ਵਾਸਤੇ ਸਵਰਨ ਸਿੰਘ ਟਹਿਣਾ ਇੱਕ ਸਾਡੇ ਵਾਸਤੇ ਇੱਕ ਕੋਈ ਨੂਰ ਹੀਰਾ ਸਾਡੇ ਪਿੰਡ ਵਾਸਤੇ। ਹਾਂਜੀ, ਬਿਲਕੁਲ ਠੀਕ ਕਹਿ ਰਹੇ ਹੋ। ਤੇ ਤੁਹਾਡਾ ਇਹਨਾਂ ਦੇ ਨਾਲ ਕਿਵੇਂ ਮਿਲਣਾ ਜੁਲਣਾ ਹੋਇਆ? ਤੁਸੀਂ ਇਹਨਾਂ ਨੂੰ ਕਿਵੇਂ? ਅਸੀਂ ਟਹਿਣੇ ਪਿੰਡ ਦੇ, ਅਸੀਂ ਜਿਹੜੇ ਆ ਸਾਰੇ ਬਰਾੜ ਫੈਮਿਲੀ ਆ, ਜਿੰਨੀ ਵੀ ਟਹਿਣੇ ਪਿੰਡ ਦੇ ਜਿਹੜੇ ਆ, ਜਿਹੜੀ ਸਾਡੀ ਹੈ ਬਰਾੜ ਹੈ, ਪਰ ਇਹਨਾਂ ਨੂੰ ਮੈਂ ਬਚਪਨ ਤੋਂ ਜਾਣਦਾ ਸੀ ਇਹਨਾਂ ਦੇ ਸਾਰੇ ਮਤਲਬ ਪਰਿਵਾਰ ਨੂੰ। ਪਰ ਇਹ ਪਰਿਵਾਰ ਦੇ ਵਿੱਚੋਂ ਮਤਲਬ ਜਿਵੇਂ ਮੈਂ ਆਪਣੇ ਬਾਰੇ ਦੱਸਿਆ ਹੈ, ਮੈਂ ਪੂਰੀ ਪੜ੍ਹਾਈ ਲਿਖਾਈ ਨਹੀਂ ਕਰ ਸਕੇ, ਇਸੇ ਤਰ੍ਹਾਂ ਇਹ ਵੀ ਇੱਕ ਆਪਣੇ ਤੌਰ 'ਤੇ ਉੱਭਰਿਆ। ਹਾਂਜੀ, ਜਿਵੇਂ ਕਿਸੇ ਚੰਗੀ ਚੀਜ਼ ਨੂੰ ਪਵਾਂ ਰੂੜੀ 'ਤੇ ਵੀ ਰੱਖ ਦਿਓ, ਉਹਦੇ 'ਚੋਂ ਵੀ ਉੱਭਰ ਕੇ ਇੱਕ ਹੀਰਾ ਬਾਹਰ ਆਉਂਦਾ ਹੈ। ਉਸੇ ਤਰ੍ਹਾਂ ਇੱਕ ਇਹ ਹੀਰਾ ਹੈ, ਕੋਈ ਨੂਰ ਹੀਰਾ ਪਹਿਲਾਂ ਹੀ ਨਾਂ ਦੇ ਚੁੱਕੇ ਹੈ, ਉਹ ਇਹ ਬਾਹਰ ਉੱਭਰ ਕੇ ਆਇਆ, ਜਿਸ ਦੇ ਅੱਜ ਕਾਰਨ ਅਸੀਂ ਇੱਥੇ ਮੁਕਾਮ 'ਤੇ ਪਹੁੰਚਿਆ ਇਹ, ਅਤੇ ਅਸੀਂ ਸੁਣ ਕੇ ਤਾਂ ਬੜੀ ਸਾਨੂੰ ਖੁਸ਼ੀ ਹੁੰਦੀ ਹੈ। ਸਾਡੇ ਹੈੱਡ ਮਾਸਟਰ ਸਾਹਿਬ ਜੀ ਬੈਠੇ ਨੇ, ਸਾਡੇ ਹੋਰ ਪਤਵੰਤੇ ਸੱਜਣ ਸਾਰੇ ਬੈਠੇ ਹੈ, ਸਾਰੇ ਇੰਨਾ ਕੁ ਮਨ ਦੇ ਵਿੱਚ ਖੁਸ਼ੀ ਹੈ ਕਿ ਤੁਹਾਨੂੰ ਦੱਸ ਨਹੀਂ ਸਕਦੇ ਜੀ। ਕਿਆ ਬਾਤ ਹੈ। ਹਾਂ, ਅੰਦਰੇ ਅੰਦਰ ਅਸੀਂ ਲੱਡੂ ਘੋਲ ਰਹੇ ਹਾਂ, ਔਰ ਮੈਡਮ ਤੁਹਾਨੂੰ ਦੇਖ ਕੇ ਵੀ ਤੁਹਾਡਾ ਜਿਹੜਾ ਸਿਸਟਮ ਹੈ, ਸਾਨੂੰ ਬਹੁਤ ਖੁਸ਼ੀ ਹੋਈ ਮੈਡਮ ਜੀ ਤੁਹਾਨੂੰ ਦੇਖ ਕੇ। ਸ਼ੁਕਰੀਆ। ਹਾਂਜੀ, ਤੇ ਮੈਨੂੰ ਇਹ ਦੱਸੋ ਵੀ ਬਚਪਨ ਤੋਂ ਜੇ ਜਾਣਦੇ ਹੋ ਤਾਂ ਕੋਈ ਸ਼ਰਾਰਤਾਂ ਸ਼ਰੂਰਤਾਂ ਕਰਦੇ ਹੁੰਦੇ ਸੀ? ਨਹੀਂ ਜੀ, ਇਹਨਾਂ ਸ਼ਰਾਰਤਾਂ ਵਾਲੇ ਪਾਸੇ ਆਇਆ ਹੀ ਨਹੀਂ ਜੀ। ਅਸਲੀ ਜਿਹੜੀ ਗੱਲ ਹੈ ਨਾ, ਇਹ ਜਿਹੜਾ ਸੀਗਾ ਇਹਦੇ ਇੱਕ ਅਸੂਲ ਹੀ ਵੱਖਰੇ ਸੀਗੇ, ਜਿਵੇਂ ਸਹੀ ਇਨਸਾਨ ਦੇ ਵਿੱਚ ਹੋਣੇ ਚਾਹੀਦੇ ਆ। ਅੱਛਾ ਜੀ। ਹਾਂਜੀ, ਜਿਹੜੇ ਵਧੀਆ ਇਨਸਾਨ ਦੇ ਵਿੱਚ ਅਸੂਲ ਹੋਣੇ ਚਾਹੀਦੇ ਨਾ, ਕੁਦਰਤ ਵੱਲੋਂ ਇਹਨੂੰ ਕੁਦਰਤ ਦੀ ਦੇਣ ਹੈ ਇਹ। ਅੱਛਾ। ਤੇ ਉਹਨੂੰ ਕੁਦਰਤ ਦੀ ਦੇਣ ਨੂੰ ਇਹ ਅੱਗੇ ਅੱਗੇ ਹੋਰ ਲਈ ਗਿਆ। ਹਾਂਜੀ, ਕੁਦਰਤ ਦੀ ਦੇਣ ਨੂੰ ਆਪਦੇ ਪੱਲੇ ਬੰਨੀ ਗਿਆ। ਅੱਛਾ ਜੀ। ਅਗਰ ਇਹ ਆਪਦੇ ਪੱਲੇ ਨਾ ਬੰਨਦਾ, ਮਿਲਦਾ ਹਰੇਕ ਨੂੰ ਹੈ ਸਮਾਂ, ਪਰ ਉਹ ਸਮੇਂ ਨੂੰ ਸੰਭਾਲਦਾ ਕੋਈ ਹੈ, ਜੋ ਕਿ ਸਵਰਨ ਸਿੰਘ ਟਹਿਣਾ ਨੇ ਸੰਭਾਲਿਆ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਹਨਾਂ ਦੇ ਨਾਲ ਬੈਠ ਕੇ ਉੱਥੇ ਕੰਮਕਾਜ ਕਰਦੇ ਹਾਂ, ਕਿਉਂਕਿ ਹਰ ਪੱਖੋਂ ਇਹ ਸਾਡੀ ਸਹਾਇਤਾ ਕਰਦੇ ਨੇ ਅਤੇ ਅਸੀਂ ਕਰਮਾਂ ਵਾਲੇ ਹਾਂ ਜਿਹੜਾ ਸਾਨੂੰ ਇਹਨਾਂ ਦਾ ਸਾਥ ਮਿਲਿਆ। ਪਰ ਮੈਨੂੰ ਇੱਕ ਚੀਜ਼ ਦੱਸਿਓ, ਮੈਂ ਤਾਂ ਤੁਸੀਂ ਮਾਸਟਰ ਜੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਮੈਂ ਤਾਂ ਇਹ ਸੁਣਿਆ ਹੈ ਵੀ ਜਿਹੜਾ ਵਿਦਿਆਰਥੀ ਬਚਪਨ 'ਚ ਬਹੁਤ ਸ਼ਰਾਰਤੀ ਹੁੰਦਾ, ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ, ਉਹੀ ਵੱਡਾ ਹੋ ਕੇ ਸਾਊ ਜਿਹਾ ਬਣ ਜਾਂਦਾ, ਕੀ ਇਹ ਸੱਚ? ਨਹੀਂ ਜੀ, ਨਹੀਂ, ਐਸੀ ਗੱਲ ਨਹੀਂ ਹੈ। ਜਿਹੜਾ ਵੀ ਕੋਈ ਇਨਸਾਨ ਬੱਚਾ ਹੁੰਦਾ ਆ, ਦੇਖੋ ਥੋੜ੍ਹੀ ਬਹੁਤੀ ਤਾਂ ਬਾਈ ਬਰਥ ਸ਼ਰਾਰਤੀ ਮੈਂ ਹੋਣਾ ਜ਼ਰੂਰੀ ਸਮਝਦਾ, ਇਹ ਨਹੀਂ ਵੀ ਉਹ ਬਿਲਕੁਲ ਹੀ ਸੀਰੀਅਸ ਹੋਵੇ, ਬਿਲਕੁਲ, ਫਿਰ ਉਹ ਫਰਿਸ਼ਤਾ ਹੁੰਦਾ, ਬੱਚਾ ਨਹੀਂ ਹੁੰਦਾ, ਠੀਕ ਹੈ ਨਾ। ਅਤੇ ਜਿੱਥੋਂ ਤਾਈਂ ਸਵਰਨ ਸਿੰਘ ਦੀ ਗੱਲ ਹੈਗੀ ਆ, ਵੀ ਇਹ ਬਹੁਤ, ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਜਿਵੇਂ ਬਹੁਤ ਸੀਰੀਅਸ ਟਾਈਪ ਦਾ ਬੱਚਾ ਰਿਹਾ ਸਾਡਾ, ਕਿਤੇ ਕਿਤੇ ਹਲਕੀ ਜੀ ਕੋਈ ਕਲਾਸ ਦੇ ਵਿੱਚ, ਮਤਲਬ ਹੈਲਦੀ, ਜਿਹਨੂੰ ਆਪਾਂ ਹੈਲਦੀ ਸ਼ਰਾਰਤ ਕਵਾਂਗੇ, ਇਹ ਨਹੀਂ ਕੋਈ ਘਟੀਆ ਦਰਜੇ ਦੀ ਕੋਈ ਸ਼ਰਾਰਤ ਹੋਵੇ, ਬਹੁਤ ਹੀ ਸੁਧਰੇ ਹੋਏ ਢੰਗ ਨਾਲ, ਕਿਤੇ ਕਿਤਾਈ ਇਹ ਵੀ ਨਹੀਂ ਵੀ ਕੋਈ ਉਹਨੂੰ ਰਿਪੀਟ ਕਰਦਾ ਹੋਵੇ, ਕਿਤੇ ਬੱਚਿਆਂ ਨਾਲ ਰਲ ਕੇ ਦੇਖੋ ਆਪਾਂ ਕੋਈ ਵੀ ਹੈ, ਮਨ ਚ ਆ ਜਾਂਦੀ ਹੈਗੀ ਹੈ, ਕਿਤੇ ਕਰ ਲੈਂਦੇ ਹਾਂ, ਕੋਈ 2-4 ਵਾਰੀ ਆਈ ਹੋਈ 5 ਸਾਲਾਂ ਦੀ ਟਰਮ ਦੇ ਵਿੱਚ, ਅਦਰਵਾਈਜ਼ ਇਹ ਸੀਰੀਅਸ ਰਿਹਾ, ਔਰ ਉਹੀ ਇਹਨੇ ਆਪਦਾ ਸਟੈਂਡਰਡ ਹੈ ਜਿਹੜਾ ਮੇਨਟੇਨ ਕੀਤਾ ਹੋਇਆ ਹੈ। ਕੀ ਬਾਤ ਹੈ। ਤੇ ਪੜ੍ਹਾਈ ਦੇ ਵਿੱਚ ਨੰਬਰਾਂ ਦਾ ਕੀ ਹਿਸਾਬ ਕਿਤਾਬ ਸੀ? ਇੰਟੈਲੀਜੈਂਟ ਸਟੂਡੈਂਟ ਸੀ, ਅੱਛਾ ਰਿਹਾ, ਬਹੁਤ ਅੱਛਾ ਰਿਹਾ, ਕਦੇ ਸਾਨੂੰ ਇਹਨੂੰ ਕਿਤੇ ਕੋਈ ਹੋਮਵਰਕ ਪਿੱਛੇ, ਕਿਤੇ ਕੋਈ ਲੈਸਨ ਪਿੱਛੇ ਕੋਈ ਵੀ ਹੋਵੇ ਜਾਂ ਕੋਈ ਟੈਸਟ ਲਿਆ ਹੋਵੇ ਉਹਦੇ 'ਚ ਪਛੜਿਆ ਹੋਵੇ, ਇਹੋ ਜਿਹੀ ਸਾਨੂੰ ਕੋਈ ਕਦੇ ਵੀ ਨਹੀਂ, ਜਾਂ ਇਹਦੇ ਅਸੀਂ ਪੇਰੈਂਟਸ ਨੂੰ ਬੁਲਾਈਏ, ਅਸੀਂ ਅਕਸਰ ਪੇਰੈਂਟਸ ਨੂੰ ਬੁਲਾਉਂਦੇ ਹਾਂ, ਤੁਹਾਡਾ ਬੱਚਾ ਪੜ੍ਹ ਨਹੀਂ ਰਿਹਾ, ਸ਼ਰਾਰਤਾਂ ਕਰਦਾ, ਇਹ ਗੈਰ ਹਾਜ਼ਰ ਹੈ, ਇਹ ਤੁਹਾਨੂੰ ਮੈਂ ਦੱਸਿਆ ਸੀ ਇਹਦੇ ਵਿੱਚੋਂ ਸਾਰੇ ਗੁਣ ਜਿਹੜੇ ਇੱਕ ਅੱਛੇ ਸਟੂਡੈਂਟ 'ਚ ਚਾਹੀਦੇ ਆ, ਸ਼ਾਇਦ ਮੈਂ ਤੁਹਾਨੂੰ ਗਿਣਾ ਨਾ ਸਕਾਂ, ਉਹ ਸਾਰੇ ਮੌਜੂਦ ਸੀ। ਇਹ ਵਾਕਈ ਤੁਸੀਂ ਸੱਚ ਕਹਿ ਰਹੇ ਹੋ ਵੀ ਅੱਜ ਕੱਲ ਇਹੋ ਜਿਹੇ ਅੱਛੇ ਗੁਣ ਕਿਸੇ ਕਿਸੇ ਸਟੂਡੈਂਟ ਦੇ ਵਿੱਚ ਹੁੰਦੇ ਆ, ਨੈਚੁਰਲ ਹੁੰਦਾ, ਬਿਲਕੁਲ ਜੀ, ਕਿਉਂਕਿ ਅਸੀਂ ਮੈਂ
जिन्ने जने इत्थे बैठे उन्हां सारिआं तों हिसाब ला सकदी आ वी इह हरेक दे टच दे विच होणगे क्योंकि ज्यादातर बच्चे इहो जिहे हुंदे ने वी जदों उन्हां ने पढ़ लिया ते स्कूल तों बाहर निकलदे ही उन्हां दे सारे रिश्ते खतम हो जांदे ने मतलब मुड़ के लिंक नहीं रहिंदा हां जी उह कदे इन्हां ने आपदा उसे तरहां दा मोह प्यार जिहड़ा इन्हां दा बुलाउण दा सलीका हर इक नूं इन्हां ने कहणा मैं सर जी पैरीं पैणा वाह ਉਦੋਂ ਜਿਹੜੀ ਤੁਹਾਡੇ ਮਨ ਨੂੰ ਤਸੱਲੀ ਮਿਲਦੀ ਹੈ ਕਿ ਰੀ ਭਾਵਕ ਹੋ ਜਾਈਦਾ ਕੀ ਬਾਤ ਇੰਨਾ ਸ਼ਾਇਦ ਆਪਦੇ ਬੱਚੇ ਵੀ ਨਹੀਂ ਕਰਦੇ ਵਾਹ ਬਹੁਤ ਵਧੀਆ ਗੱਲ ਹੈ ਜੀ ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਮੈਂ ਕਹਿੰਦਾ ਜੇ ਸਾਡੇ ਹਿੱਸੇ ਆਉਂਦੀਆਂ ਤੇ ਇਸ ਤੋਂ ਵੱਧ ਖੁਸ਼ੀ ਵਾਲੀ ਕੋਈ ਗੱਲ ਨਹੀਂ ਹੋਸੀ ਉਹ ਦੀ ਹਾਜ਼ਰ ਹੈ ਜੱਜ ਦਾ ਵਿਚਾਰ ਤੇ ਹੁਣ ਮੇਰੇ ਨਾਲ ਮੌਜੂਦ ਨੇ ਟਹਿਣਾ ਪਿੰਡ ਦੇ ਸਾਬਕਾ ਸਰਪੰਚ ਸਾਹਿਬ ਸਰਦਾਰ ਕਰਮਜੀਤ ਸਿੰਘ ਹੋਰੀ ਆਓ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਇਸ ਪ੍ਰੋਗਰਾਮ ਮਿਹਰਬਾਨੀ ਥੈਂਕ ਯੂ ਤੁਸੀਂ ਸਰਦਾਰ ਸਵਰਨ ਸਿੰਘ ਟਹਿਣਾ ਸਾਡੇ ਵਿਚਕਾਰ ਮੌਜੂਦ ਨੇ ਤੇ ਅਸੀਂ ਉਹਨਾਂ ਨੂੰ ਲੈ ਕੇ ਗੱਲਾਂ ਬਾਤਾਂ ਕਰ ਰਹੇ ਹਾਂ ਕੀ ਕੁਝ ਜਾਣਦੇ ਹੋ ਇਹਨਾਂ ਦੇ ਵਿਅਕਤੀਤਵ ਬਾਰੇ ਸਵਰਨ ਸਿੰਘ ਟਹਿਣਾ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ ਬਿਲਕੁਲ ਠੀਕ ਜਦੋਂ ਕਿਤੇ ਅਖਬਾਰ ਦੇ ਵਿੱਚ ਜਿਸ ਦਿਨ ਇਹਦਾ ਲੇਖ ਲੱਗਦਾ ਕੋਈ ਨਾ ਕੋਈ ਬੰਦਾ ਜ਼ਰੂਰ ਸਾਨੂੰ ਪਾਸਿਓਂ ਫੋਨ ਆਵੇ ਕੋਈ ਪੁੱਛਦਾ ਹਾਂਜੀ ਯਾਰ ਪਿੰਡ ਦਾ ਤੁਹਾਡੇ ਦਾ ਮੁੰਡਾ ਕੀ ਬਾਤ ਹੈ ਉਹ ਤਾਂ ਸਾਡੇ ਬੜੀ ਖੁਸ਼ੀ ਹੁੰਦੀ ਹੈ ਆਮ ਤੌਰ ਤੇ ਲੋਕ ਉੱਥੇ ਇਹ ਕਹਿ ਦਿੰਦੇ ਆ ਕਿ ਤੁਸੀਂ ਟਹਿਣੇ ਵਾਲਿਆਂ ਨੇ ਕਬਜ਼ਾ ਕਰ ਲਿਆ ਬਿਲਕੁਲ ਕਰ ਲਿਆ ਲੋਕਾਂ ਦੇ ਦਿਲਾਂ ਦੇ ਵਿੱਚ ਕਬਜ਼ਾ ਕਰ ਲਿਆ ਟਹਿਣੇ ਵਾਲਿਆਂ ਨੇ ਤੇ ਮੈਨੂੰ ਇਹ ਦੱਸਿਓ ਵੀ ਕਿੰਨੀ ਕੁ ਦੇਰ ਤੋਂ ਇੱਕ ਦੂਸਰੇ ਨੂੰ ਜਾਣਦੇ ਹੋ ਤੁਸੀਂ ਬਹੁਤ ਵੈਸੇ ਤਾਂ ਇਹ ਹੈ ਕਿ ਸਹੀ ਤੌਰ ਤੇ ਬਚਪਨ ਤੋਂ ਹੀ ਜਾਣਦੇ ਹਾਂਜੀ ਛੋਟੇ ਛੋਟੇ ਹੁੰਦੇ ਇਕੱਠੇ ਹੁੰਦੇ ਹੁੰਦੇ ਆਪੋ ਆਪਣੇ ਫੀਲਡ ਦੇ ਵਿੱਚ ਨਿਕਲ ਗਏ ਅੱਛਾ ਜੀ ਉਸ ਫੀਲਡ 'ਚ ਜਾ ਕੇ ਜਦੋਂ ਨਾਮ ਦੀ ਗੱਲ ਆਉਂਦੀ ਹੈ ਉਦੋਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਜਦੋਂ ਬਚਪਨ ਦੇ ਵਿੱਚ ਕਿਤੇ ਇਕੱਠੇ ਖੇਡਦੇ ਖੁੱਡਦੇ ਹੁੰਦੇ ਸੀ ਤੇ ਉਦੋਂ ਵੈਸੇ ਸੀ ਕਿ ਅਸੀਂ ਨਾ ਦੋਨੋਂ ਆਪੋ ਆਪਣੇ ਫੀਲਡ ਵੱਲ ਨੂੰ ਜਾਦੇ ਰਹੇ ਆ ਅੱਛਾ ਜੀ ਪੜ੍ਹਾਈ ਵੱਲ ਨੂੰ ਮੈਂ ਆਪਦੇ ਤੌਰ ਤੇ ਆਪਦੇ ਨਿੱਕਾ ਹੁੰਦਾ ਪੜ੍ਹਦਾ ਰਿਹਾ ਕਿਸੇ ਨਹੀਂ ਇਹਦੇ ਆਪਦੇ ਤੌਰ ਤੇ ਅਸੀਂ ਬਹੁਤ ਘੱਟ ਜੇ ਇੱਕ ਵੇਖੀਏ ਕਿ ਅਸੀਂ ਸ਼ਰਾਰਤਾਂ ਵੱਲ ਘੱਟ ਸੀਗੇ ਅੱਛਾ ਜੀ ਇਹ ਨਾ ਵੈਸੇ ਮੈਨੂੰ ਗੱਲ ਸੁਣ ਕੇ ਬੜਾ ਚੰਗਾ ਵੀ ਲੱਗ ਰਿਹਾ ਕਿਉਂਕਿ ਇਹੋ ਜਿਹੇ ਬੱਚੇ ਬਹੁਤ ਘੱਟ ਹੁੰਦੇ ਨੇ ਕਿਉਂਕਿ ਗੁਣ ਜਿਹੜੇ ਨੇ ਉਹ ਬਚਪਨ 'ਚ ਹੀ ਬੱਚੇ 'ਚ ਪੈ ਜਾਂਦੇ ਨੇ ਵੀ ਉਹਨੇ ਅੱਗੇ ਜਾ ਕੇ ਕੀ ਬਣਨਾ ਅਤੇ ਕਿਹੜੇ ਰਸਤੇ ਦੇ ਉੱਪਰ ਪੈਣਾ ਅਤੇ ਅੱਜ ਜਦੋਂ ਤੁਸੀਂ ਵੇਖਦੇ ਹੋ ਸਵਰਨ ਸਿੰਘ ਟਹਿਣਾ ਸਵਰਨ ਸਿੰਘ ਟਹਿਣਾ ਹਰ ਬੰਨੇ ਹੁੰਦੀ ਪਈ ਆ ਕਦੀ ਟੀਵੀ ਦੇ ਉੱਪਰ ਕਦੀ ਰੇਡੀਓ ਦੇ ਉੱਪਰ ਕਦੀ ਲੇਖਾਂ ਦੇ ਵਿੱਚ ਅਤੇ ਫਿਰ ਕਿਵੇਂ ਦਾ ਮਹਿਸੂਸ ਕਰਦੇ ਹੋ ਮਹਿਸੂਸ ਤਾਂ ਬੜਾ ਹੁੰਦਾ ਖੁਸ਼ੀ ਬਹੁਤ ਹੁੰਦੀ ਹੈ ਤੇ ਫਿਰ ਮਤਲਬ ਕੋਈ ਭਾਵਨਾਵਾਂ ਹੋਣਗੀਆਂ ਮਨ ਦੇ ਵਿੱਚ ਭਾਵਨਾਵਾਂ ਹੁੰਦੀਆਂ ਕਿ ਅੱਗੇ ਇਕੱਠੇ ਮਿਲ ਕੇ ਤਰੱਕੀ ਕਰੀਏ ਪਿੰਡ ਦਾ ਨਾਮ ਹੋਰ ਚਮਕਾਈਏ ਵਾਹ ਕੀ ਬਾਤ ਹੈ ਜਿੱਥੇ ਵੀ ਜਾਈਏ ਉੱਥੇ ਲੋਕ ਇਹ ਕਹਿੰਦੇ ਕਿ ਟਹਿਣੇ ਵਾਲੇ ਇਕੱਠੇ ਹੋ ਗਏ ਸਾਰੇ ਹੁਣ ਅਸੀਂ ਜਿਨ੍ਹਾਂ ਨਾਲ ਗੱਲ ਕਰਨੀ ਹੈ ਉਹਨੇ ਹੈੱਡਮਾਸਟਰ ਰਿਟਾਇਰਡ ਹੈੱਡਮਾਸਟਰ ਗੁਰਮੇਲ ਸਿੰਘ ਜੀ ਅਤੇ ਉਹ ਵੀ ਅਧਿਆਪਕ ਰਹੇ ਨੇ ਸਵਰਨ ਸਿੰਘ ਟਹਿਣਾ ਹੋਰਾਂ ਦੇ ਅਤੇ ਉਹਨਾਂ ਨੂੰ ਵੀ ਪੁੱਛਦੇ ਹਾਂ ਕੁਝ ਸਵਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਕਿਹੜਾ ਵਿਸ਼ਾ ਪੜ੍ਹਾਉਂਦੇ ਰਹੇ ਹੋ ਮੈਂ ਫਿਜ਼ੀਕਲ ਐਜੂਕੇਸ਼ਨ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਤਾਂ ਫਿਰ ਮਤਲਬ ਦੌੜ ਦੂੜ ਲਾਉਂਦੇ ਹੁੰਦੇ ਸੀ ਪੂਰੀ ਹਾਂਜੀ ਹਾਂ ਪੂਰਾ ਮਤਲਬ ਕਿ ਐਕਟਿਵ ਯਾਰ ਫਿਜ਼ੀਕਲੀ ਫਿੱਟ ਸੀਗੇ ਪੂਰੇ ਹਾਂਜੀ ਤੇ ਕਹਿਣਾ ਕੁਣਾ ਕਿੰਨਾ ਕੁ ਮੰਨ ਲੈਂਦੇ ਸੀ ਤੁਹਾਡਾ ਵੈਸੇ ਟੀਚਰਾਂ ਦੇ ਬਹੁਤ ਓਬੀਡੈਂਟ ਸੀ ਹਾਂਜੀ ਹਰ ਕੋਈ ਮਿਲ ਕੇ ਆਸੇ ਪਾਸੇ ਵੀ ਮਿਲਣਾ ਬੜਾ ਸਤਿਕਾਰ ਨਾਲ ਹਾਂਜੀ ਮਿਲਦੇ ਸੀਗੇ ਤੇ ਇਹੋ ਜਿਹੇ ਬੱਚੇ ਤਾਂ ਹਮੇਸ਼ਾ ਮਨ ਦੇ ਵਿੱਚ ਛਾਪ ਛੱਡਦੇ ਆ ਮੈਂ ਨਿੱਕੀ ਗੱਲ ਦੇ ਵਾਸ ਦੱਸਦਾ ਹਾਂਜੀ ਮੈਨੂੰ ਕੁਦਰਤੀ ਮੌਕਾ ਮਿਲਿਆ ਬਾਹਰ ਜਾਣ ਦਾ ਅਮਰੀਕਾ ਕੈਨੇਡਾ 'ਚ ਹਾਂਜੀ ਮੈਂ ਉੱਥੇ ਗੁਰਦੁਆਰਾ ਸਾਹਿਬ ਗਿਆ ਉੱਥੇ ਮਿਲੇ ਇੱਕ ਡਾਕਟਰ ਸਾਹਿਬ ਗੁਰਦੁਆਰੇ ਪ੍ਰਧਾਨ ਵੀ ਆ ਉਹ ਹਾਂਜੀ ਉਹਨੇ ਮੈਨੂੰ ਪੁੱਛਿਆ ਤੁਹਾਡਾ ਕਿਹੜਾ ਪਿੰਡ ਟਹਿਣਾ ਟਹਿਣੇ ਤੋਂ ਨਾਲ ਤੁਹਾਡੇ ਪਿੰਡ ਦਾ ਸਵਰਨ ਟਹਿਣਾ ਮੈਂ ਬੜਾ ਫੈਨ ਆ ਉਹਦਾ ਕੀ ਬਾਤ ਬੜਾ ਵਧੀਆ ਲੱਗਦਾ ਮਨ ਨੂੰ ਇੰਨੀ ਖੁਸ਼ੀ ਇੰਨਾ ਸਕੂਨ ਮਿਲਿਆ ਹਾਂਜੀ ਵੀ ਸਾਡੇ ਪਿੰਡ ਦਾ ਨਾਂ ਇੱਥੇ ਪਹੁੰਚ ਗਿਆ ਵਾਹ ਉਸ ਤੋਂ ਬਾਅਦ ਮੈਂ ਕੈਨੇਡਾ ਜਾਣ ਦਾ ਮੌਕਾ ਮਿਲਿਆ ਕੁਦਰਤੀ ਰਿਸ਼ਤੇਦਾਰਾਂ ਦੇ ਘਰੇ ਬੈਠੇ ਸੀਗੇ ਤੇ ਖਬਰਾਂ 9:30 ਵਜੇ ਉੱਥੇ ਆਉਂਦੀਆਂ ਸਵਰਨ ਸਿੰਘ ਟਹਿਣਾ ਨੇ ਖਬਰਾਂ ਪੜ੍ਹਨੀਆਂ ਮੈਨੂੰ ਆ ਜਾ ਗੁਰਮੇਲ ਸਿੰਘ ਤੁਹਾਡੇ ਪਿੰਡ ਵਾਲਾ ਆ ਗਿਆ ਫਿਰ ਵਾਹ ਕੀ ਬਾਤ ਬੜਾ ਮਾਣ ਇੰਨਾ ਮਤਲਬ ਕਿ ਦੋ ਦੇਸਾਂ ਦਾ ਮੈਂ ਕੁਦਰਤ ਆਪ ਫਿਜ਼ੀਕਲੀ ਵਾਜ ਕਰਕੇ ਆਇਆ ਬੜਾ ਮਾਣ ਨੂੰ ਸਕੂਨ ਮਿਲਿਆ ਵੀ ਸਾਡੇ ਪਿੰਡ ਦਾ ਨਾਮ ਪਹੁੰਚਿਆ ਪਿਆ ਕੀ ਬਾਤ ਹੈ ਕਿੰਨੀ ਖੁਸ਼ੀ ਵਾਲੀ ਗੱਲ ਹੈ ਬੜੀ ਵੱਡੀ ਗੱਲ ਹੈ ਪ੍ਰਾਈਮੇਸ਼ੀਆ ਟੀਵੀ ਤੇ ਚੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਾਂ ਹਰਮਨ ਥਿੰਦ ਤੇ ਅੱਜ ਮੈਂ ਪਹੁੰਚ ਗਈ ਹਾਂ ਪਿੰਡ ਟਹਿਣਾ ਦੇ ਵਿੱਚ ਤੇ ਵਕਫੇ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਸਵਰਨ ਸਿੰਘ ਟਹਿਣਾ ਹੋਰਾਂ ਦੇ ਸਹਿ ਜਮਾਤੀਆਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦੁਰਵਿੰਦਰ ਸਿੰਘ ਹੈ ਜੀ ਤੇ ਤੁਸੀਂ ਸਹਿ ਜਮਾਤੀ ਰਹੇ ਹੋ ਹਾਂਜੀ ਹਾਂਜੀ ਅਸੀਂ ਸਹਿ ਜਮਾਤੀ ਵੀ ਰਹੇ ਹਾਂ ਅਸੀਂ ਮਤਲਬ ਇੱਕ ਬੈਂਚ ਤੇ ਵੀ ਬੈਠਦੇ ਰਹੇ ਹਾਂ ਬੈਂਚ ਮੇਟ ਵੀ ਰਹੇ ਹਾਂ ਫਿਰ ਤਾਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਪਤਾ ਹੋਣਗੀਆਂ ਇਹਨਾਂ ਦੇ ਬਾਰੇ ਹਾਂਜੀ ਹਾਂਜੀ ਅਸੀਂ ਮਤਲਬ 6ਵੀਂ ਕਲਾਸ ਤੋਂ ਲੈ ਕੇ 10ਵੀਂ ਤੱਕ ਮਤਲਬ ਇਕੱਠੇ ਹੀ ਪੜ੍ਹੇ ਹਾਂ ਅੱਛਾ ਜੀ ਸਾਰਾ ਕੁਝ ਇਹਨਾਂ ਦੇ ਬਾਰੇ ਜੋ ਸਾਨੂੰ ਮਤਲਬ ਵਿਚਰਦੇ ਰਹੇ ਹਾਂ ਅਸੀਂ ਇਕੱਠੇ ਬਹੁਤ ਕੁਝ ਸਾਨੂੰ ਇਹਨਾਂ ਦੇ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਦੇ ਬਾਰੇ ਮਤਲਬ ਹਰ ਇੱਕ ਇਹਨਾਂ ਦੇ ਸੁਭਾਅ ਬਾਰੇ ਸ਼ਰਾਰਤਾਂ ਵਾਲੀ ਗੱਲ ਆ ਗਈ ਹਾਂਜੀ ਹਾਂਜੀ ਕਦੋਂ ਦੀ ਕੋਸ਼ਿਸ਼ ਕਰ ਰਹੀ ਸੀ ਵੀ ਕੋਈ ਸ਼ਰਾਰਤਾਂ ਤੇ ਆਵੇ ਆਵੇ ਕੋਈ ਨਹੀਂ ਬੋਲਿਆ ਤੇ ਹੁਣ ਸੰਖੇਪ ਦੇ ਵਿੱਚ ਮੈਨੂੰ ਕੋਈ ਵੀ ਇਹੋ ਜਿਹਾ ਵਾਕਿਆ ਜ਼ਰੂਰ ਦੱਸ ਦਿਓ ਮਤਲਬ ਵੈਸੇ ਤਾਂ ਮਤਲਬ ਇਹ ਜਿਵੇਂ ਸਾਡੇ ਹੈੱਡਮਾਸਟਰ ਸਾਹਿਬ ਨੇ ਪਹਿਲਾਂ ਦੱਸਿਆ ਮਤਲਬ ਸੰਸੀਅਰ ਸੀਗਾ ਕੋਈ ਐਂ ਨਹੀਂ ਗੱਲ ਸੀ ਪਰ ਨਿੱਕੀਆਂ ਨਿੱਕੀਆਂ
ਸਾਨੂੰ ਇੱਕ ਵਾਰੀ ਇਹਨਾਂ ਨੇ ਮੈਨੂੰ ਸ਼ਰਾਰਤ ਦੇ ਬਾਰੇ ਕਹਿਣ ਵੀ ਅਸੀਂ ਅਮਰੂਦ ਤੋੜਨ ਲੱਗ ਪਏ, ਬੱਚਿਆਂ ਨੂੰ ਪਤਾ ਨਹੀਂ ਸੀ ਕੱਚੇ ਅਮਰੂਦ ਤੋੜ ਲਏ, ਤੇ ਜਸਵੰਤ ਸਿੰਘ ਮਾਸਟਰ ਤੋਂ ਸਾਨੂੰ ਚੰਗੀ ਵੱਲੋਂ ਸੇਵਾ ਮਿਲੀ ਸਾਨੂੰ ਇਹਨਾਂ ਨੂੰ। ਹਾਂਜੀ ਹਾਂਜੀ, ਇਹ ਸਕੂਲ ਦੇ ਪਿਛਲੇ ਪਾਸੇ ਸੀ, ਪਰ ਮੈਂ ਇਹ ਗੱਲ ਨੂੰ ਕੋਈ ਛੁਪਾਉਣਾ ਨਹੀਂ ਚਾਹੁੰਦਾ, ਐਵੇਂ ਕਹੀਏ ਵੀ ਸ਼ਰਾਰਤਾਂ ਸਾਡੀਆਂ ਇਹੋ ਜਿਹੀਆਂ ਸੀਗੀਆਂ। ਕੀ ਬਾਤ ਹੈ, ਇਹ ਚੰਗੀਆਂ ਸ਼ਰਾਰਤਾਂ। ਹਾਂਜੀ ਹਾਂਜੀ ਹਾਂਜੀ, ਜਾਂ ਇੱਕ ਵਾਰੀ ਅਸੀਂ ਮੰਨੋ ਛੇਵੀਂ ਕਲਾਸ ਦੇ ਵਿੱਚ ਅਸੀਂ ਇਕੱਠੇ ਹੋਏ ਸੀ ਤੇ ਦਸਵੀਂ ਕਲਾਸ ਦੀ ਵੈਲਫੇਅਰ ਪਾਰਟੀ ਸੀ। ਅੱਛਾ। ਉਹਦੇ ਵਿੱਚ ਕੰਪੀਟੀਸ਼ਨ ਸੀਗਾ ਵੀ ਪਹਿਲਾਂ ਗੁਬਾਰੇ ਫਲਾਉਣੇ ਆ ਤੇ ਜਿਹੜਾ ਗੁਬਾਰਾ ਪਹਿਲਾਂ ਟੁੱਟ ਗਿਆ ਉਹਨੇ ਭੱਜ ਜਾਣਾ ਤੇ ਅੱਗੇ ਜਾ ਕੇ ਸਾਨੂੰ ਜਿਹੜਾ ਫਸਟ ਆਊਗਾ ਉਹਨੂੰ ਪ੍ਰਾਈਜ਼ ਮਿਲਣਾ। ਅੱਛਾ ਜੀ। ਤੇ ਮਤਲਬ ਮੈਂ ਉਸ ਟਾਈਮ ਇਹ ਵੀ ਸਾਰੀ ਕਲਾਸ ਨੂੰ ਸਾਨੂੰ ਉਹਨਾਂ ਨੇ ਇੱਕ ਲਾਈਨ 'ਚ ਖੜਾ ਕਰ ਲਿਆ। ਲਾਈਨ 'ਚ ਖੜਾ ਕਰਨ ਤੋਂ ਬਾਅਦ ਉਹ ਜਦੋਂ ਵਿਸਲ ਵੱਜੀ ਅਸੀਂ ਫਲਾਉਣਾ ਸ਼ੁਰੂ ਕਰਤਾ। ਸਵਰਨ ਸਿੰਘ ਫਿਜ਼ੀਕਲੀ ਥੋੜ੍ਹੇ ਜਿਹੇ ਪਹਿਲਾਂ ਹੀ ਉਵੇਂ ਸੀਗੇ, ਇਹਨਾਂ ਤੋਂ ਗੁਬਾਰਾ ਫੁੱਲਿਆ ਹੀ ਨਹੀਂ, ਟੁੱਟਣਾ ਤਾਂ ਕੀ ਸੀ। ਜਸਵੰਤ ਸਿੰਘ ਮਾਸਟਰ ਜੀ ਆ ਸਾਡੇ, ਮਤਲਬ ਸਾਰੇ ਇਹਨਾਂ ਨੇ ਸਾਨੂੰ ਪ੍ਰਾਈਜ਼ ਦਿੱਤਾ, ਫਸਟ ਮੈਂ ਆਇਆ ਸੀ ਉਸ ਟਾਈਮ 'ਚ। ਮਤਲਬ ਬਹੁਤ ਅਸੀਂ ਉਸ ਟਾਈਮ 'ਤੇ ਇੰਜੋਏ ਕੀਤਾ, ਉਹ ਅੱਜ ਵੀ ਮੈਨੂੰ ਯਾਦ ਆ। ਜਦੋਂ ਇਹਦੇ ਨਾਲ ਗੱਲ ਹੁੰਦੀ ਹੈ ਮੈਨੂੰ ਗੁਬਾਰਾ ਵਾਲੀ ਗੱਲ ਯਾਦ ਆ ਜਾਂਦੀ ਹੈ। ਇਹ ਨਿੱਕੀਆਂ ਨਿੱਕੀਆਂ ਯਾਦਾਂ ਹੀ ਖਜ਼ਾਨਾ। ਹਾਂਜੀ ਹਾਂਜੀ ਹਾਂਜੀ। ਤੁਸੀਂ ਵੀ ਨਾਲ ਪੜ੍ਹਦੇ ਰਹੇ ਹੋ ਸਵਰਨ ਸਿੰਘ ਇਹਨਾਂ ਦੇ? ਹਾਂਜੀ ਹਾਂਜੀ ਹਾਂਜੀ। ਤੇ ਤੁਹਾਡੇ ਨਾਲ ਕਿਵੇਂ ਦਾ ਵਰਤਾਰਾ ਸੀ ਇਹਨਾਂ ਦਾ? ਬਹੁਤ ਅੱਛਾ ਸੀਗਾ ਜੀ, ਬੜਾ ਵਧੀਆ ਸੀਗਾ। ਤੁਹਾਡੇ ਨਾਲ ਵੀ ਰਲ ਕੇ ਸ਼ਰਾਰਤਾਂ ਕਰਦੇ? ਹਾਂਜੀ ਹਾਂਜੀ ਪੂਰੀਆਂ ਜੀ, ਸਾਡੇ ਦਾ ਘਰ ਵੀ ਬਿਲਕੁਲ ਨੇੜੇ ਨੇੜੇ ਆ। ਅੱਛਾ, ਇਹ ਇਹ ਦੇਖੋ ਹੁਣ ਅਸਲੀ ਰਾਜ਼ ਖੁੱਲਨੇ ਨੇ। ਇੱਕ ਬੈਂਚ ਤੇ ਨਾਲ ਬੈੰਦਾ ਸੀ, ਉਹਨੇ ਸਾਰੀਆਂ ਗੱਲਾਂ ਦੱਸੀਆਂ, ਹੁਣ ਇਹ ਘਰ ਦੇ ਨਾਲ ਜਿਹੜੇ ਰਹਿੰਦੇ ਨੇ ਇਹ ਵੇਖਦੇ ਨੇ ਦੱਸਦੇ ਨੇ। ਬਾਕੀ ਮੈਂ ਤਾਂ ਇਸ ਗੱਲ ਦੀ ਖੁਸ਼ੀ ਆ ਵੀ ਮੈਨੂੰ ਇਹ ਟੀਵੀ ਤੇ ਲਿਆ, ਇਹ ਮੇਰੇ ਲਈ ਬੜੀ ਵੱਡੀ ਗੱਲ ਆ, ਇਹ ਬੜੀ ਖੁਸ਼ੀ ਦੀ ਗੱਲ ਹੈ। ਕੀ ਬਾਤ ਹੈ, ਤੇ ਕੋਈ ਯਾਦ ਇਹਨਾਂ ਦੇ ਨਾਲ ਜੁੜੀ ਹੋਵੇ ਜਿਹੜੀ ਬਾਰ ਬਾਰ ਤੁਹਾਨੂੰ ਤੰਗ ਕਰਦੀ ਹੋਵੇ? ਹੁਣ ਤਾਂ ਐਵੇਂ ਕਹਾਂ ਨਹੀਂ ਕੋਈ ਧਿਆਨ ਸੀ। ਹਾਂਜੀ, ਮੈਂ ਇੱਕ ਗੱਲ ਕਹਿਣੀ ਚਾਹਣਾ। ਜ਼ਰੂਰ ਜ਼ਰੂਰ। ਹਾਂਜੀ ਹਾਂਜੀ, ਮੈਂ ਮਤਲਬ ਇਹਨਾਂ ਦੇ ਨਾ ਜਿਹੜੀ ਇਹਨਾਂ ਦੇ ਫਾਦਰ ਸਾਹਿਬ ਬਹੁਤ ਵਧੀਆ ਇਨਸਾਨ ਸਨ, ਉਹਨਾਂ ਦੇ ਬਹੁਤ ਵੱਡੇ ਇਹਦੇ ਸੰਸਕਾਰ ਆ ਜੋ ਮੈਂ ਸਮਝਦਾ ਵੀ ਸਵਰਨ ਸਿੰਘ ਜਿੱਥੇ ਪਹੁੰਚੇ ਆ। ਵਾਕਈ ਇਹਨਾਂ ਨੇ ਬਹੁਤ ਮਿਹਨਤ ਕੀਤੀ ਜਿੰਨੀ ਕੁ ਮੈਨੂੰ ਪਤਾ, ਮਤਲਬ ਮਿਹਨਤ ਸਾਰਿਆਂ ਬੱਚਿਆਂ ਦੇ ਨਾਲ ਇਹਨਾਂ ਨੇ ਹੈਲਪਫੁੱਲ ਵੀ ਕਰੇ। ਅਸੀਂ ਇੱਕ ਦੂਜੇ ਦੀਆਂ ਕਾਪੀਆਂ ਤੱਕ ਵੀ ਸਾਨੂੰ ਇਹਨਾਂ ਨੇ ਕੰਪਲੀਟ ਕਰਨੀਆਂ, ਉਸ ਟਾਈਮ 'ਤੇ ਇੱਕ ਕਲਚਰ ਸੀ ਵੀ ਬੱਚਿਆਂ ਨੇ ਇਕੱਠੇ ਹੋ ਕੇ ਬੈਠਣਾ, ਮਤਲਬ ਹੈਲਪ ਕਰਨੀ, ਇਹਨਾਂ ਨੇ ਪਹਿਲਾਂ ਕਰ ਲੈਣਾ, ਅਸੀਂ ਇੱਕ ਦੂਜੇ ਦੀਆਂ ਕਾਪੀਆਂ ਵੀ ਸ਼ੇਅਰ ਕਰਦੇ ਰਹੇ ਹਾਂ। ਔਰ ਮੈਂ ਸਮਝਦਾ ਜਿਵੇਂ ਮੈਨੂੰ ਇਹ ਗੱਲ ਛਪਾਉਣੀ ਨਹੀਂ ਚਾਹੀਦੀ ਗੀ, ਇਹਨਾਂ ਨੇ ਇੱਕ ਮਤਲਬ ਬੜੀ ਅੱਤ ਦੀ ਗਰੀਬੀ 'ਚ ਵਿੱਚੋਂ ਬਹੁਤ ਵਧੀ ਮਤਲਬ ਵੱਡੇ ਮੁਕਾਮ 'ਤੇ ਪਹੁੰਚੇ ਆ। ਸਾਨੂੰ ਇਹਨਾਂ ਦੀਆਂ ਬਹੁਤ ਆਸਾਂ ਇਹਨਾਂ ਤੋਂ ਵੀ ਇਹ ਅੱਗੇ ਵੀ ਆਪਦਾ ਨਾਂ ਕਮਾਉਣਗੇ। ਈਵਨ ਕਿ ਜਿਹੜੇ ਲਿਫਾਫੇ ਬਣਦੇ ਆ ਇਹਨਾਂ ਨੇ ਆਪਦੇ ਹੱਥੀਂ ਤਿਆਰ ਕਰਕੇ ਭੈਣ ਭਰਾਵਾਂ ਨੇ ਮਤਲਬ ਸੇਲ ਕਰਨੇ, ਨਾਲ ਆਪਦੇ ਕਿਤਾਬਾਂ ਦੇ, ਸਾਡੇ ਟੀਚਰਾਂ ਨੇ ਇਹਨਾਂ ਦੀ ਬਹੁਤ ਹੈਲਪ ਕੀਤੀ ਆ। ਕਿਤਾਬਾਂ ਮਤਲਬ ਪੁਰਾਣੀਆਂ ਕਿਤਾਬਾਂ ਲੈ ਕੇ ਅਸੀਂ ਪੜ੍ਹਦੇ ਰਹੇ ਹਾਂ ਵੀ ਕੋਈ ਐਵੇਂ ਅਸੀਂ ਛੇ ਕੀ ਕਰੀਏ ਵੀ ਜਿਵੇਂ ਤੁਸੀਂ ਵੱਡੀ ਕਲਾਸ 'ਚ ਸੀ ਅਸੀਂ ਤੁਹਾਡੇ ਤੋਂ ਲੈ ਲਈਆਂ, ਉਹ ਵੀ ਕਿਤਾਬਾਂ ਦੇ ਪੈਸੇ ਇਹਨਾਂ ਕੋਲ ਨਹੀਂ ਹੁੰਦੇ ਸੀ, ਕਈ ਵਾਰੀ ਹਾਲਾਤ ਇਹੋ ਜਿਹੇ ਹੁੰਦੇ ਸੀ। ਤੁਸੀਂ ਦੇਖੋ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਦੋਂ ਕਿਤੇ ਇੱਦਾਂ ਦੇ ਹਾਲਾਤ ਆਉਂਦੇ ਨੇ ਕਿਸੇ ਪਰਿਵਾਰ ਦੇ ਵਿੱਚ ਤੇ ਉਸ ਪਰਿਵਾਰ ਦੇ ਬੱਚੇ ਜਿਹੜੇ ਨੇ ਉਹ ਗਲਤ ਰਾਏ ਪੈਂਦੇ ਨੇ। ਮੈਂ ਬਹੁਤ ਸਾਰਿਆਂ ਨੂੰ ਅਕਸਰ ਹੀ ਸਵਰਨ ਸਿੰਘ ਟਹਿਣਾ ਹੋਰਾਂ ਦੇ ਨਾਲ ਇਹ ਗੱਲਬਾਤ ਹੁੰਦੀ ਹੁੰਦੀ ਹੈ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਗਰੀਬੀ ਕਰਕੇ ਪੜ੍ਹਾਈ ਛੱਡਤੀ, ਗਰੀਬੀ ਕਰਕੇ ਅਸੀਂ ਆਪਣਾ ਘਰ ਛੱਡਤਾ, ਪਰ ਕੋਈ ਵੀ ਐਸਾ ਨਹੀਂ ਹੁੰਦਾ ਜਿਹੜਾ ਕਹਿੰਦਾ ਮੈਂ ਗਰੀਬੀ ਕਰਕੇ ਸ਼ਰਾਬ ਛੱਡਤੀ, ਮੈਂ ਨਸ਼ੇ ਛੱਡ ਦਿੱਤੇ, ਹੈ ਨਾ। ਤੇ ਇਹਨਾਂ ਹਾਲਾਤਾਂ ਦੇ ਵਿੱਚ ਰਹਿ ਕੇ ਵੀ ਪੜ੍ਹ ਲਿਖ ਜਾਣਾ ਤੇ ਦੁਨੀਆ ਦੇ ਵਿੱਚ ਆਪਣਾ ਨਾਂ ਕਮਾ ਜਾਣਾ, ਇਹ ਬਹੁਤ ਵੱਡੀ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਬਹੁਤ ਵੱਡੀ। ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਇੰਨੀਆਂ ਡੂੰਘੀਆਂ ਗੱਲਾਂ ਜਾਣ ਰਹੀ ਹਾਂ। ਹਾਂਜੀ ਹਾਂਜੀ, ਇਹ ਸਵਰਨ ਮਤਲਬ ਸਵਰਨ ਨਾਂ ਦਾ ਮੈਂ ਸਮਝਦਾ ਵੀ ਜਿਹੜਾ ਸੋਹਣਾ ਹੁੰਦਾ ਉਹ ਸਵਰਨ ਹੈ, ਵਾਕਈ ਜਿਹਨੂੰ 24 ਕੈਰਟ ਜਿਵੇਂ ਪੂਰਾ ਸੰਪੂਰਨ ਦਾ ਮਤਲਬ ਉਹ ਸਵਰਨ ਆ। ਟੀਚਰ ਇਹਨੂੰ ਸਵਰਨ ਦੇ ਨਾਲ ਨਾਲ ਸਰਬਣ ਵੀ ਕਹਿੰਦੇ ਸੀਗੇ, ਕਿਉਂਕਿ ਹਾਂਜੀ ਮਤਲਬ ਬਹੁਤ ਵਧੀਆ ਇਹਦੇ ਨਾਲ ਅਸੀਂ ਮਤਲਬ ਵਿਚਰੇ ਹਾਂ, ਸਾਨੂੰ ਅੱਜ ਬੜੇ ਮਾਣ ਵਾਲੀ ਗੱਲ ਹੈ। ਕਿਉਂਕਿ ਸਰਪੰਚ ਸਾਹਿਬ ਨੇ ਬੇਨਤੀ ਕੀਤੀ ਆ, ਮਤਲਬ ਤੁਸੀਂ ਉਹਨਾਂ ਦਾ ਵੀ ਵਿਚਾਰ, ਸਾਨੂੰ ਆਮ ਗੱਲ ਮਿਲਦੀ ਆ ਜਦੋਂ ਅਸੀਂ ਪੰਜਾਬ ਦੇ ਕਿਸੇ ਵੀ ਕੋਨੇ ਤੇ ਜਾਂਦੇ ਹਾਂ ਵੀ ਯਾਰ ਤੁਸੀਂ ਉਹ ਟਹਿਣੇ ਦੇ ਆ, ਜਦੋਂ ਮੇਰੇ ਅਸੀਂ ਵੀ ਟਹਿਣਾ ਨਾਲ ਦੇ ਨਾਂ ਦੇ ਨਾਲ ਲਾਉਣੇ ਆ, ਗੁਰਵਿੰਦਰ ਸਿੰਘ ਟਹਿਣਾ ਨਾਲ ਚੱਲਦਾ, ਪਰ ਉਹ ਕਹਿੰਦੇ ਯਾਰ ਟਹਿਣੇ ਵਾਲੇ ਨੇ ਤਾਂ ਪੰਜਾਬ ਤੇ ਕਬਜ਼ਾ ਕਰ ਲਿਆ, ਜੇ ਜ਼ਿੰਦਗੀ 'ਚ ਕੁਛ ਬਣਨਾ ਤਾਂ ਟਹਿਣੇ 'ਚ ਜਨਮਣਾ ਪਊਗਾ। ਮੈਨੂੰ ਬੜਾ ਚੰਗਾ ਲੱਗਿਆ ਇਹ ਜਾਣ ਕੇ ਕਿ ਸੋਹਣ ਸਿੰਘ ਹੋਰੀ ਇਸੇ ਸਕੂਲ ਦੇ ਵਿੱਚ ਪੜ੍ਹੇ ਨੇ, ਮੁੜ ਕੇ ਇੱਥੇ ਹੀ ਸੇਵਾਵਾਂ ਨਿਭਾਈਆਂ ਨੇ, ਤੇ ਜਿੱਥੇ ਸਵਰਨ ਸਿੰਘ ਟਹਿਣਾ ਹੋਰਾਂ ਦੇ ਨਾਨਕੇ ਨੇ ਸਰਾਵਾਂ ਪਿੰਡ ਦੇ ਵਿੱਚ, ਉੱਥੇ ਵੀ ਇਹ ਸੇਵਾਵਾਂ ਸੇਵਾ ਉੱਥੇ ਵੀ ਨਿਭਾ ਕੇ ਰਹੇ ਆ। ਹਾਂਜੀ, ਤੇ ਸਵਰਨ ਸਿੰਘ ਟਹਿਣੇ ਨੂੰ ਵੀ ਥੋੜਾ ਸਮਾਂ ਮੈਂ ਮਤਲਬ ਪਾਰਟ ਟਾਈਮ ਦੇ ਵਿੱਚ ਪੜ੍ਹਾਇਆ, ਟਿਊਸ਼ਨ ਪੜ੍ਹਦੇ ਰਹੇ, ਟਿਊਸ਼ਨ ਨਹੀਂ ਵੈਸੇ ਐਜ਼ ਭੈਣ ਭਰਾ ਦੇ ਤੌਰ ਤੇ। ਹਾਂਜੀ ਹਾਂਜੀ ਹਾਂਜੀ, ਟਿਊਸ਼ਨ ਨਹੀਂ, ਟਿਊਸ਼ਨ ਨਹੀਂ ਕਹਿੰਦੇ, ਭੈਣ ਭਰਾ ਦੇ ਤੌਰ ਤੇ ਇਹਨਾਂ ਦੇ ਫਾਦਰ ਸਾਹਿਬ ਮੇਰੇ ਬੜੇ ਲਿੰਕ ਸੀ। ਹਾਂਜੀ, ਉਹ ਕਹਿੰਦੇ ਵੀ ਤੁਸੀਂ ਵਿਹਲੇ ਆ, ਜੋਬ ਦੇ ਵਿੱਚ ਨਹੀਂ ਆਇਆ ਸੀ। ਹਾਂਜੀ, ਤੇ ਰਾਤ
पूरी दुनिया जानती है। सो मैनू बहुत ज्यादा चंगा लगे, तुसी कोई वाकया जे सांझा करना चाहो साडे नाल ते कर सकते हो। स्वर्ण सिंह टहणा ते मैं साखरता मुहिम दे विच ही थोड़ा जिहा कम कीता। अच्छा, पिंड क्वार्टर जट सी ते मेरे नाल इन्हां ने बड़ी हेल्प दे नाल असीं साखरता नूं बड़े सोहणे सच्चे ढंग नाल चलाया सी। क्या बात है, ये तो बहुत सोहनी गल है। देखो क्योंकि विद्या नूं जिन्ना ज़्यादा फैलाओ उन्नी ज़्यादा वो वधदी है। बंदा सारी उम्र ही सीखता रहिंदा चाहे जिहड़े मर्जी मुकाम दे उपर पहुँच जाए। सो सानूं बहुत ज़्यादा चंगा लग्या थोड़े सारिआं दे नाल गलबात करके, असीं बहुत कुछ जाणिआ अज्ज ते मैनूं बड़ा चंगा लग रहा कि अज्ज मैं टहणा पिंड दे विच पहुँची हुई हाँ। सो दोबारा मौका मिलिया तो फिर असीं इत्थे हाज़र होवांगे। सति श्री अकाल जी। थैंक यू मैडम। ओदी हाज़र है जज दा विचार। लो जी, इस वेले असीं पहुँच गए हाँ टहणा पिंड की सत्थ दे विच, ते हुण सरदार स्वर्ण सिंह टहणा भी साडे नाल ने, ते इह साडी सारिआं दे नाल जाण पछाण कराउणगे ते सत्थ दे बारे च दस्सणगे। देखो, इक तां मैं तुहानूं दस्सदा कि जिहड़ी सत्थ हुंदी है ना, हाँ जी, इह पिंड की संसद हुंदी है। वाकई इह पार्लीमेंट आ साडे पिंड दी। इत्थे वड्डे वड्डे विचार होंगे वख-वख विषयां दे उत्ते। तुसीं साडे साथियां दी साडे पिंड वासियां दी मसरूफियत वेखो। हाँ, इह तुहाडे पिंड दे सीसीटीवी कैमराज भी ने। हाँ बिलकुल, केहड़ी गली किधर नूं जांदी है, कौन किथे रहिंदा है, किहनूं मिलणा। मान लो किसे राहगीर ने राह पुछणा होवे, सब तों वध सहाई इह सज्जण हुंदे आ। बिलकुल ठीक, पूरा जीपीएस। होर पिंड दे बाबत दुख सुख दी खबर हुंदी है जिहड़ी, ओह इत्थे विचारी जांदी है। हाँ जी, ते मेरा ख्याल आ वी क्योंकि तुसीं तां दुआबे नाल संबंध तों, उत्थे अंश बहुत घट रहि गए आ इहो जिहीआं खेडां दे, ते तुसीं तां पहिलां खेडां बारे जाणो। तुसीं देखो कि मैं अपनी होश दे विच अज तक कदी अपने पिंड च इदां दी रौनक नहीं वेखी, वी कदी सत्थ दे विच इदां बैठ के ते ताश खेडदा कदे नहीं वेख्या। मैं तां अपने पिंड दा धन्नवादी आ ना कि उहनां ने साडे सत्थ सभ्याचार नूं बचाया। हाँ जी बिलकुल ठीक कह रहे हो तुसीं। ते आ हुण मैं इहनां नूं पुछ लवां वी केहड़ी खेड खेड रहे ने। सति श्री अकाल जी। सति श्री अकाल जी। पहला तां अपना नां दस दिओ मैनूं। अंग्रेज सिंह जी। ते तुसीं इह केहड़ी खेड खेड रहे हो? सीप खेडदे सी। ते किन्नी कौखी खेड हुंदी आ इह? ਔਖੀ ਤਾਂ ਬਹੁਤ ਆ ਜੀ, ਜੇ ਖੇਡਣ ਲੱਗ ਜੀ ਫਿਰ ਸੌਖੀ ਆ। ਅੱਛਾ, ਮਤਲਬ ਉਦਾਂ ਬੰਦਾ ਭਾਵੇਂ ਗਣਿਤ ਦੇ ਵਿੱਚ ਕਮਜ਼ੋਰ ਹੋਵੇ ਇਦਾਂ ਪੂਰਾ ਗਣਿਤ ਆ ਜਾਂਦਾ ਹੈ ਨਾ। ਤੇ ਕਿੰਨੀ ਕੁ ਦੇਰ ਹੋਈ ਤੁਹਾਨੂੰ ਖੇਡਦਿਆਂ ਨੂੰ? ਸਵੇਰ ਤੋਂ ਖੇਡੀ ਜੀ। ਨਹੀਂ ਵੈਸੇ ਕਿੰਨਾ ਵਕਫਾ? ਵੈਸੇ ਤਾਂ ਪੁਰਾਣੀ ਚੱਲੀ ਜਾਂਦੀ ਹੈ ਖੇਡ। ਹਾਂਜੀ ਬਜ਼ੁਰਗੋ, ਤੁਹਾਨੂੰ ਤਾਂ ਬਹੁਤ ਤਜਰਬਾ ਹੋਏਗਾ ਇਸ ਖੇਡ ਦਾ। ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ। ਅੱਛਾ ਜੀ, ਤੇ ਤੁਹਾਨੂੰ ਕਿੰਨੀ ਦੇਰ ਹੋ ਗਈ ਖੇਡਦੇ? ਮੈਨੂੰ ਦੇਖੋ ਜੀ, ਮੈਂ ਖੇਡਣ ਕੁੱਟਣ ਦਾ ਜਿਹੜਾ ਜਾਣਦਾ ਉਹੀ ਜਾਣਦਾ। ਅੱਛਾ ਜੀ, ਤੇ ਕਰੋ ਪਵਾਂ ਰੋਟੀ ਤੋਂ ਭੁੱਖੇ ਬੈਠੇ ਰਹੀਏ ਤੇ ਪਵਾਂ ਹੋ ਜਾਏ ਜੀ ਵੇਲਾ ਪਵਾਂ ਕੇਲਾ। ਤੇ ਆ ਜਿਹੜੇ ਨਾ ਅਸੀਂ ਇਹ ਜਿਹੜੇ ਤਾਸ਼ ਦਾ ਜਿਹਨੂੰ ਲੱਗ ਗਿਆ, ਇਹਨੂੰ ਪਹਿਲੀ ਗੱਲ ਤਾਂ ਕਿਸੇ ਨੇ ਜਿੱਤਿਆ ਹੀ ਨੀ ਜੀ ਇਹ, ਤੇ ਜੂਆ ਵੀ ਕਹਿ ਦਿੰਦੇ ਨੂੰ, ਇਹ ਜੂਆ ਨੀ ਖੇਡਦੇ ਅਸੀਂ। ਇਹ ਨਾ ਹੋਵੇ ਵੀ ਸਾਨੂੰ ਕਦੇ ਕੱਲ ਨੂੰ ਕਿਤੇ ਨਾ ਕਿਤੇ ਕੋਈ ਸਾਡੇ ਤੇ ਰਾਬਟ ਕਰਾ ਦੇ। ਪਹਿਲਾਂ ਸਾਨੂੰ ਮੈਡਮ ਜੀ ਤੁਹਾਡੇ ਤੇ ਇਹ ਆ ਵੀ ਕਦੇ ਤੁਸੀਂ ਸੱਚੀ ਵਿੱਚ ਕਦੇ ਪੁਲਿਸ ਵਾਲੇ ਦਾ ਨੀ ਕਦੇ ਆ ਕੇ ਸਾਡੇ ਇੰਟਰਵਿਊ ਲੈਣ ਲੱਗ ਪਏ? ਨਹੀਂ ਜੀ, ਅਸੀਂ ਤਾਂ ਅੱਜ ਸੱਥ ਦੇ ਬਾਰੇ ਚ ਜਾਣਦੇ ਹਾਂ। ਇਸ ਵਾਸਤੇ ਮੈਡਮ ਜੀ ਪਤਾ ਕੀ ਹੈ ਜੀ, ਇਹਨੂੰ ਇਹ ਜਿਹੜੇ 52 ਪੱਤੇ ਹੁੰਦੇ, ਹਾਂਜੀ 52 ਖੇਡਾਂ ਇਹ, ਪਰ ਇਹਨੂੰ ਜਿੱਤਿਆ ਨੀ ਜੂਏ ਨੂੰ ਕਿਸੇ ਨੇ। ਅੱਛਾ, ਜੂਆ ਹਰ ਬੰਦਾ ਜਿਹੜਾ ਅੱਜ ਤੱਕ ਕੋਈ ਦੁਨੀਆ ਦੇ ਉੱਤੇ ਨੀ ਜਿਹੜਾ ਕਿ ਜੂਏ ਨੂੰ ਜਿੱਤ ਗਿਆ ਹੋਵੇ। ਸ਼ਰਾਬ ਕੋਈ ਦੁਨੀਆ ਦਾ ਨਸ਼ਾ, ਉਸ ਤੋਂ ਵੱਧ ਨਸ਼ਾ ਇਹਦਾ ਇੰਨਾ ਹੈ ਕਿ ਘਰੇ ਪਵਾਂ ਪਸ਼ੂ ਭੁੱਖੇ ਮਰਦੇ ਆ, ਪਵਾਂ ਘਰੇ ਬੱਚੇ ਕੁਛ ਹੋਈ ਜਾਂਦਾ, ਜਿਹਨੂੰ ਲੱਗ ਗਈ ਬਹੁਤ ਮਾੜੀ ਲੱਜ ਹੈ, ਏਡੀ ਚੰਗੀ ਨੀ, ਪਰ ਊ ਇਹ ਵੈਸੇ ਜਿਹੜੀ ਪਿੰਡੂ ਜਿਹੜੀ ਇਸ ਤਰ੍ਹਾਂ ਨਾ ਦਿਲ ਪਰਚਾਵੇ ਵਾਸਤੇ, ਟਾਈਮ ਪਾਸ ਵਾਸਤੇ ਇਹ ਬਹੁਤ ਵਧੀਆ ਪਵਾਂ। ਰਾਤ ਨੂੰ 10 ਵੀ ਵੱਜਣ ਜੇ ਮੇਰਾ ਖਿਆਲ ਵੀ ਸਾਡੇ ਵਰਗੇ ਦੇ ਐਨਕਾਂ ਨਾ ਲੱਗੀਆਂ ਹੁਣ ਤੇ ਸਾਰੀ ਰਾਤ ਹੀ ਖੇਡੀ ਜਾਏਗੀ। ਨਹੀਂ ਪਰ ਮੈਨੂੰ ਤੁਹਾਡੀਆਂ ਗੱਲਾਂ ਚੋਂ ਕੋਈ ਸਿੱਟਾ ਨਹੀਂ ਨਿਕਲ, ਨਾਲੇ ਕਹਿੰਦੇ ਉਹ ਮਾੜੀ ਚਾਸ ਹੈ ਤੇ ਨਾਲੇ ਕਹਿੰਦੇ ਵੀ ਭਾਵੇਂ 10 ਵੱਜ ਜਾਣ। ਮਾੜੀ ਅਸੀਂ ਤਾਂ ਕਹਿੰਦੇ ਜੀ ਵੀ ਅਸੀਂ ਤਾਂ ਜਿਹੜੇ ਹੁਣ ਆਪਦਾ ਜ਼ਿੰਦਗੀ ਨੇੜੇ ਆ, ਹਾਂਜੀ ਮਤਲਬ ਅਸੀਂ 40 ਦੀ ਰੇਸ਼ੋ ਜਿਹੜੀ ਹੈ ਪਿੱਛੇ ਰਹਿ ਗਈ ਤੇ 60 ਦੀ ਟੱਪ ਗਈ ਹੈ। ਹਾਂਜੀ, ਇਸ ਵਾਸਤੇ ਦੂਜਿਆਂ ਨੇ ਵੀ ਜੂਆ ਨਹੀਂ ਖੇਡਣਾ ਇਹਨੂੰ। ਪਹਿਲੀ ਗੱਲ ਤਾਂ ਹੁਣ ਇਹ ਹੌਲੀ ਹੌਲੀ ਅਸੀਂ ਬੱਚਿਆਂ ਨੂੰ ਕਵਾਂਗੇ ਵੀ ਨਸ਼ਾ ਤੋਂ, ਦੂਜਿਆਂ ਤੀਜਿਆਂ ਤੋਂ, ਤੇ ਇਹ ਵੀ ਇੱਕ ਹੈ ਨਸ਼ਾ ਹੀ, ਇਹ ਵੀ ਇੱਕ ਨਸ਼ਾ ਹੈ। ਹਾਂਜੀ, ਇਹ ਕੋਈ ਇੱਦਾਂ ਬਹੁਤਾ ਵਧੀਆ ਨਸ਼ਾ ਨਹੀਂ ਕਹਿ ਸਕਦੇ। ਇਹ ਅੱਗੇ ਰਾਜੇ ਮਹਾਰਾਜਾ ਤੋਂ ਫਿਰ ਚੱਲਦੀ ਚੱਲਦੀ ਫਿਰ ਛੋਟਿਆਂ ਜਿਵੇਂ ਫਿਕਰ ਲੱਗੀ ਆ ਕੇ, ਠੀਕ ਹੈ ਜੀ, ਉਹ ਖੇਡਦੇ ਹੁੰਦੇ ਸੀ ਜੀ। ਬਹੁਤ ਚੰਗਾ ਲੱਗਿਆ ਸਾਡੇ ਨਾਲ ਗੱਲਬਾਤ ਕਰਕੇ, ਤੇ ਹੁਣ ਅਸੀਂ ਤੁਹਾਡਾ ਬਾਕੀ ਦਾ ਪਿੰਡ ਵੇਖ ਲਈਏ। ਹਾਂ ਬਿਲਕੁਲ, ਸੱਥ ਵੇਖ ਲਈਏ, ਸਾਡੇ ਨਾ ਪਿੰਡ ਦੀ ਤੁਸੀਂ ਸੱਥ ਦੇਖ ਲਈ ਆ। ਹਾਂਜੀ, ਤੇ ਤੁਸੀਂ ਮੈਨੂੰ ਕਹਿੰਦੇ ਹੁੰਦੇ ਵੀ ਤੂੰ ਖਬਰਾਂ 'ਚ ਮਾਹਰ ਆ। ਹਾਂ,
ਤੇ ਇਹ ਦੇਖੋ ਵੀ ਜਿਹੜੇ ਸਾਡੇ ਪਿੰਡ ਦੇ ਸਾਥੀ ਆ ਇਹ ਆਪੋ ਆਪਣੇ ਹਰ ਕੋਈ ਕਿੱਤੇ ਦੇ ਵਿੱਚ ਕੰਮ ਦੇ ਵਿੱਚ ਮਾਹਰ ਆ। ਮੈਂ ਤਾਂ ਅੱਗੇ ਸੋਚਦੀ ਸੀ ਵੀ ਜੇ ਕਿਤੇ ਸੀਪ ਓਲੰਪਿਕਸ ਵਿੱਚ ਆ ਜਾਏ ਤਾਂ ਉੱਥੇ ਵੀ ਟਹਿਣਾ ਹੀ ਟਹਿਣਾ ਹੋ ਜਾਵੇ ਵੀ ਇਹ ਸਾਰੇ ਗੋਲਡ ਮੈਡਲ ਜਿੱਤ ਕੇ ਲਿਆਉਣਗੇ ਹੈ ਨਾ, ਹੋਰ ਜਿੱਥੇ ਵੀ ਚਲੋ ਖੇਡੀ ਜਾਂਦੀ ਹੈ ਤਾਸ਼। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਹਰਮਨ ਜੀ ਇਹ ਹੈਗੇ ਨੇ ਸਾਡੇ ਪਟਵਾਰੀ ਸਾਹਿਬ ਸੀ ਪਹਿਲਾਂ, ਹੁਣ ਕੰਨਗੋ ਬਣ ਗਏ ਆ। ਕੀ ਬਾਤ ਹੈ। ਗੁਰਮੀਤ ਸਿੰਘ ਇਹਨਾਂ ਦਾ ਨਾਮ। ਠੀਕ ਹੈ। ਇਹ ਬੜੇ ਵਧੀਆ ਸਾਹਿਤਕਾਰ ਵੀ ਆ। ਅੱਛਾ ਜੀ। ਇਹ ਗੁਰਪ੍ਰੇਮ ਸਿੰਘ ਅਸੀਂ ਇਕੱਠੇ ਪੜ੍ਹਦੇ ਰਹੇ ਆ 10ਵੀਂ ਤੱਕ। ਅੱਛਾ ਜੀ। ਇਹ ਹੈਗੇ ਨੇ ਇਕਬਾਲ ਸਿੰਘ ਹੋਰੀ। ਇੱਥੇ ਇੱਕ ਸਾਡੇ ਸਾਥੀ ਜਗਦੇਵ ਸਿੰਘ ਹੋਰੀ ਵੀ ਆ। ਹਾਂ ਜੀ। ਸੋ ਇਹ ਜਿਹੜੇ ਸਾਥੀ ਆ ਨਾ ਇਹਨਾਂ ਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ। ਬਿਲਕੁਲ ਆ ਜੋ ਯਾਦਾਂ ਜਮਾਤੀ ਹੋਣ ਕਰਕੇ ਹੈ ਨਾ, ਤੇ ਉਹ ਹੁਣ ਤੁਹਾਡਾ ਕੰਮ ਆ। ਦੇਖੋ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਵੀ ਪਿੰਡਾਂ ਦੇ ਵਿੱਚ ਦਰਵਾਜ਼ੇ ਆ ਜਿਹੜੇ ਉਹ ਹਮੇਸ਼ਾ ਖੁੱਲ੍ਹੇ ਹੁੰਦੇ ਆ। ਵਾਕਈ। ਇੱਕ ਸਾਥੀ ਨੂੰ ਆਵਾਜ਼ ਮਾਰ ਗਈ, ਇਹ ਦੇਖੋ ਇਹ ਪਿੰਡ ਵਾਲਿਆਂ ਦਾ ਇੱਕ ਏਕਾ ਹੁੰਦਾ। ਵਾਕਈ। ਪਿੰਡ ਵਾਲਿਆਂ ਦੀ ਮੁਹੱਬਤ ਆ। ਇੱਥੇ ਸੈਂਕੜੇ ਸਾਥੀ ਆ ਜਿਹੜੇ ਉਹ ਇਕੱਠੇ ਹੋ ਜਾਂਦੇ ਆ। ਬਿਲਕੁਲ ਠੀਕ। ਪਰ ਸ਼ਹਿਰਾਂ ਦੇ ਵਿੱਚ ਦਰਵਾਜ਼ੇ ਬੰਦ ਰਹਿੰਦੇ ਆ, ਤੁਸੀਂ 50 ਬੰਦਿਆਂ ਨੂੰ ਆਵਾਜ਼ ਮਾਰੋ 5 ਨਹੀਂ ਆਉਂਦੇ। ਬਿਲਕੁਲ। ਇਹ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਫਰਕ ਆ। ਬਿਲਕੁਲ ਠੀਕ ਹੈ। ਬਾਕੀ ਗੱਲ ਤੁਸੀਂ। ਸੋ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ ਤੁਹਾਡੇ? ਤੇ ਮੈਨੂੰ ਇਹ ਦੱਸੋ ਵੀ ਤੁਸੀਂ ਇਸ ਵੇਲੇ ਕੰਨਗੋ ਲੱਗੇ ਹੋਏ ਹੋ ਤੇ ਸਰਦਾਰ ਸਵਰਨ ਸਿੰਘ ਟਹਿਣਾ ਹੋਰਾਂ ਨੂੰ ਕਦੋਂ ਤੋਂ ਜਾਣਦੇ ਹੋ? ਇਹਨਾਂ ਨੂੰ ਮੈਂ 6-7 ਸਾਲ ਪਹਿਲਾਂ ਨਾਲ ਜਾਣਦਾ ਹਾਂ। ਕੋਈ ਯਾਦਾਂ ਇਹਨਾਂ ਦੇ ਨਾਲ ਜੁੜੀਆਂ ਹੋਣਗੀਆਂ ਤੁਹਾਡੀਆਂ? ਯਾਦਾਂ ਇਹਨਾਂ ਨਾਲ ਜੁੜੀਆਂ ਕਿ ਇਹਨਾਂ ਨੂੰ ਮੈਂ ਪਹਿਲੀ ਦਫਾ ਆਉਣਾ ਸੀ ਇਹਨਾਂ ਨੇ ਮੇਰੇ ਕੋਲ। ਅੱਛਾ ਜੀ। ਉਹ ਨਿੱਕੇ ਮਿੱਤਰ ਆ, ਜਦੋਂ ਵੀ ਆਉਂਦੇ ਆ ਮੇਰੇ ਕੋਲ ਆਉਂਦੇ ਆ। ਹਾਂਜੀ। ਲੜਕੇ ਜਾਂਦੇ ਆਪਣੀ ਕੋਲ ਮੈਨੂੰ। ਮੈਂ ਇਹਨਾਂ ਨੂੰ ਕਿਹਾ ਮੈਂ ਤੁਹਾਨੂੰ ਇੱਕ ਇਹੋ ਜਿਹਾ ਬ੍ਰੇਕਫਾਸਟ ਕਰਾਊਂਗਾ ਵੀ ਤੁਸੀਂ ਕਦੇ ਦੇਖਿਆ ਨਹੀਂ, ਖਾਧਾ ਵੀ ਨਹੀਂ ਹੁੰਦਾ। ਓਏ ਹੋਏ ਹੋਏ, ਕੀ ਬਾਤ ਹੈ। ਬ੍ਰੇਕਫਾਸਟ ਕਰਾਇਆ। ਅੱਛਾ ਜੀ। ਉਹ ਕਾਹਦਾ ਸੀ ਬ੍ਰੇਕਫਾਸਟ? ਕੀ ਸੀ ਖਾਸ ਡਿਸ਼ ਉਹ? ਡਿਸ਼ ਖੀਰ ਸੀਗੀ। ਓਏ ਹੋਏ। ਸੌਣ ਦਾ ਮਹੀਨਾ ਸੀ ਆ। ਨਾਲ ਪੂੜੇ ਜੀ। ਵਾਕਈ ਇਹ ਤਾਂ ਖਾਣ ਜ਼ਿਆਦਾ ਗਏ ਉਦੋਂ। ਅੱਛਾ। ਹਾਂਜੀ। ਸਾਰੀ ਰਾਤ ਔਖੇ ਵੀ ਹੋਏ ਪਰ ਲਾਲਚ ਬੁਰੀ ਬਲਾ ਹੈ, ਸਿਆਣੇ ਬਹੁਤ ਪਹਿਲਾਂ ਦੇ ਕਹਿ ਗਏ। ਜਦੋਂ ਵੀ ਆਉਂਦੇ ਆ ਆਪਣੀ। ਹਾਂਜੀ ਹਾਂਜੀ। ਮੈਨੂੰ ਮਿਲ ਕੇ ਜਾਂਦੇ ਤੇ ਜਦੋਂ ਕਿਤੇ ਅੱਜ ਇਹਨਾਂ ਨੇ ਚੇਚਾ ਮੈਨੂੰ ਫੋਨ ਕਰਕੇ ਇੱਥੇ ਬੁਲਾਇਆ ਵੀ ਤੁਸੀਂ ਪਿੰਡ ਆ। ਬਹੁਤ ਸੋਹਣੀ ਗੱਲ ਹੈ ਕਿ ਤੁਸੀਂ ਇੰਨਾ ਕੀਮਤੀ ਸਮਾਂ ਕੱਢਿਆ ਤੇ ਜਦੋਂ ਕਿਤੇ ਬਾਹਰ ਜਾਂਦੇ ਹੋ ਤੇ ਫਿਰ ਉੱਥੇ ਟਹਿਣਾ ਟਹਿਣਾ ਹੁੰਦੀ ਹੈ ਤੇ ਕਿਵੇਂ ਦਾ ਮਹਿਸੂਸ ਕਰਦੇ? ਸਾਡੇ ਤਾਂ ਬੱਚੇ ਵੀ ਇਹਨਾਂ ਦਾ ਚੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਜਾਂ ਖਬਰਾਂ ਦਾ ਸਾਰਾ ਬਹੁਤ ਦੇਖਦੇ ਨੇ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਨਿੱਘੇ ਮਿੱਤਰ ਆ ਜੀ। ਕੀ ਬਾਤ ਹੈ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ ਬਹੁਤ ਸੋਹਣਾ ਹੈ ਪਹਿਲੀ ਗੱਲ ਤਾਂ ਇਹ, ਤੇ ਤੁਸੀਂ ਸਵਰਨ ਸਿੰਘ ਟਹਿਣਾ ਹੋਰਾਂ ਦੇ ਨਾਲ ਪੜ੍ਹੇ ਹੋਏ ਹੋ ਤੇ ਪੜ੍ਹਦਿਆਂ ਤਾਂ 100 ਸ਼ਰਾਰਤਾਂ ਕੀਤੀਆਂ ਹੋਣਗੀਆਂ, 100 ਯਾਦਾਂ ਜੁੜੀਆਂ ਹੋਣਗੀਆਂ, ਕੋਈ ਇੱਕ ਸਾਡੇ ਨਾਲ ਸਾਂਝੀ ਕਰ ਦਿਓ। ਇਹਦੇ ਨਾਲ ਸਵਾਈ ਇਹ ਜਿਹਾ ਸੀਗਾ। ਹਾਂਜੀ। ਸਾਰਾ ਦਿਨ ਸ਼ਰਾਰਤਾਂ ਦੀ ਸੀਗਾ। ਅਸਲੀ ਗੱਲਾਂ ਨਿਕਲੀਆਂ ਨੇ। ਮੈਂ ਜਦੋਂ ਦਾ ਸਾਡਾ ਪ੍ਰੋਗਰਾਮ ਸ਼ੁਰੂ ਹੋਇਆ ਤੇ ਸਾਰਿਆਂ ਨੂੰ ਪੁੱਛ ਪੁੱਛ ਥੱਕ ਗਈ ਵੀ ਮੈਨੂੰ ਕੋਈ ਸ਼ਰਾਰਤ ਦੱਸ ਦਿਓ, ਸ਼ਰਾਰਤ ਦੱਸ ਦਿਓ। ਕਿਸੇ ਨੇ ਨਹੀਂ ਦੱਸੀ, ਸਾਰੇ ਵਧੀਆ ਚੀਜ਼ਾਂ ਹੀ ਦੱਸਦੇ ਰਹੇ ਨੇ, ਤਾਂ ਹੁਣ ਤੁਸੀਂ ਦੱਸ ਦੇਣੀਆਂ ਫਟਾਫਟ। ਸ਼ਰਾਰਤ ਦਾ ਇਹ ਕਾਰਨਾ ਹੀ ਅਸੀਂ ਕਿਤੇ ਜੋ ਜਾਣਾ ਰਾਕਸ਼ਾ ਮੂਧਾ ਮਾਰ ਲੈ ਕੇ ਸਿੱਧਾ ਘਰ ਲੈ ਕੇ ਸਾਡਾ ਇੰਨੀ ਦੋਸਤੀ ਇੰਨੀ ਸੀਗੀ। ਹਾਂਜੀ। ਬਹੁਤ ਜ਼ਿਆਦਾ ਪਿਆਰ ਸੀ ਸਾਡਾ। ਕੀ ਬਾਤ ਹੈ। 10ਵੀਂ ਤੱਕ ਫਿਰ ਬਹੁਤ ਵਧੀਆ ਪਿਆਰ ਹੈ ਸਾਡਾ। ਅੱਛਾ ਜੀ। ਹੁਣ ਸਾਨੂੰ ਬਹੁਤ ਮਾਣ ਹੈ ਇਹਦਾ ਨਾਂ ਚੱਲਦੇ ਆ। ਵਾਹ। ਨਾਲ ਸਾਡਾ ਵੀ ਚੱਲਦਾ। ਬਿਲਕੁਲ, ਤੁਹਾਡੇ ਪਿੰਡ ਦਾ ਨਾਂ ਚੱਲਦਾ ਨਾਲ, ਬਹੁਤ ਸੋਹਣੀ ਗੱਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਹੈ ਜੀ? ਤੁਸੀਂ ਵੀ ਜਮਾਤੀ ਰਹੇ ਹੋ? ਹੁਣ ਉਹਨਾਂ ਨੇ ਇੱਕ ਸ਼ਰਾਰਤ ਦੱਸਤੀ ਹੈ ਤਾਂ ਤੁਸੀਂ ਕੀ ਕੀ ਕਰਦੇ ਰਹੇ ਹੋ ਉਹਨਾਂ ਦੇ ਨਾਲ? ਯਾਦਾਂ ਨਾਲ ਜੁੜੀਆਂ ਹੋਣ। ਸਾਰੇ ਅਸੀਂ ਏਕਾ ਬਣਾ ਕੇ ਉੱਠ ਗਏ। ਅੱਛਾ ਜੀ। ਅੱਛਾ ਜੀ। ਇੱਥੇ ਅਸੀਂ ਉਦੋਂ ਸਾਕਰਤਾ ਮਹਿੰਮ ਵਿੱਚ ਲੱਗੇ ਸੀਗੇ। ਅੱਛਾ ਜੀ। ਇੱਥੋਂ ਅਸੀਂ ਉਹ ਬਹਾਨਾ ਮਾਰਤਾ ਜੀ, ਉਹ ਜਾ ਕੇ ਅਸੀਂ ਉੱਥੇ ਜਾ ਕੇ ਵੀ ਪ੍ਰੋਗਰਾਮ ਦੇਖ ਕੇ ਆਏ। ਬਾਅਦ ਦੇ ਵਿੱਚ ਵੈਸੇ ਸਾਨੂੰ ਮੈਡਮ ਨੇ ਤਾਂ ਕੁਛ ਨੀ ਕਿਹਾ ਜੀ, ਪਤਾ ਸੀਗਾ ਪੜ੍ਹਨ ਵਿੱਚ ਵੀ ਸੀ ਸਾਰੇ ਲਾਈਵ ਸੀਗੇ। ਹਾਂ। ਤੇ ਛਿੱਟੀਆਂ ਆਪਣੀ ਪਸੰਦ ਦੀਆਂ ਚੁੜੀਆਂ ਸੀ ਕਿ ਮੈਡਮ ਹੀ ਲੈ ਕੇ ਆਏ ਸੀ? ਬਹੁਤ ਵਧੀਆ। ਸਿਰਫ ਆਪਣੀ ਜਮਾਤ ਤੱਕ ਹੀ ਮਤਲਬ ਰੱਖਦੇ ਨੇ, ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਨੇ, ਪਰ ਤੁਸੀਂ ਸੀਨੀਅਰ ਜੂਨੀਅਰ ਰੋਲ
ਦੇ ਬਾਵਜੂਦ ਵੀ ਇੱਕ ਦੂਜੇ ਨਾਲ ਰਾਬਤਾ ਕਾਇਮ ਕੀਤਾ ਹੈ, ਬਹੁਤ ਸੋਹਣੀ ਗੱਲ ਹੈ ਤੇ ਹਾਲੇ ਤੱਕ ਤੁਹਾਡਾ ਪਿਆਰ ਲਿਭ ਰਿਹਾ ਇਹਦੇ ਨਾਲ ਦੀ ਰੀਸ ਲਈ। ਸੋ ਤੁਸੀਂ ਕੀ ਜਾਣਦੇ ਹੋ ਇਹਨਾਂ ਦੇ ਬਾਰੇ 'ਚ, ਕੋਈ ਇਹਨਾਂ ਦੇ ਵਿਅਕਤਿਤਵ ਬਾਰੇ, ਕਿਉਂਕਿ ਹੁਣ ਤੱਕ ਤਾਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਤੇ ਅਸੀਂ ਹੁਣ ਤੱਕ ਬਹੁਤ ਸਾਰਾ ਸਾਥ ਵੀ ਸਾਡਾ ਰਿਹਾ ਵੀ ਅਸੀਂ ਇਕੱਠੇ ਕੰਮ ਕਰਦੇ ਹਾਂ ਤੇ ਜੋ ਕੁਛ ਅਸੀਂ ਜਾਣਦੇ ਹਾਂ ਉਦੋਂ ਅਲਹਿਦਾ ਜੇ ਕੁਛ ਪਤਾ ਹੋਏ ਤਾਂ ਉਹ ਜ਼ਰੂਰ ਸਾਡੇ ਨਾਲ ਸਾਂਝਾ ਕਰੋ। ਦੇਖੋ ਜੀ ਮੈਡਮ, ਮੈਂ ਇਹ ਕਹਿਣਾ ਚਾਹੁੰਦਾ ਵੀ ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨੇ, ਵਾਕਈ ਉਹ ਇਹਨਾਂ ਨੇ ਜਿਹੜੀ ਬਣਾਈ ਹੈਗੀ ਆ। ਸਾਡੇ ਪਿੰਡ ਦੇ ਵਿੱਚ 3-4 ਸ਼ਖਸੀਅਤਾਂ ਹੋਰ ਵੀ ਹੈਗੀਆਂ, ਉਹਨਾਂ ਦਾ ਨਾਮ ਮੈਂ ਜ਼ਿਕਰ ਕਰੂੰਗਾ। ਸਾਡੇ ਨਿਰਮਲ ਸਿੱਧੂ ਜੀ ਹੈਗੇ, ਸਾਡੇ ਕਰਮਜੀਤ ਟਹਿਣਾ ਜਿਹੜੇ ਸਾਬਕਾ ਸਰਪੰਚ ਨੇ, ਵੀ ਉਹਨਾਂ ਨੇ ਆਪਦੀ ਪਹਿਚਾਣ ਇੱਥੇ ਆ ਕੇ ਦੂਰੋਂ ਪਿੰਡ ਤੋਂ ਆ ਕੇ, ਜਿਵੇਂ ਚੰਡੀਗੜ੍ਹ ਦੇ ਰਹਿਣ ਵਾਲੇ ਸੀ, ਉਹਨਾਂ ਨੇ ਆਪਦੀ ਪਹਿਚਾਣ ਇੱਥੇ ਕਾਇਮ ਕੀਤੀ, ਅੱਗੇ ਵੀ ਆਪਦਾ ਸਟਰਗਲ ਪੋਲੀਟੀਕਲ ਸਿਸਟਮ ਕਰਦੇ। ਜਿੱਥੋਂ ਤੱਕ ਸਵਰਨ ਸਿੰਘ ਜੀ ਦੀ ਗੱਲ ਹੈ, ਇਹਨਾਂ ਨੇ ਜਦੋਂ ਮੈਂ ਵੀ ਜਦੋਂ ਇਹਨਾਂ ਨੇ ਆਉਣਾ ਮੈਂ ਨਾ ਰਾਬਤਾ ਕਾਇਮ ਕਰਨਾ ਵੀ ਤੁਸੀਂ ਮੈਨੂੰ ਕਦੋਂ ਮਿਲੋਗੇ, ਤੇ ਫਿਰ ਜਦੋਂ ਮੈਂ ਦੇਖਦਾ ਜਾ ਕੇ ਵੀ ਇਹਨਾਂ ਨੇ ਆਪਦੇ ਲਾਗੇ ਘਰ ਦੇ ਕੋਲੇ ਇੱਕ ਸਬਜ਼ੀ ਲਾਈ ਹੋ ਜਾਣ, ਸਬਜ਼ੀ ਲਾਈ ਹੋ, ਦੇਖਦੇ ਕਿਤੇ ਮੂੜੀਆਂ ਪੱਟੀ ਜਾਂਦੇ ਆ ਜਾਂ ਕਿਤੇ ਕੁਛ ਮੂੰਹ ਨੂੰ ਪੱਟੀ ਜਾਂਦੇ ਆ, ਤੇ ਮੈਂ ਇੱਕ ਰਿਐਲਿਟੀ ਕਹਿ ਰਿਹਾ ਵੀ ਇਹ ਮੈਂ ਅੱਖੀ ਦੇਖਣ ਦੀ ਗੱਲ ਆ ਵੀ ਮੈਂ ਬਿਜੀ ਇੰਨੀ ਲਾਈਵ ਬਿਜੀ ਹਰ ਵੇਲੇ ਬਿਜੀ, ਕੋਈ ਫਾਲਤੂ ਗੱਲ ਨੀ, ਕੋਈ ਕਿਸੇ ਮਾੜੇ ਬੰਦੇ ਨਾਲ ਬੈਣੀ ਉੱਠਣੀ ਨੀ, ਤੇ ਜਦੋਂ ਤੱਕ ਮੈਂ ਦੇਖਿਆ ਵੀ ਬਿਜੀ ਰਹਿੰਦੇ ਸੀ ਆਪਦਾ ਜਿਹੜਾ ਇਹਨਾਂ ਨੇ ਮੁਕਾਮ ਹਾਸਲ ਕੀਤਾ ਉਹ ਇਹਨਾਂ ਦੇ ਇਹ ਜਿਹੜੀ ਹੈਗੀ ਮਿਹਨਤ ਦੀ ਲਗਨ ਦੇ ਕਾਰਨ ਹੋਇਆ। ਕੀ ਬਾਤ ਹੈ, ਤੇ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਵੀ ਮੈਂ ਅਕਸਰ ਹੀ ਇਹਨਾਂ ਨੂੰ ਕਹਿੰਦੀ ਹੁੰਨੀ ਆ ਕਿ ਇਹਨਾਂ ਦੀ ਹੁਣ ਤਾਂ ਜਿਹੜੀ ਆਮ ਬੋਲ ਬਾਣੀ ਵਾਲੀ ਭਾਸ਼ਾ ਉਹਦੇ 'ਚ ਵੀ ਖਬਰਾਂ ਦਾ ਟੱਚ ਆ ਗਿਆ, ਵੀ ਆਮ ਗੱਲ ਵੀ ਖਬਰੀ ਭਾਸ਼ਾ ਦੇ ਵਿੱਚ ਹੀ ਕਰਦੇ ਨੇ, ਇਹ ਸ਼ਰਾਰਤਾਂ ਵੀ ਖਬਰੀ ਭਾਸ਼ਾ 'ਚ ਕਰਦੇ ਨੇ। ਸ਼ਰਾਰਤਾਂ ਦੇ ਆਪਣੀਆਂ ਗੁਪਤ ਹੁੰਦੀਆਂ ਜਿਹਨਾਂ ਓਪਨਲੀ ਨਹੀਂ ਹੁੰਦੀਆਂ ਸਾਰੀਆਂ, ਵੀ ਜਾਣੀ ਕਿ ਥੋੜਾ ਜਿਹਾ ਉਹ ਰੱਖਦੇ ਸੀ ਆਪਦਾ ਵੀ ਜ਼ਿਆਦਾ ਵੀ ਓਪਨਲੀ ਨਾ ਹੋ ਜਾਏ, ਸ਼ਰਾਰਤ ਕਰਦੇ ਸੀਗੇ ਥੋੜੀ ਜਿਹੀ ਪਤਾ ਨਾ ਲੱਗ ਜਾਏ, ਏਦਾਂ ਨਹੀਂ ਹੁੰਦੀ ਸੀ। ਬਾਕੀ ਜਿਹੜਾ ਇਹਨਾਂ ਦੀ ਪਛਾਣ ਦੇ ਨਾਲ ਹੈ ਉਹ ਲਗਨ ਮਿਹਨਤ ਬਹੁਤ ਜ਼ਿਆਦਾ ਹੈਗੀ ਸੀ, ਮਿਹਨਤ ਦਾ ਹੀ ਸਿੱਟਾ ਹੈ ਜਿੱਥੋਂ ਤੱਕ ਪਹੁੰਚੇ ਨੇ, ਤੇ ਤੁਹਾਡੇ ਨਾਲ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ, ਤੇ ਹੁਣ ਸਾਥ ਅਸੀਂ ਵੇਖ ਲਈ ਹੈ ਤੇ ਘਰ ਵੀ ਚੱਲੀਏ ਫਿਰ, ਆਪਣਾ ਘਰ ਵੀ ਦਿਖਾਓ। ਜੀ ਬਿਲਕੁਲ ਜੀ, ਆਇਆਂ ਨੂੰ ਮੈਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦੀ ਹਾਂ, ਜ਼ਰੂਰ ਪਿੰਡ ਵਾਸੀਆਂ ਦਾ ਸਭ ਤੋਂ ਵੱਡਾ ਧੰਨਵਾਦੀ ਹਾਂ, ਬਿਲਕੁਲ, ਕਿਉਂਕਿ ਨਾ ਬੰਦਾ ਕਿਤੇ ਵੀ ਪਹੁੰਚ ਜੇ ਪੰਛੀ ਜਿੰਨਾ ਮਰਜ਼ੀ ਉੱਚਾ ਉੱਡੇ ਤੇ ਉਹਦਾ ਆਲਣਾ ਧਰਤੀ ਤੇ ਰਹਿੰਦਾ, ਬਿਲਕੁਲ, ਤੇ ਉਹਨੂੰ ਜ਼ਮੀਨ ਨਾਲ ਜੁੜ ਕੇ ਰਹਿਣਾ ਚਾਹੀਦਾ। ਇਹ ਮੇਰੇ ਖੰਭ ਵੀ ਨੇ, ਇਹ ਮੇਰੇ ਮਾਰਗਦਰਸ਼ਕ ਵੀ ਨੇ ਸਾਰੇ, ਇਹ ਮੇਰੀ ਊਰਜਾ ਵੀ ਨੇ ਸਾਰੇ, ਤੇ ਮੈਂ ਇਹਨਾਂ ਦੇ ਮੂਹਰੇ ਬਹੁਤ ਬੌਣਾ ਆਪਣੇ ਪਿੰਡ ਦੇ ਵਿੱਚ, ਹੈ ਨਾ, ਤੇ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਇਹ ਇੰਨੀ ਮੁਹੱਬਤ ਦਿੰਦੇ ਸਾਰੇ। ਮੈਨੂੰ ਕੋਈ ਦੁੱਖ ਸੁੱਖ ਹੁੰਦਾ ਤੇ ਮੈਂ ਕਿਹਨੂੰ ਕਿਹਨੂੰ ਫੋਨ ਕਰਨਾ ਤੇ ਮੇਰੇ ਕਿਹੜੇ ਕਿਹੜੇ ਸਾਥੀਆਂ ਨੇ ਤੁਰੰਤ ਮੇਰੀ ਮਦਦ ਕਰਨੀ ਹੈ, ਮੈਂ ਧੰਨਵਾਦੀ ਇਹਨਾਂ ਦਾ। ਤੇ ਤੁਸੀਂ ਆਏ ਆਪਾਂ ਸਾਰੇ ਜਾਣੇ ਤੇ ਘਰ ਤਾਂ ਜਾਣਾ ਹੀ ਆ। ਨਹੀਂ, ਅਸੀਂ ਸਾਰੇ ਵੀ ਪ੍ਰਾਈਮ ਏਸ਼ੀਆ ਟੀਵੀ ਦੀ ਪੂਰੀ ਟੀਮ, ਅਮਨ ਭਾਜੀ, ਅਸੀਂ ਸਾਰੇ ਵੀ ਇਹ ਪਿੰਡ ਵਾਸੀਆਂ ਦੇ ਧੰਨਵਾਦੀ ਆ, ਕਿਉਂਕਿ ਕਿਸੇ ਕੋਲ ਅੱਜ ਸਮਾਂ ਨਹੀਂ ਹੈਗਾ ਵੀ ਕੋਈ ਕਿਸੇ ਨਾਲ ਖੜ ਕੇ ਦੋ ਬੋਲ ਸਾਂਝੇ ਕਰ ਸਕੇ, ਪਰ ਇਹਨਾਂ ਨੇ ਇੱਕ ਆਵਾਜ਼ ਤੇ ਇੰਨੀਆਂ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ, ਆਪਣਾ ਇੰਨਾ ਕੀਮਤੀ ਸਮਾਂ ਕੱਢਿਆ ਇਹਦੇ ਨਾਲ ਦੀ ਰੀਸ ਨਹੀਂ। ਸੋ ਵਾਕਈ ਬਹੁਤ ਬਹੁਤ ਸ਼ੁਕਰੀਆ ਸਾਰੇ। ਚਲੋ ਆਪਾਂ ਹੁਣ ਘਰ ਚੱਲਦੇ ਹਾਂ, ਜ਼ਰੂਰ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਪਹੁੰਚ ਗਿਆ ਸਵਰਨ ਸਿੰਘ ਟਹਿਣਾ ਹੋਰਾਂ ਦੇ ਜੱਦੀ ਘਰ ਦੇ ਵਿੱਚ, ਅਤੇ ਮੈਂ ਬਹੁਤ ਖੁਸ਼ ਹੋਈ ਹਾਂ ਕਿਉਂਕਿ ਬਹੁਤ ਖੁੱਲ੍ਹਾ ਡੁੱਲਾ ਘਰ ਹੈ ਇਹ, ਹਵਾ ਚਾਰੋਂ ਪਾਸਿਓਂ ਲੱਗਦੀ ਪਈ ਹੈ, ਹਾਲਾਂਕਿ ਪਿੱਛੇ ਸੜਕ ਹੈ ਜਿਹਦੇ ਕਰਕੇ ਬਹੁਤ ਸਾਰਾ ਟ੍ਰੈਫਿਕ ਵੀ ਇੱਥੋਂ ਨਿਕਲ ਰਿਹਾ, ਪਰ ਤਾਂ ਵੀ ਮੈਂ ਇੱਕ ਚੀਜ਼ ਵੇਖੀ ਹੈ ਵੀ ਸਾਡੇ ਜਲੰਧਰ ਨਾਲੋਂ ਕਿਤੇ ਘੱਟ ਹੈ ਟ੍ਰੈਫਿਕ ਵੀ। ਹਾਂ, ਇਹ ਗੱਲ ਸਹੀ ਹੈ, ਹੈ ਨਾ। ਨਹੀਂ ਦੇਖੋ, ਅਗਲੀ ਗੱਲ ਨਾ ਸ਼ੁਰੂ ਕਰਨ ਤੋਂ ਪਹਿਲਾਂ ਵੀ ਮੈਂ ਥੋੜ੍ਹਾ ਧੰਨਵਾਦੀ ਇੱਕ ਵਾਰੀ ਫੇਰ ਹਾਂ ਵੀ ਤੁਸੀਂ ਪਿੰਡ ਆਏ ਹੋ, ਕੀ ਬਾਤ, ਇਸ ਘਰ ਦੇ ਵਿੱਚ ਆਏ ਹੋ। ਇਸ ਘਰ ਨੂੰ ਅਸੀਂ ਤਾਲਾ ਲਾ ਕੇ ਰੱਖਦੇ ਹਾਂ ਜਿੰਦਾ ਲੱਗਾ ਹੁੰਦਾ, ਕਿਉਂਕਿ ਸਾਰਾ ਟੱਬਰ ਤਾਂ ਹੁਣ ਜਲੰਧਰ ਦੇ ਵਿੱਚ ਰਹਿੰਦੇ ਹਾਂ। ਮਹੀਨੇ ਡੇਢ ਮਹੀਨੇ ਬਾਅਦ ਇਸ ਘਰ ਦੇ ਵਿੱਚ ਆਉਣਾ ਮੈਂ ਸਫਾਈ ਕਰਨ ਦੇ ਲਈ, ਸਫਾਈ ਕਰਕੇ ਤਾਲਾ ਲਾ ਕੇ ਫਿਰ ਵਾਪਸ ਚਲਾ ਜਾਂਦਾ, ਫਿਰ ਆਉਣਾ ਫਿਰ ਚਲਾ ਜਾਂਦਾ। ਕਈ ਸਾਥੀ ਕਹਿੰਦੇ ਆ ਵੀ ਇਸ ਘਰ ਨੂੰ ਦੇ ਦਿਓ ਸਾਨੂੰ ਕਿਰਾਏ 'ਤੇ, ਦੇ ਦਿਓ ਉੱਦਾਂ ਬੈਠਣ ਲਈ ਦੇ ਦਿਓ, ਪਰ ਬਾਅਦ ਦੇ ਵਿੱਚ ਅੱਜ ਕੱਲ੍ਹ ਲੋਕ ਤੰਗ ਕਰਦੇ ਆ, ਪਰੇਸ਼ਾਨ ਕਰਦੇ ਆ, ਪਤਾ ਨਹੀਂ ਤੁਹਾਡੇ ਘਰ ਦੀ ਦੁਰਵਰਤੋਂ ਨਾ ਹੋਵੇ। ਇਸ ਗੱਲ ਕਰਕੇ ਨਾ ਇਹਨੂੰ
ਕਿਤੇ ਦਿੰਦਾ ਨਹੀਂ ਮੈਂ ਤੇ ਸਫਾਈ ਵਾਲੇ ਦਾ ਖਾਸ ਖਿਆਲ ਰੱਖਦਾ ਠੀਕ ਹੈ ਜੀ ਤੇ ਮੈਂ ਮਾਫੀ ਚਾਹੁੰਦਾ ਵੀ ਪੱਖਾ ਵੀ ਹੈ ਨਹੀਂਗਾ ਨਹੀਂ ਪਰ ਜਿਹੜੀ ਇਹ ਹਵਾ ਕੁਦਰਤ ਵਾਲਾ ਪੱਖਾ ਚੱਲ ਰਿਹਾ ਇਹ ਬਹੁਤ ਵਧੀਆ ਚਲੋ ਮਿਹਰਬਾਨੀ ਤੇ ਬਾਕੀ ਮੈਂ ਹੁਣ ਦੇਖੋ ਪਿੰਡ ਵਾਲਿਆਂ ਦੇ ਨਾਲ ਮੈਂ ਗੱਲਬਾਤ ਕੀਤੀ ਮੈਂ ਸਕੂਲ ਦੇ ਵਿੱਚ ਤੁਹਾਡੇ ਜਾ ਕੇ ਉੱਥੇ ਗੱਲਬਾਤ ਕੀਤੀ ਬਹੁਤ ਕੁਝ ਪਤਾ ਲੱਗਿਆ ਤੁਹਾਡੇ ਬਾਰੇ 'ਚ ਪਰ ਮੈਂ ਚਾਹੁੰਦੀ ਹਾਂ ਵੀ ਕੁਝ ਗੱਲਾਂ ਤੁਸੀਂ ਆਪਣੀ ਜ਼ੁਬਾਨੀ ਵੀ ਸਾਨੂੰ ਦੱਸੋ ਕਿਉਂਕਿ ਇੰਨਾ ਕੁ ਤਾਂ ਮੈਨੂੰ ਵੀ ਪਤਾ ਕਿ ਤੁਸੀਂ ਬਹੁਤ ਜ਼ਿਆਦਾ ਸੰਘਰਸ਼ ਕੀਤਾ ਅਤੇ ਉਹ ਸੰਘਰਸ਼ ਦਾ ਹੀ ਰਿਜ਼ਲਟ ਹੈ ਫਲ ਹੈ ਕਿ ਤੁਸੀਂ ਇੱਥੋਂ ਤੱਕ ਪਹੁੰਚੇ ਹੋ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਸਵਰਨ ਸਿੰਘ ਟਹਿਣਾ ਦਾ ਨਾਂ ਜਾਣਿਆ ਜਾਂਦਾ ਸੋ ਕੁਝ ਕਹਾਣੀਆਂ ਤੁਹਾਡੇ ਸੰਘਰਸ਼ ਨੂੰ ਲੈ ਕੇ ਕੁਝ ਯਾਦਾਂ ਉਹ ਜ਼ਰੂਰ ਸਾਡੇ ਨਾਲ ਦੇਖੋ ਹਰਮਨ ਜੀ ਗੱਲ ਨਾ ਇਹ ਹੈ ਕਿ ਹਰ ਬੰਦਾ ਸੰਘਰਸ਼ ਤਾਂ ਕਰਦਾ ਹੀ ਹੈ ਆਪਣੇ ਲਈ ਕਰਦਾ ਬਿਲਕੁਲ ਕਿਸੇ ਹੋਰ ਲਈ ਨਹੀਂ ਬਿਲਕੁਲ ਮੈਨੂੰ ਵੀ ਕਰਨਾ ਪਿਆ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਤਸੱਲੀ ਹੈ ਕਿ ਮੇਰਾ ਬਚਪਨ ਗੁਰਬਤ ਦੇ ਵਿੱਚੋਂ ਨਿਕਲਿਆ ਬੇਹੱਦ ਗੁਰਬਤ ਦੇ ਵਿੱਚ ਬਿਲਕੁਲ ਬਿਲਕੁਲ ਜਦੋਂ ਤੁਹਾਡੇ ਪਿਤਾ ਜੀ ਵੀ ਬਿਮਾਰ ਰਹਿੰਦੇ ਹੋਣ ਜਿਹੜੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਬਿਲਕੁਲ ਠੀਕ ਉਸ ਵਕਤ ਤੁਸੀਂ ਪੜ੍ਹਾਈ ਵੀ ਕਰਨੀ ਹੋਵੇ ਉਸ ਵਕਤ ਤੁਹਾਨੂੰ ਆਪਣੇ ਭਵਿੱਖ ਦਾ ਵੀ ਫਿਕਰ ਹੋਵੇ ਤੇ ਉਹ ਇਹੋ ਜਿਹਾ ਮੋੜ ਸੀਗਾ ਵੀ ਮੈਂ ਕਿਸੇ ਵੀ ਪਾਸੇ ਨੂੰ ਤੁਰ ਸਕਦਾ ਸੀ ਬਿਲਕੁਲ ਠੀਕ ਹੈ ਹੋ ਸਕਦਾ ਕਿਸੇ ਗਲਤ ਪਾਸੇ ਨੂੰ ਤੁਰ ਪੈਂਦਾ ਕਿਉਂਕਿ ਉਹਦੇ ਜ਼ਿਆਦਾ ਚਾਂਸਸ ਕੁਝ ਨਹੀਂ ਸੀਗਾ ਹਾਂਜੀ ਨਾ ਤਾਂ ਅਸੀਂ ਕੋਈ ਰੀਸ ਬੰਦੇ ਆ ਜੋ ਕਮਾਉਂਦੇ ਆ ਸੋ ਖਾਂਦੇ ਆ ਬਿਲਕੁਲ ਠੀਕ ਆ ਜਿਹੜੇ ਤੁਹਾਨੂੰ ਕਮਰੇ ਦਿਸਦੇ ਆ ਪਿੱਛੇ ਇਹਨਾਂ ਕਮਰਿਆਂ ਦੇ ਲਈ ਮੇਰੇ ਬਾਪ ਨੇ ਕਰਜ਼ਾ ਲਿਆ ਸੀ ਓਏ ਹੋਏ ਹੋਏ ਤੇ ਉਹ ਜਿਹੜਾ ਕਰਜ਼ਾ ਸੀ ਤੇ ਅਪ੍ਰੈਲ ਮਹੀਨੇ ਦੇ ਵਿੱਚ ਉਹਦੀ 8-9 ਹਜ਼ਾਰ ਰੁਪਈਏ ਦੀ ਕਿਸ਼ਤ ਜਮ੍ਹਾਂ ਕਰਾਉਣੀ ਹੁੰਦੀ ਸੀ ਵਿਆਜ ਦੀ ਤੇ ਸਾਡੇ ਘਰ ਦੇ ਵਿੱਚ 1-1.5 ਮਹੀਨਾ ਪਹਿਲਾਂ ਹੀ ਮਾਤਮ ਵਰਗੀ ਸਥਿਤੀ ਹੋ ਜਾਂਦੀ ਸੀ ਵੀ ਯਾਰ ਇਹ ਕਿਵੇਂ ਮੋੜਨਾ ਮੂਲ ਦੀ ਗੱਲ ਛੱਡੋ ਵਿਆਜ ਵੀ ਕਿਵੇਂ ਮੋੜਨਾ ਅੱਛਾ ਮਤਲਬ 7-8 ਹਜ਼ਾਰ ਕਿੱਥੋਂ ਆਏਗਾ ਕਿੱਥੋਂ ਆਊਗਾ ਹਾਂਜੀ ਮੇਰੀ ਪੜ੍ਹਾਈ 9ਵੀਂ ਕਲਾਸ ਦੇ ਵਿੱਚ ਹੀ ਬੰਦ ਹੋ ਜਾਣੀ ਸੀ ਅੱਛਾ ਜੀ ਮੈਂ ਪਿੰਡ ਦੇ ਵਿੱਚ ਮਜ਼ਦੂਰੀ ਵੀ ਕੀਤੀ ਹੈ ਜਿਹੜੀ ਸੱਥ ਦੇ ਵਿੱਚ ਖੜ ਕੇ ਤੁਸੀਂ ਗੱਲਾਂ ਕੀਤੀਆਂ ਉਹ ਸੱਥ ਵਾਲੀ ਜਿਹੜੀ ਸੜਕ ਆ ਉਹ ਸਾਰੀ ਦੇ ਵਿੱਚ ਮੈਂ ਵੀ ਬਚਪਨ ਦੇ ਵਿੱਚ ਇੱਟਾਂ ਢੋਈਆਂ ਤੇ ਮੈਨੂੰ ਉਦੋਂ 40 ਰੁਪਏ ਦਿਹਾੜੀ ਮਜ਼ਦੂਰੀ ਹੁੰਦੀ ਸੀਗੀ ਤੇ ਮੈਨੂੰ 20 ਰੁਪਏ ਦਿਨ ਦੇ ਮਿਲਦੇ ਹੁੰਦੇ ਸੀਗੇ ਤੇ ਮਿਲਖਾ ਸਿੰਘ ਨਾਂ ਦਾ ਇੱਕ ਸਾਡੇ ਪਿੰਡ ਦਾ ਠੇਕੇਦਾਰ ਹੁੰਦਾ ਸੀਗਾ ਤੇ ਉਹਦੇ ਕੋਲੇ ਮੈਂ ਗਿਆ ਮੈਂ ਆਖਿਆ ਵੀ ਮੈਨੂੰ ਕੰਮ ਚਾਹੀਦਾ ਉਹਨੇ ਮੈਨੂੰ 2-3 ਕਰਾਰੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਕਹਿੰਦਾ ਕੁੱਕੜ ਜਿੰਨਾ ਤੇਰਾ ਭਾਰ ਨੀਗਾ ਭੱਜ ਇੱਥੋਂ ਮੈਂ ਨਹੀਂ ਕੰਮ ਦੇਣਾ ਤੈਨੂੰ ਤੇ ਮੇਰੇ ਕੋਲ ਰਾਹ ਕੋਈ ਨਹੀਂ ਫਿਰ ਘਰਦੇ ਕਹਿੰਦੇ ਵੀ ਇੱਥੇ ਕਿਤਾਬਾਂ ਜੋਗੇ ਪੈਸੇ ਹੈ ਨਹੀਂਗੇ ਪੇਪਰ ਦੇਣੇ ਬੰਦ ਕਰ ਤੇ ਪੜ੍ਹਾਈ ਬੰਦ ਕਰ ਵਰਕਸ਼ਾਪ ਤੇ ਲੱਗ ਜਾ ਅੱਛਾ ਜਾਂ ਕੋਈ ਵੀ ਕੰਮ ਕਰ ਲਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਪਰ ਪੜ੍ਹਾਈ ਬੰਦ ਮੈਂ ਅਗਲੇ ਦਿਨ ਫੇਰ ਜਾ ਕੇ ਉਹਦੀਆਂ ਮਿਹਨਤਾਂ ਕੀਤੀਆਂ ਫੇਰ ਨਾ ਮੰਨਿਆ ਫੇਰ ਮੈਂ ਗਿਆ ਫੇਰ ਉਹ ਮੈਨੂੰ ਕਹਿੰਦਾ ਵੀ ਤੈਨੂੰ ਦਿਨ ਦੀਆਂ 4-4 ਇੱਟਾਂ ਚੱਕਣੀਆਂ ਪੈਣਗੀਆਂ ਤੇ ਪੂਰੇ ਬੰਦੇ ਨੂੰ ਦਿੰਦੇ ਅਸੀਂ 40 ਰੁਪਏ ਤੈਨੂੰ ਦੇਵਾਂਗੇ 20 ਰੁਪਏ ਤੇ ਮੈਂ ਕਿਹਾ ਮੈਨੂੰ 20-20 ਮਨਜ਼ੂਰ ਆ ਠੀਕ ਹੈ ਜੀ ਮੈਂ ਜਦੋਂ 3 ਕੁ ਦਿਨ ਕੰਮ ਕੀਤਾ ਦੂਜੇ ਦਿਨ ਮੇਰੇ ਉਂਗਲਾਂ ਦੇ ਪੋਟੇ ਛਿੱਲੇ ਗਏ ਇੱਟਾਂ ਸਾਰੀ ਰੜੀ ਚੱਕੀ ਜਾਣੀਆਂ ਮੇਰੇ ਜਿਹੜੇ ਨਾਲ ਦੇ ਮਜ਼ਦੂਰ ਹੁੰਦੇ ਸੀਗੇ ਉਹ ਮੇਰੇ 'ਤੇ ਤਰਸ ਜਿਹਾ ਖਾਂਦੇ ਹੁੰਦੇ ਸੀਗੇ ਵੀ ਇਹ ਬੱਚਾ ਹੈਗਾ ਅਤੇ ਉਹਨਾਂ ਨੇ ਮੈਨੂੰ ਕਹਿਣਾ ਵੀ ਕੋਈ ਨਹੀਂ ਤੂੰ 3 ਚੱਕ ਲਾ ਅਸੀਂ ਕੁਛ ਨਹੀਂ ਕਹਿੰਦੇ ਤੈਨੂੰ 2 ਚੱਕ ਲੈ ਇੱਟਾਂ ਲਓ ਜੀ ਇਉਂ ਉਹਨੂੰ ਮੈਨੂੰ ਮੇਰੇ ਪੋਟੇ ਇੱਕ ਦਿਨ ਦਿਸ ਗਏ ਉਹਨੇ 3 ਦਿਨ ਮੈਨੂੰ ਕੰਮ ਤੋਂ ਹਟਾ ਤਾ ਅੱਛਾ ਕੁੱਲ ਮੇਰੇ ਬਣੇ ਸੀ 60 ਰੁਪਈਏ ਹਾਂਜੀ ਤੇ ਬਾਅਦ ਦੇ ਵਿੱਚ ਉਹਨੇ ਮੈਨੂੰ ਪੈਸੇ ਦੇਣ ਤੋਂ ਆਨਾਕਾਨੀ ਜੀ ਕੀਤੀ ਓਹੋ ਪਰ ਉਹਨੇ ਮੈਨੂੰ 20 ਰੁਪਏ ਦਿੱਤੇ ਅੱਛਾ ਉਹਨਾਂ 20 ਰੁਪਈਆਂ ਦੇ ਵਿੱਚ ਮੈਂ ਅੱਧੇ ਮੁੱਲ ਦੀਆਂ ਗਾਈਡਾਂ ਲੈ ਕੇ ਆਇਆ ਤੇ ਫਿਰ ਮੈਂ ਆਪਦੀ 9ਵੀਂ ਕਲਾਸ ਪੂਰੀ ਕੀਤੀ ਫਿਰ ਮੈਂ ਤੇ ਮੇਰੀ ਭੈਣ ਇਸੇ ਘਰ ਦੇ ਵਿੱਚ ਆਂਢ ਗੁਆਂਢ ਦੇ ਵਿੱਚੋਂ ਰੱਦੀ ਇਕੱਠੀ ਕਰਕੇ ਲਿਫਾਫੇ ਬਣਾ ਕੇ ਤੇ ਮੈਂ ਸਾਈਕਲ ਤੇ ਲਿਜਾ ਕੇ ਵੇਚਦਾ ਹੁੰਦਾ ਸੀਗਾ ਮੂੰਗਫਲੀਆਂ ਵਾਲੀਆਂ ਰੇਹੜੀਆਂ ਤੇ ਅੱਛਾ ਜੀ 40 ਲਿਫਾਫੇ 1 ਰੁਪਈਆ 80 ਪੈਸੇ ਦੇ ਜਿਹੜੇ ਛੋਟੇ ਹੁੰਦੇ ਆ ਵੱਡਾ ਲਿਫਾਫਾ ਜਿਹੜਾ ਆਹ ਹੁੰਦਾ ਜਿਹ 'ਚ 10-15 ਰੁਪਈਏ ਦੀ ਮੂੰਗਫਲੀ ਪੈਂਦੀ ਆ ਉਹ ਵਿਕਦੇ ਹੁੰਦੇ ਸੀ 40 ਲਿਫਾਫੇ 2 ਰੁਪਈਏ 10 ਪੈਸੇ ਦੇ ਅੱਛਾ ਉਹ ਵੀ ਗਾਲਾਂ ਗੁਲਾਂ ਕੱਢਦੇ ਹੁੰਦੇ ਸੀ ਵੀ ਲਿਫਾਫਾ ਸਹੀ ਨਹੀਂ ਬਣਾਉਂਦਾ ਤੂੰ ਐਂ ਨਹੀਂ ਕਰਦਾ ਆਹ ਨਹੀਂ ਕਰਦਾ ਫਿਰ ਉਸ ਤੋਂ ਬਾਅਦ ਮੈਂ ਜਿਲਦਾਂ ਬੰਨਣ ਦਾ ਕੰਮ ਵੀ ਕਰਦਾ ਰਿਹਾ ਅੱਛਾ ਜਿਹਨੂੰ ਬਾਈਂਡਿੰਗ ਕਹਿੰਦੇ ਆ ਆਪਾਂ ਹਾਂਜੀ ਕੋਈ ਵੀ ਕੰਮ ਮੈਨੂੰ ਬਸ ਮੈਨੂੰ ਇਹ ਹੁੰਦਾ ਸੀ ਵੀ ਯਾਰ ਘਰੇ ਕੋਈ 5-10 ਰੁਪਈਏ ਆ ਜਾਣ ਬਸ ਮੈਨੂੰ 5-10 ਰੁਪਈਏ ਦਿਸਦੇ ਹੁੰਦੇ ਸੀ ਹੋਰ ਕੁਛ ਨਹੀਂ ਕੀ ਬਾਤ ਹੈ ਫਿਰ ਉਸ ਤੋਂ ਬਾਅਦ ਮੈਂ ਅਖਬਾਰਾਂ ਵੰਡਣ ਦਾ ਕੰਮ ਵੀ ਕੀਤਾ ਸਵੇਰੇ ਜਿਹਨੂੰ ਆਪਾਂ ਹਾਕਰ ਕਹਿੰਦੇ ਹਾਂ ਲੋਕਾਂ ਦੇ ਘਰਾਂ ਦੇ ਵਿੱਚ ਅਖਬਾਰਾਂ ਸੁੱਟਣ ਦਾ ਕੰਮ ਵੀ ਕੀਤਾ ਇਹ ਮੈਂ ਤਾਂ ਦੱਸ ਰਿਹਾ ਮੈਂ ਆਮ ਤੌਰ ਦੇ ਉੱਤੇ ਬੰਦਾ ਕੋਈ ਦੱਸਦਾ ਨਹੀਂ ਹੁੰਦਾ ਗੱਲਾਂ ਲਕੋ ਲੈਂਦਾ ਆਪਦੇ ਆਪ ਨੂੰ ਕੋਈ ਬਹੁਤਾ ਸਮਝਦਾ ਹੁੰਦਾ ਕਿ ਮੈਨੂੰ ਕੀ ਲੋੜ ਆ ਪਰ ਮੈਂ ਸੋਚਦਾ ਵੀ ਇਹ ਬਹੁਤ ਚੰਗੇ ਕੰਮ ਮੇਰੇ ਹਿੱਸੇ ਆਏ ਬਿਲਕੁਲ ਠੀਕ ਹੈ ਔਰ ਇਹ ਮੈਨੂੰ ਵੀ ਐਂ ਲੱਗਦਾ ਵੀ ਇਹ ਜਿਹੜੀ ਮਿਹਨਤ ਤੁਸੀਂ ਕੀਤੀ ਹੈ ਕਿਉਂਕਿ ਮਿਹਨਤ ਦਾ ਫਲ ਕਦੀ ਅਜਾਇਆ ਨਹੀਂ ਜਾਂਦਾ ਉਹ ਜ਼ਰੂਰ ਇਨਸਾਨ ਨੂੰ ਕੋਈ ਕਿਸੇ ਨੂੰ ਕੁਝ ਵੀ ਕਵੇ ਮੈਂ ਉਸ ਮਿਲਖਾ ਸਿੰਘ ਦੇ ਪੈਰ ਅੱਜ ਵੀ ਛੋਨਾ ਕੀ ਬਾਤ ਜਿਹਨੇ ਮੈਨੂੰ ਪਹਿਲਾ ਰੋਜ਼ਗਾਰ ਦਿੱਤਾ ਬਹੁਤ ਵਧੀਆ ਜੇ ਉਹ ਮੈਨੂੰ ਕੰਮ ਤੇ ਲਾਉਂਦਾ ਹੀ ਨਾ ਤੇ ਭਾਵੇਂ ਉਹਨੇ ਮੇਰੇ 20 ਰੁਪਏ ਮਾਰ ਲਏ ਤੇ ਭਾਵੇਂ ਮੇਰਾ ਕੁਝ ਵੀ ਹੋ ਗਿਆ ਪਰ ਮੇਰੀਆਂ ਕਿਤਾਬਾਂ ਹੀ ਨਹੀਂ ਸੀ ਆਉਣੀਆਂ ਜੇ ਮੇਰੀਆਂ ਕਿਤਾਬਾਂ ਨਾ
ਪਿੰਡ ਦੇ ਵਿੱਚੋਂ ਮੈਂ ਕਿਤੇ ਵੀ ਹੋਰ ਪੱਤਰਕਾਰਤਾ ਦੇ ਲਈ ਨਾ ਨਿਕਲਦਾ ਤੇ ਮੈਂ ਇੱਥੇ ਹੀ ਹੁੰਦਾ। ਮੈਂ ਕਿਸੇ ਦੀ ਵਰਕਸ਼ਾਪ ਤੇ ਅੱਜ ਲੱਗਿਆ ਹੁੰਦਾ ਜਾਂ ਮੇਰੀ ਕੋਈ ਆਪਣੀ ਦੁਕਾਨ ਅੱਜ ਪਾਈ ਹੁੰਦੀ। ਇਹ ਸਮੇਂ ਦੇ ਹੱਥ ਵਿੱਚ ਬਹੁਤ ਸਾਰੀਆਂ ਗੱਲਾਂ। ਬਿਲਕੁਲ ਠੀਕ ਹੈ, ਆਪਾਂ ਵਕਫੇ ਦਾ ਸਮਾਂ ਹੋ ਗਿਆ, ਇੱਕ ਵਕਫਾ ਲੈ ਲਈਏ। ਉਹ ਦੀ ਹਾਜ਼ਰ ਹੈ ਜੱਜ ਦਾ ਵਿਚਾਰ। ਅੱਛਾ, ਤੁਸੀਂ ਮੈਨੂੰ ਜੋ ਤੁਹਾਡਾ ਅਤੀਤ ਸੀ, ਜਿੱਥੋਂ ਤੁਸੀਂ ਸ਼ੁਰੂਆਤ ਕੀਤੀ, ਉਹਦੇ ਬਾਰੇ ਸਾਰਾ ਕੁਝ ਦੱਸਤਾ। ਤੇ ਪਹਿਲਾਂ ਤਾਂ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ, ਮੈਨੂੰ ਬੜਾ ਚੰਗਾ ਲੱਗ ਰਿਹਾ ਜੀ ਕਿ ਮੈਂ ਤੁਹਾਡੀ ਇੰਟਰਵਿਊ ਕਰ ਰਹੀ ਹਾਂ। ਕਿੱਥੇ ਹਰ ਰੋਜ਼ ਕਮਾਨ ਤੁਹਾਡੇ ਹੱਥ ਵਿੱਚ ਹੁੰਦੀ ਹੈ ਜਦੋਂ ਵੀ ਕੋਈ ਅਦਾਕਾਰ ਕੋਈ ਫਨਕਾਰ ਆਉਂਦਾ, ਤੇ ਤੁਸੀਂ ਉਸ ਕਮਾਨ ਨੂੰ ਸੰਭਾਲਦੇ ਹੋ। ਤੇ ਅੱਜ ਇਹ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਵੀ ਸਾਰਿਆਂ ਦੀ ਇੰਟਰਵਿਊ ਲੈਣ ਵਾਲੇ ਸ਼ਖਸ ਦੀ ਇੰਟਰਵਿਊ ਮੈਂ ਲੈ ਰਹੀ ਹਾਂ, ਹੈ ਨਾ। ਸੋ ਉਸ ਤੋਂ ਬਾਅਦ ਚਲੋ ਆਪਾਂ ਗੱਲ ਵੱਲ ਵੱਧਦੇ ਹਾਂ ਕਿ ਤੁਸੀਂ ਚਲੋ ਪੜ੍ਹਾਈ ਪੂਰੀ ਕਰ ਲਈ, ਉਸ ਵਾਰ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਆਉਣਾ, ਇਹ ਚੇਟਕ ਲੱਗਣੀ, ਇਹ ਕਿਵੇਂ ਲੱਗੀ? ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਇੱਕ ਬੰਦੇ ਦੇ ਘਰ ਦੇ ਮੁਖੀ ਦੇ ਤੁਰ ਜਾਣ ਤੋਂ ਬਾਅਦ ਘਰ ਦੀ ਕੀ ਸਥਿਤੀ ਹੁੰਦੀ ਹੈ, ਉਹ ਇਸ ਘਰ ਦੇ ਵਿੱਚ ਜਿਹੜੀ ਸੁੰਨ ਪਸਰੀ ਹੋਈ ਹੈ ਨਾ, ਇਹਨੂੰ ਵੇਖ ਕੇ ਪਤਾ ਲੱਗ ਜਾਂਦੀ ਹੈ। ਬਿਲਕੁਲ ਠੀਕ ਹੈ। ਜਿੱਥੇ ਅਸੀਂ ਬੈਠੇ ਹਾਂ ਇੱਥੇ ਸਾਡੀਆਂ ਮੱਝਾਂ ਬੈਠੀਆਂ ਹੁੰਦੀਆਂ ਸੀ। ਇਹ ਘਰ ਜਦੋਂ ਮੇਰੇ ਪਿਤਾ ਜੀ 2012 ਦੇ ਵਿੱਚ ਚਲਾਉਣਾ ਕਰ ਗਏ, ਉਸ ਤੋਂ ਬਾਅਦ ਇਹਨੂੰ ਤਾਲਾ ਲਾਉਣਾ ਪੈ ਗਿਆ। ਅਤੇ ਜਿਹੜੇ ਘਰ ਦੇ ਵਿੱਚ ਤੁਸੀਂ ਰਹਿੰਦੇ ਨਹੀਂ, ਉਹ ਤੁਹਾਡਾ ਘਰ ਬੇਸ਼ੱਕ ਹੁੰਦਾ ਪਰ ਉਹਦੇ ਵਿੱਚ ਰੌਣਕ ਨਹੀਂ ਹੁੰਦੀ, ਉਹ ਚ ਖੁਸ਼ਕੀ ਹੁੰਦੀ ਆ। ਹਾਂ, ਚਾਹੇ ਖੁਸ਼ਕੀ ਹੁੰਦੀ ਹੈ ਪਰ ਮਾਯੂਸੀ ਵੀ ਹੁੰਦੀ ਹੈ, ਤੁਸੀਂ ਠੀਕ ਕਹਿ ਰਹੇ ਹੋ, ਕਿਉਂਕਿ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਇੱਕ ਇੱਕ ਕੋਨੇ ਦੇ ਨਾਲ, ਇੱਕ ਇੱਕ ਇੱਟ ਦੇ ਨਾਲ, ਇੱਕ ਇੱਕ ਚੀਜ਼ ਦੇ ਨਾਲ ਤੁਹਾਡੀ ਨਾ ਆਤਮਾ ਜੁੜੀ ਹੁੰਦੀ ਹੈ। ਮੈਂ ਤੁਹਾਨੂੰ ਜਿਹੜੀਆਂ ਦਿਖਾਈਆਂ ਨਾ ਜੀ ਚੀਜ਼ਾਂ, ਹਾਂਜੀ, ਕਿ ਆਹ ਮੈਂ ਪਹਿਲੀ ਜਦੋਂ ਮੈਨੂੰ 700 ਰੁਪਈਆ ਤਨਖਾਹ ਮਿਲੀ ਤੇ ਮੈਂ ਆਪਣੀ ਮਾਂ ਲਈ ਪੀੜੀ ਲੈ ਕੇ ਆਇਆ, ਉਹ ਪੀੜੀ ਵੀ ਸੰਭਾਲੀ ਹੋਈ ਹੈ, ਉਹ ਮਸ਼ਾਲ ਵੀ ਸੰਭਾਲੀ ਹੋਈ ਹੈ। ਹਰ ਚੀਜ਼ ਆ ਜਿਹੜੀ ਨਾ, ਉਹ ਮੇਰੀ ਕੋਸ਼ਿਸ਼ ਆ ਕਿ ਮੈਂ ਆਪਦੀ ਜ਼ਮੀਨ ਨਾਲ ਜੁੜਿਆ ਰਵਾਂ, ਮੈਂ ਆਪਦੀ ਗੁਰਬਤ ਨੂੰ ਕਦੇ ਨਾ ਭੁੱਲਾਂ। ਉਹੀ ਨਾ, ਉਹ ਸਾਰੀਆਂ ਚੀਜ਼ਾਂ, ਮਾਯੂਸੀ ਜ਼ਰੂਰ ਹੈ ਪਰ ਨਾਲ ਦੀ ਨਾਲ ਇੱਕ ਪਿਆਰ ਵੀ ਹੈ ਇਹਨਾਂ ਕੰਧਾਂ ਦੇ ਵਿੱਚ, ਜਿਹੜੀ ਮਤਲਬ ਜੋ ਮੈਨੂੰ ਮਹਿਸੂਸ ਹੋਇਆ ਜਦੋਂ ਮੈਂ ਇਸ ਘਰ ਦੇ ਵਿੱਚ ਕਦਮ ਰੱਖਿਆ, ਤੇ ਉਹ ਪਿਆਰ ਆਪ ਮੁਹਾਰੇ ਤੁਹਾਡੇ ਦਿਲ ਦੇ ਵਿੱਚ ਆਉਂਦਾ, ਹੈ ਨਾ। ਸੋ ਆਪਾਂ ਪੱਤਰਕਾਰਤਾ ਦੀ, ਪੱਤਰਕਾਰਤਾ ਦੇ ਵੱਲ ਨਾ, ਅਸਲ ਦੇ ਵਿੱਚ ਹਰਮਨ ਜੀ ਸਾਡੇ ਦੂਰ ਦੁਰੇਡੇ ਦਾ ਵੀ ਕੋਈ ਸੰਬੰਧ ਨਹੀਂ ਸੀਗਾ। ਸਾਡੇ ਨਾਨਕਿਆਂ ਤੇ ਦਾਦਕਿਆਂ ਦੇ ਵਿੱਚੋਂ ਕਿਸੇ ਨੇ ਮੋਗਾ ਵੀ ਨਹੀਂ ਪਾਰ ਕੀਤਾ ਸੀਗਾ ਜਲੰਧਰ ਤੱਕ ਹੀ ਪਹੁੰਚਣਾ। ਓਏ ਹੋਏ ਹੋਏ, ਅੱਛਾ। ਮੈਂ ਜਦੋਂ 12ਵੀਂ ਕਲਾਸ ਦੇ ਵਿੱਚ ਪੈਰ ਧਰਿਆ ਤਾਂ ਸਮੱਸਿਆ ਫਿਰ ਉਹੀ ਆ ਗਈ ਵੀ ਭਾਈ ਪਿਤਾ ਜੀ ਬਿਮਾਰ ਰਹਿੰਦੇ ਦਮੇ ਦੀ ਬਿਮਾਰੀ ਕਰਕੇ, ਉਹ ਟਰੱਕ ਡਰਾਈਵਰ ਰਹੇ 25 ਸਾਲ, ਅੱਛਾ ਜੀ, ਉਹਨਾਂ ਤੋਂ ਕੰਮ ਨਹੀਂ ਸੀ ਹੁੰਦਾ। ਜਦੋਂ ਆ ਝੋਨੇ ਦਾ ਕਣਕ ਦਾ ਸੀਜ਼ਨ ਆ ਜਾਂਦਾ ਫਿਰ ਤਾਂ ਬਹੁਤ ਮੁਸ਼ਕਿਲ, ਉਸ ਵਕਤ ਤਾਂ ਦਮੇ ਦੀ ਸਮੱਸਿਆ ਹੋਰ ਵੱਧ, ਤੇ ਕਈ ਵਾਰ 10 ਰੁਪਏ ਦੀਆਂ ਪੁੜੀਆਂ ਲੈਣੀਆਂ ਵੀ ਉਹਨਾਂ ਵਾਸਤੇ ਸਾਨੂੰ ਔਖੀਆਂ ਹੁੰਦੀਆਂ ਸੀ। ਓਏ ਹੋਏ, ਮੈਂ ਇੱਕ ਅੱਧੇ ਦਿਨ ਵਾਲਾ ਜਿਹਨੂੰ ਪਾਰਟ ਟਾਈਮ ਕੰਮ ਕਹਿੰਦੇ ਆ ਉਹ ਲੱਭ ਲਿਆ। ਅੱਛਾ ਜੀ। ਉਹ ਸੀ ਇੱਕ ਅਖਬਾਰ ਦੇ ਵਿੱਚ, ਪਾਰਦਰਸ਼ੀ ਅਖਬਾਰ ਹੁੰਦਾ ਸੀ ਫਰੀਦਕੋਟ ਦੇ ਵਿੱਚ ਹਫ਼ਤਾਵਾਰੀ, ਮੇਰਾ ਕੰਮ ਹੁੰਦਾ ਸੀਗਾ ਅਖਬਾਰ ਦੇ ਲਈ ਖਬਰਾਂ ਲੇਖ ਇਕੱਠੇ ਕਰਨੇ, ਟਾਈਪ ਕਰਨੇ, ਜਲੰਧਰੋਂ ਛਪਵਾ ਕੇ ਲਿਆਉਣਾ ਤੇ ਲੋਕਾਂ ਦੇ ਵਿੱਚ ਵੰਡਣਾ। ਠੀਕ ਹੈ। ਉਹਦੇ ਨਾਲ ਮੈਨੂੰ 650 ਰੁਪਈਆ ਮੇਰਾ ਖਿਆਲ ਮਿਲਦਾ ਹੁੰਦਾ ਸੀਗਾ। ਫਿਰ ਉਸ ਤੋਂ ਬਾਅਦ ਮੈਂ ਇੱਕ ਸੁਜਾਤਾ ਅਖਬਾਰ ਹੁੰਦਾ ਸੀਗਾ ਦਰਸ਼ਨ ਅਰੋੜਾ ਹੋਰਾਂ ਦਾ, ਉਹਦੇ ਵਿੱਚ ਕੰਮ ਕੀਤਾ ਕਾਫੀ ਲੰਮਾ ਸਮਾਂ, ਹਫ਼ਤਾਵਾਰੀ। ਫਿਰ ਇੱਕ ਬਲਵਿੰਦਰ ਹਾਲੀ ਹੋਰਾਂ ਦਾ ਝਰੋਖਾ ਅਖਬਾਰ ਹੁੰਦਾ ਸੀ, ਉਹਦੇ ਵਿੱਚ ਕੰਮ ਕੀਤਾ। ਫਿਰ ਹੌਲੀ ਹੌਲੀ ਮੈਨੂੰ ਇਉਂ ਲੱਗਿਆ ਵੀ ਇੱਥੇ ਸਾਡੇ ਸ਼ਹਿਰ ਦੇ ਵਿੱਚ ਰੋਜ਼ਾਨਾ ਅਖਬਾਰਾਂ ਹੈ ਨਹੀਂ, ਮੀਡੀਏ ਦੇ ਉਨੇ ਵੱਡੇ ਸਾਧਨ ਹੈ ਨਹੀਂ। ਮਾਪੇ ਚਾਹੁੰਦੇ ਸੀ ਵੀ ਤੂੰ ਕਿਤੇ ਨਾ ਜਾ, ਤੂੰ ਇਕੱਲਾ ਇਕੱਲਾ ਮੁੰਡਾ, ਪਰ ਮੈਨੂੰ ਮੇਰੇ ਮਿੱਤਰਾਂ ਨੇ ਕਿਹਾ ਵੀ ਤੇਰਾ ਅਸਲ ਟਿਕਾਣਾ ਜਲੰਧਰ ਹੀ ਬਣ ਸਕਦਾ। ਪਰ ਘਰ ਦੇ ਡਰਦੇ ਵੀ ਸੀ, ਡਰ ਉਹਨਾਂ ਦਾ ਵਾਜਬ ਵੀ ਸੀ, ਪੱਲੇ ਕੁਛ ਨਹੀਂ। ਜੇਬ ਦੇ ਵਿੱਚ ਮੇਰੇ ਉਦੋਂ 85 ਰੁਪਈਏ ਸੀ ਜਦੋਂ ਮੈਂ ਜਲੰਧਰ ਵੱਲ ਕੂਚ ਕੀਤਾ। ਅੱਛਾ ਜੀ। ਯਕੀਨ ਮੰਨਿਓ ਵੀ ਮੈਂ ਘੱਟੋ ਘੱਟ 6-7 ਸਾਲ ਅਖਬਾਰਾਂ ਹੀ ਮੇਰਾ ਸਿਰਹਾਣਾ ਹੁੰਦੀਆਂ ਸੀ, ਅਖਬਾਰਾਂ ਹੀ ਮੇਰਾ ਗਦੈਲਾ, ਅਖਬਾਰਾਂ ਹੀ ਮੇਰੀ ਚਾਦਰ। ਮੈਂ ਫੁੱਟਪਾਥਾਂ ਦੇ ਉੱਤੇ ਵੀ ਸੁੱਤਾ, ਮੈਂ ਬੱਸ ਅੱਡੇ ਦੇ ਵਿੱਚ ਜਾ ਕੇ ਸੌਂ ਜਾਣਾ, ਉੱਥੇ ਪੱਖਾ ਤਾਂ ਚੱਲਦਾ ਨਾ, ਚਲੋ ਘੱਟੋ ਘੱਟ। ਇਉਂ ਬੜਾ ਕੁਛ ਕਰਨਾ ਪਿਆ, ਬਹੁਤ ਕੁਛ। ਪਰ ਉਦੋਂ ਫਿਰ ਮੈਂ ਨਵਾਂ ਜ਼ਮਾਨਾ ਅਖਬਾਰ ਦੇ ਵਿੱਚ ਜਦੋਂ ਆ ਗਿਆ, ਕਾਮਰੇਡ ਜਗਜੀਤ ਸਿੰਘ ਆਨੰਦ ਹੋਰਾਂ ਦਾ ਸਾਥ ਮਿਲਿਆ, ਉਹਨਾਂ ਨੇ ਲਿਖਣਾ ਅਤੇ ਬੋਲਣਾ ਸਿਖਾਇਆ। ਸੋ ਇਹ ਜਿਹੜਾ ਪੜਾਅ ਦਰ ਪੜਾਅ ਨਾ, ਇਹ ਬੰਦੇ ਨੂੰ ਸਫ਼ਰ ਤੈਅ ਕਰਨਾ ਚਾਹੀਦਾ। ਸਮਾਂ ਕਿਸੇ ਦਾ ਇੱਕੋ ਜਿਹਾ ਨਹੀਂ ਰਹਿੰਦਾ ਗਾ, ਸਮਾਂ ਜੇ ਅੱਜ ਚੰਗਾ ਕੱਲ੍ਹ ਨੂੰ ਮਾੜਾ ਵੀ ਆ ਜਾਣਾ, ਬਿਲਕੁਲ, ਅੱਜ ਮਾੜਾ ਕੱਲ੍ਹ ਨੂੰ ਚੰਗਾ ਵੀ ਹੋ ਜਾਣਾ। ਬਹੁਤ ਸਾਰੇ ਲੋਕਾਂ ਨੂੰ ਮੈਂ ਇਹੋ ਜਿਹਾ ਨੂੰ ਪੱਤਰਕਾਰਤਾ ਦੇ ਸਫ਼ਰ ਦੇ ਵਿੱਚ ਵਿਚਰਦਿਆਂ ਮਿਲਿਆ, ਜਿਨ੍ਹਾਂ ਤੋਂ ਬੇਹੱਦ ਆਸਾਂ ਸੀ ਪਰ ਉਹ ਹਾਲਾਤ ਦੇ ਮੂਹਰੇ ਝੁੱਕ ਗਏ, ਉਹ ਟੁੱਟ ਗਏ। ਕੋਈ ਨਸ਼ਿਆਂ ਨਾਲ ਜੁੜ ਗਿਆ, ਕੋਈ ਖੁਦਕੁਸ਼ੀ ਕਰ ਗਿਆ, ਕਿਸੇ ਨੇ ਕੋਈ ਅਲਾਮਤ ਸਹੇੜ ਲਈ ਕਿਸੇ ਨੇ ਕੋਈ, ਪਰ ਕੁਦਰਤ ਦੇ ਵੱਲੋਂ ਹੀ ਆ। ਬੰਦਾ ਆਪਦੇ ਵੱਲੋਂ ਕਈ ਵਾਰੀ ਕੁਛ ਨਹੀਂ ਕਰ ਰਿਹਾ ਹੁੰਦਾ, ਤੁਹਾਡੇ ਦਿਮਾਗ ਦੇ ਦਰਵਾਜ਼ੇ ਬੰਦ ਹੋ ਜਾਂਦੇ। ਬਿਲਕੁਲ ਠੀਕ ਹੈ। ਕੁਦਰਤ ਨੇ ਮਾੜੀ ਮੋਟੀ ਹਿੰਮਤ ਦਿੱਤੀ ਤੇ ਤੁਹਾਡੇ ਵਰਗੇ 4 ਸਾਥੀ ਜਾਣਕਾਰ ਜਿਹੜੇ ਉਹ ਨਾਲ ਜੁੜੇ ਹੋਏ ਆ। ਤੇ ਮੈਂ ਤਾਂ ਇਹ ਅੱਗੇ ਕਹਿਣਾ ਹੁੰਦਾ ਵੀ ਜਿਹੜੀ ਪੱਤਰਕਾਰਤਾ ਨਾ,
ਜਾਂ ਕਲਾਕਾਰੀ ਆ ਜਾਂ ਪੱਤਰਕਾਰੀ ਆ ਜਾਂ ਕੋਈ ਵੀ ਕੰਮ ਆ ਜਿਹਦੇ ਵਿੱਚ ਲੋਕ ਤੁਹਾਡੇ ਨਾਲ ਜੁੜਦੇ ਆ, ਬਿਲਕੁਲ ਜੀ, ਇਹ ਤੁਹਾਡੀ ਇੱਕ ਮਜ਼ਦੂਰੀ ਆ। ਹੁਣ ਅਸੀਂ ਰੋਜ਼ੀ ਰੋਟੀ ਲਈ ਸਾਰਾ ਕੁਝ ਕਰਦੇ ਨਾ, ਮੈਂ ਵੀ ਕਰਦਾ, ਤੁਸੀਂ ਵੀ ਕਰਦੇ, ਬਾਕੀ ਵੀ ਕਰਦੇ ਆ, ਬਿਲਕੁਲ। ਇਹ ਤਾਂ ਬੋਨਸ ਦੇ ਵਿੱਚ ਸਾਨੂੰ ਲੋਕ ਪਿਆਰ ਦੇ ਰੂਪ ਦੇ ਵਿੱਚ ਦਿੰਦੇ ਆ ਬਹੁਤ ਕੁਝ, ਤੇ ਉਹਦਾ ਅਸੀਂ ਕੰਮ ਕਰੀਏ, ਅਸੀਂ ਮਜ਼ਦੂਰ ਹਾਂ ਬਸ। ਹਾਂ, ਪਰ ਇਹ ਤੁਹਾਡੀ ਗੱਲ ਬਿਲਕੁਲ ਸੱਚੀ ਹੈ। ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਹਾਂ ਕਿ ਜਦੋਂ ਸੱਚੀ ਨੀਤ ਦੇ ਨਾਲ ਅਤੇ ਸੱਚੀ ਮਿਹਨਤ ਦੇ ਨਾਲ ਬੰਦਾ ਕਿਸੇ ਕੰਮ 'ਚ ਜੁੜ ਜਾਂਦਾ ਤਾਂ ਫਿਰ ਪੂਰੀ ਕਾਇਨਾਤ, ਪੂਰੀ ਕੁਦਰਤ ਵੀ ਉਹਦਾ ਸਾਥ ਦਿੰਦੀ ਹੈ, ਜ਼ਰਾ ਜ਼ਰਾ ਉਹਦੀ ਸਾਥ ਦੇਣ ਦੇ ਵਿੱਚ ਲੱਗ ਜਾਂਦਾ। ਸੋ ਵਾਕਈ ਇਹ ਗੱਲਾਂ ਸੱਚੀਆਂ ਨੇ, ਸਿਆਣੇ ਸੱਚ ਕਹਿੰਦੇ ਨੇ। ਪਰ ਤੁਸੀਂ ਅੱਜ ਇੱਥੋਂ ਤੱਕ ਪਹੁੰਚੇ ਹੋ, ਇਹਦੇ ਲਈ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ, ਅਤੇ ਇਹ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਤੁਹਾਡੇ ਨਾਲ ਬੈਠ ਕੇ ਹਰ ਰੋਜ਼ ਪ੍ਰੋਗਰਾਮ ਦੀ ਪੇਸ਼ਕਾਰੀ ਕਰਦੀ ਹਾਂ। ਤੁਹਾਡੇ ਕਰਕੇ ਬਹੁਤ ਸਾਰੇ ਲੋਕ ਮੈਨੂੰ ਜਾਣਨ ਲੱਗੇ। ਨਹੀਂ ਨਹੀਂ, ਚਲੋ ਦੇਖੋ, ਹਰ ਬੰਦੇ ਦਾ ਆਪਣਾ ਪ੍ਰਭਾਵ ਆ, ਹਰ ਇਨਸਾਨ ਦਾ ਆਪਣਾ ਪ੍ਰਭਾਵ ਆ। ਹਰ ਬੰਦਾ ਆਪਣੇ ਵੱਲੋਂ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ। ਤੁਹਾਡੇ ਦੁਰਚਿੰਤਕ ਵੀ ਹੁੰਦੇ ਆ, ਤੁਹਾਡੇ ਸ਼ੁਭ ਚਿੰਤਕ ਵੀ ਹੁੰਦੇ ਆ। ਬਸ ਨੱਕ ਦੀ ਸੇਧ ਨੂੰ ਲੱਗੇ ਰਹਿਣਾ ਚਾਹੀਦਾ, ਬਿਲਕੁਲ ਠੀਕ ਹੈ। ਇੱਕ ਨਾ ਇੱਕ ਦਿਨ ਤੁਹਾਡੀ ਗੱਲ ਬਣ ਜਾਂਦੀ ਹੈ, ਬਿਲਕੁਲ। ਤੁਸੀਂ ਪਛਾਣ ਵੱਲ ਝਾਤ ਮਾਰ ਕੇ ਦੇਖੋ, ਹਾਂਜੀ, ਕਈ ਕਲਾਕਾਰਾਂ ਵੱਲ, ਕਈ ਰਾਜਨੀਤਿਕ ਲੋਕਾਂ ਦੇ ਵੱਲ, ਕਈ ਪੱਤਰਕਾਰਾਂ ਦੇ ਵੱਲ, ਕਈ ਲਿਖਾਰੀਆਂ ਦੇ ਵੱਲ, ਉਹਨਾਂ ਦਾ ਇੱਕ ਨਾ ਇੱਕ ਦਿਨ ਸੁਪਨਾ ਜ਼ਰੂਰ ਪੂਰਾ ਹੋਇਆ, ਬਿਲਕੁਲ ਠੀਕ। ਮੈਂ ਇਹ ਗੱਲ ਇਸ ਕਰਕੇ ਕਹਿਣਾ ਵੀ ਜਿਹੜੇ ਸੱਜਣ ਸਾਡੇ ਢੇਰੀ ਢਾਈ ਬੈਠੇ ਕਿਸੇ ਵੀ ਕਾਰਨ ਕਰਕੇ, ਉਹ ਮੇਰੇ ਵੱਲ ਮਾੜਾ ਮੋਟਾ ਦੇਖ ਲਿਆ ਕਰਨ। ਜਿਹੜੀ ਮੈਂ ਗੱਲ ਕਹੀ ਆ ਨਾ ਵੀ ਮੈਂ ਇਹ ਦਾਅਵੇ ਨਾਲ ਕਹਿਣਾ ਵੀ ਮੇਰੇ ਨਾਲੋਂ ਮਾੜੇ ਦਿਨ ਨਹੀਂ ਦੇਖੇ ਹੋਣੇ, ਬਿਲਕੁਲ ਠੀਕ ਹੈ। ਉਹ ਮਾੜੇ ਦਿਨ ਜਦੋਂ ਮੈਨੂੰ ਜਲੰਧਰ ਦੇ ਵਿੱਚ ਤਿੰਨ ਤਿੰਨ ਦਿਨ ਭੁੱਖੇ ਵੀ ਰਹਿਣਾ ਪਿਆ, ਕਿਉਂਕਿ ਜੇਬ 'ਚ 85 ਰੁਪਈਏ ਆ, ਮਹੀਨੇ ਬਾਅਦ ਤੁਹਾਨੂੰ 2200 ਰੁਪਈਆ ਤਨਖਾਹ ਮਿਲਣੀ ਹੈ, ਤੇ ਜੇ ਤੁਹਾਡੇ 85 ਲੱਗ ਗਏ ਤਾਂ 30 ਰਨ ਕਿਵੇਂ ਕੱਢਣੇ ਆ, ਬਿਲਕੁਲ ਠੀਕ ਹੈ। ਮੈਂ ਲੋਕਾਂ ਦੇ ਘਰੇ ਵੀ ਉਸ ਵੇਲੇ ਜਾਣਾ ਜਦੋਂ ਉਹ ਰੋਟੀ ਬਣਾਉਂਦੇ ਹੋਣ, ਤੇ ਜੇ ਮੈਨੂੰ ਪੁੱਛ ਲੈਣ ਤਾਂ ਮੈਂ ਕਹਾਂ ਹਾਂ ਖਾ ਲੂੰਗਾ। ਜੇ ਤੁਸੀਂ ਮੈਂ ਇਹੋ ਜਿਹੇ ਹਾਲਾਤ ਹੰਢਾ ਸਕਦਾ ਤਾਂ ਮੇਰਾ ਖਿਆਲ ਆ ਵੀ ਕੋਈ ਵੀ ਹੰਢਾ ਸਕਦਾ। ਬਿਲਕੁਲ ਸਹੀ ਆ, ਹਮੇਸ਼ਾ ਡਟੇ ਰਹੋ, ਮਿਹਨਤ ਕਰਦੇ ਰਹੋ, ਫਲ ਜ਼ਰੂਰ ਮਿਲਦਾ। ਸੋ ਆਪਾਂ ਤੁਹਾਡਾ ਪਿੰਡ ਵੀ ਵੇਖ ਲਿਆ, ਆਪਾਂ ਸੱਥ ਵੀ ਵੇਖ ਲਈ, ਸਕੂਲ ਵੀ ਵੇਖ ਲਿਆ, ਤੁਹਾਡਾ ਘਰ ਵੀ ਵੇਖ ਲਿਆ, ਤੁਹਾਡੇ ਖੇਤ ਰਹਿ ਗਏ, ਖੇਤ ਵੀ ਦੇਖ ਲੈਂਦੇ ਹਾਂ, ਇੱਕ ਗੇੜਾ ਖੇਤ। ਦੇਖੋ ਜੀ, ਸਾਡੇ ਥੋੜੀ ਜਿਹੀ ਜ਼ਮੀਨ ਆ, ਹਾਂਜੀ, ਇਸ ਗੱਲ ਦੀ ਮੈਨੂੰ ਬੜੀ ਤਸੱਲੀ ਹੈ ਕਿ ਅਸੀਂ ਜ਼ਮੀਨ ਘਟਾਈ ਨਹੀਂ, ਭਾਵੇਂ ਕਿ ਅਸੀਂ ਵਧਾਈ ਨਹੀਂ, ਪਰ ਉਨੀ ਤਾਂ ਹੈ ਨਾ, ਹੈ ਨਹੀਂ ਗੇ, ਹਾਂਜੀ, ਵੀ ਅਸੀਂ ਕਿੱਲਿਆਂ ਦੇ ਕਿੱਲੇ ਖਰੀਦ ਗਏ, ਤੇ ਪਰ ਇਹ ਆ ਵੀ ਮੈਂ ਆਪਣੇ ਪਿਤਾ ਜੀ ਦੇ ਨਾਲ ਵਾਅਦਾ ਕੀਤਾ ਸੀਗਾ ਵੀ ਮੈਂ ਬਣਾ ਭਾਵੇਂ ਨਾ ਸਕਾਂ ਪਰ ਆਪਣੀ ਕਿਸੇ ਮਾੜੀ ਆਦਤ ਦੇ ਕਰਕੇ ਘਟਾਉਂਦਾ ਬਿਲਕੁਲ ਨਹੀਂ। ਵਾਹ, ਤੇ ਅੱਜ ਆਪਾਂ ਤੁਹਾਨੂੰ ਉਹ ਛੋਟਾ ਜਿਹਾ ਖੇਤ ਜ਼ਰੂਰ ਦਿਖਾਉਣਾ। ਚਲੋ ਫਿਰ, ਚਲੀਏ। ਉਹ ਆਦੀ ਹਾਜ਼ਰ ਹੈ ਜੱਜ ਦਾ ਵਿਚਾਰ। ਸਹੀ ਸੀ, ਦੱਸੋ ਵੀ ਸਾਡਾ ਪਿੰਡ ਤੁਹਾਨੂੰ ਲੱਗਿਆ ਕਿਵੇਂ? ਬਹੁਤ ਵਧੀਆ। ਨਹੀਂ, ਇੱਕ ਤਾਂ ਹੁੰਦਾ ਨਾ ਬਹੁਤ ਵਧੀਆ, ਉਦਾਂ ਹੀ ਵੀ ਚਲੋ ਅਸੀਂ ਕੋਲੇ ਖੜੇ ਆ, ਇੱਕ ਹੁੰਦਾ ਵੀ ਸੱਚੀ ਮੁੱਚੀ ਜੋ ਮਨ ਦੇ ਵਲਵਲੇ ਆ। ਦੇਖੋ, ਅਸਲ ਦੇ ਵਿੱਚ ਗੱਲ ਇਹ ਹੈ ਵੀ ਇਹ ਪਿੰਡ ਮਾਡਰਨ ਪਿੰਡ ਵੀ ਹੈ ਤੇ ਆਧੁਨਿਕ ਪਿੰਡ ਵੀ ਹੈ, ਤੇ ਜਿਵੇਂ ਦੇ ਪੁਰਾਣੇ ਪਿੰਡ ਹੁੰਦੇ ਸੀ ਉਹੋ ਜਿਹਾ ਪਿੰਡ ਵੀ ਹੈ। ਕਿਉਂਕਿ ਜੇ ਮੈਂ ਦੁਆਬੇ ਦੀ ਗੱਲ ਕਰਾਂ ਜਾਂ ਆਪਣੇ ਪਿੰਡਾਂ ਦੀ ਗੱਲ ਕਰਾਂ ਤਾਂ ਉੱਧਰ ਹੁਣ ਇੰਨੀ ਖੁੱਲ੍ਹੀ ਜ਼ਮੀਨ ਹੈ ਨਾ, ਅਤੇ ਇੱਦਾਂ ਦਾ ਜਿਹੜਾ ਭਾਈਚਾਰਾ ਹੈ, ਪੇਂਡੂ ਭਾਈਚਾਰਾ ਹੈ, ਜਾਂ ਜਿਹੜਾ ਪਿਆਰ ਲੋਕਾਂ ਦੇ ਵਿੱਚ ਮੈਂ ਇੱਥੇ ਵੇਖਿਆ, ਅਤੇ ਮਾਡਰਨ ਮੈਂ ਇਸ ਲਈ ਕਹਿ ਰਹੀ ਹਾਂ, ਆਧੁਨਿਕ ਇਸ ਲਈ ਕਹਿ ਰਹੀ ਹਾਂ ਵੀ ਜਿਵੇਂ ਜਿਵੇਂ ਦੀਆਂ ਸੋਹਣੀਆਂ ਕੋਠੀਆਂ ਘਰ ਪਾਏ ਹੋਏ ਨੇ, ਲੋਕਾਂ ਦਾ ਰਹਿਣ ਸਹਿਣ, ਉਹਨਾਂ ਦੇ ਕੱਪੜੇ, ਉਹਨਾਂ ਦਾ ਨਾ ਬਹਿਣਾ ਉੱਠਣਾ, ਉਹ ਸਾਰਾ ਕੁਛ ਤੋਂ ਮੈਂ ਇਸ ਲਈ ਕਹਿ ਰਹੀ ਵੀ ਬਰਾਬਰ ਆ। ਦੁਆਬਾ ਤੇ ਮਾਲਵਾ ਜੇਕਰ ਇਹਨਾਂ ਦਾ ਆਪਾਂ ਤੁਲਨਾਤਮਕ ਅਧਿਐਨ ਕਰਦੇ ਹਾਂ ਨਾ, ਦੁਆਬੇ ਦੇ ਵਿੱਚ ਆਧੁਨਿਕਤਾ ਸਭ ਤੋਂ ਪਹਿਲਾਂ ਆਉਂਦੀ ਹੈ। ਉਹਦਾ ਕਾਰਨ ਇਹ ਆ ਵੀ ਤੁਹਾਡੀ ਜਿਹੜੀ ਹੈ NRI ਬੈਲਟ ਆਪਾਂ ਕਹਿ ਦਿੰਦੇ ਹਾਂ ਵੀ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਪੰਜਾਬੀ ਆ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਗਏ ਆ, ਉਸ ਪੈਸੇ ਦੇ ਨਾਲ ਕਈ ਕੁਛ ਉੱਥੇ ਤਬਦੀਲੀਆਂ ਹੋਈਆਂ। ਮਾਲਵੇ ਦੇ ਵਿੱਚ ਉਹ ਸਹੂਲਤਾਂ ਹਾਲੇ ਤੱਕ ਘੱਟ ਆ ਦੁਆਬੇ ਦੇ ਮੁਕਾਬਲੇ, ਪਰ ਫਿਰ ਵੀ ਮਾਲਵੇ ਦੀ ਆਪਣੀ ਅਹਿਮੀਅਤ ਆ। ਮਾਲਵੇ ਦੇ ਸਾਹਿਤਕਾਰ, ਮਾਲਵੇ ਦੇ ਕਲਾਕਾਰ, ਮਾਲਵੇ ਦੇ ਹੋਰ ਜਿਹੜੇ ਫਨਕਾਰ ਆ ਉਹਨਾਂ ਦਾ ਵੱਖਰਾ ਸਥਾਨ ਹੈਗਾ,
ਇਹ ਜਿਹੜੀ ਆਪਾਂ ਜਗ੍ਹਾ ਨਾ ਅਸਲ ਦੇ ਵਿੱਚ ਤੁਸੀਂ ਬਾਕੀ ਥਾਵਾਂ ਤਾਂ ਆਪਣੀ ਮਰਜ਼ੀ ਦੇ ਨਾਲ ਦੇਖੀਆਂ ਅਤੇ ਮੈਨੂੰ ਨਾਲ ਲੈ ਕੇ ਗਏ, ਪਰ ਮੇਰਾ ਦਿਲ ਕਰਦਾ ਸੀ ਕਿ ਖੇਤ ਆ ਜਿਹੜਾ ਸਾਡਾ ਉਹ ਵੀ ਦੇਖੀਏ। ਅਤੇ ਜਿਹੜੀ ਤੁਸੀਂ ਭਾਈਚਾਰੇ ਦੀ ਗੱਲ ਕਹੀ ਉਹ ਅਸਲ ਦੇ ਵਿੱਚ ਤੁਸੀਂ ਦੇਖ ਹੀ ਲਿਆ, ਅਤੇ ਮੈਨੂੰ ਵੀ ਚੰਗਾ ਲੱਗਾ ਵੀ ਗੁਰਦੁਆਰਾ ਸਾਹਿਬ ਦਾ ਲੈਂਟਰ ਆ ਜਿਹੜਾ ਉਹ ਪੈ ਰਿਹਾ, ਅਤੇ ਜਿੰਨੇ ਵੀ ਲੋਕ ਸੀ ਉੱਥੇ ਉਹ ਕੋਈ ਮਜ਼ਦੂਰ ਨਹੀਂ ਸੀਗਾ, ਕੋਈ ਪੈਸਿਆਂ ਦੇ ਨਾਲ ਨਹੀਂ ਸੀ ਆਏ, ਉਹ ਸਾਰੇ ਪਿੰਡ ਦੇ ਲੋਕ ਹੀ ਆ ਜਿਹੜੇ ਲੈਂਟਰ ਪਾ ਰਹੇ। ਬਿਲਕੁਲ ਠੀਕ। ਇਸ ਕਰਕੇ ਇਹ ਸਾਡੇ ਪਿੰਡ ਦੀ ਏਕਤਾ ਦਾ ਪ੍ਰਗਟਾਵਾ ਕਰਨ ਵਾਲੀ ਗੱਲ। ਅੱਛੀ ਚੀਜ਼ ਇਹ ਸੀ ਕਿ ਮੈਂ ਜਦੋਂ ਇਸ ਪਿੰਡ ਦੇ ਵਿੱਚ ਆਪਣੀ ਟੀਮ ਦੇ ਨਾਲ ਆਈ ਤੇ ਸ਼ੁਰੂਆਤ ਤੋਂ ਹੀ ਲੋਕਾਂ ਦਾ ਸਹਿਯੋਗ ਮਿਲਿਆ, ਤੇ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਸੀ ਜਿਹਨੇ ਇਹ ਨਾ ਕਿਹਾ ਹੋਏ ਵੀ ਆਜੋ ਤੁਹਾਨੂੰ ਰੋਟੀ ਪਾਣੀ ਖਵਾਉਣੇ ਆ, ਚਾਹ ਪਾਣੀ ਪੀ ਕੇ ਜਾਇਓ। ਹਨਾ, ਇਹ ਮੇਰੇ ਪਿੰਡ ਦੀ ਵਿਲੱਖਣਤਾ, ਵਾਕਈ ਖੁਸ਼ੀ ਮੇਰੇ ਪਿੰਡ ਦੇ ਚੰਗੇ ਲੋਕਾਂ ਦੀ ਗੱਲ। ਵਾਹ, ਬਹੁਤ ਸੋਹਣੇ ਲੋਕ। ਜੇਕਰ ਉਹ ਚੰਗੇ ਆ ਤਾਂ ਮੈਨੂੰ ਚੰਗਾ ਸਮਝਦੇ ਆ, ਤੇ ਨਹੀਂ ਤਾਂ ਮੇਰੇ ਵਿੱਚ ਕੁਛ ਨਹੀਂਗਾ। ਪਰ ਇਹ ਜਿਹੜੇ ਖੇਤਾਂ ਨੂੰ ਤੁਸੀਂ ਦੇਖ ਰਹੇ ਹੋ, ਜਿਹੜੀ ਇਹ ਹਵਾ ਚੱਲ ਰਹੀ ਹੈ, ਧੁੱਪ ਵੀ ਆ, ਖੇਤ ਵੀ ਆ, ਵਾਢੀਆਂ ਹੋ ਚੁੱਕੀਆਂ, ਆ ਤੂੜੀ ਦੇ ਢੇਰ ਦੇਖ ਰਹੇ ਹੋ, ਇਹ ਨਾ ਜਿਹੜੀ ਸਾਹਮਣੇ ਆ ਇਹ ਸਾਡੀ ਜ਼ਮੀਨ ਆ, ਛੋਟਾ ਜਿਹਾ ਖੇਤ ਆ ਜਿਹੜਾ 1 ਕਿੱਲੇ ਦਾ, ਇਹ ਸਾਡਾ ਦਾਦਿਆਂ ਪੜਦਾਦਿਆਂ ਤੋਂ ਇੰਨਾ ਕੁ ਚੱਲਿਆ ਆ ਰਿਹਾ, ਤੇ ਇਹਨੂੰ ਦੇਖ ਕੇ ਮੈਨੂੰ ਚੰਗਾ ਲੱਗਦਾ, ਕਿਉਂਕਿ ਪਿੰਡ ਦੇ ਨਾਲ ਸੰਬੰਧਿਤ ਹੋਣ ਕਰਕੇ ਇਸ ਖੇਤ ਨੂੰ ਦੇਖ ਕੇ ਜਾਂਦਾ ਮੈਂ ਵੀ ਕਿਵੇਂ ਆ, ਜਿਹਨੂੰ ਅਸੀਂ ਠੇਕੇ 'ਤੇ ਜ਼ਮੀਨ ਦਿੰਦੇ ਹਾਂ ਉਹਨੇ ਕਿੰਨੀ ਕੁ ਵਾਹੀ ਆ, ਇੱਥੇ ਕੀ ਬੀਜਿਆ, ਸਾਡਾ ਸਫਾਈਦਾ ਕਿਵੇਂ ਆ, ਸਾਡੀ ਬੇਰੀ ਕਿਵੇਂ ਆ। ਦੇਖੋ ਮੈਂ ਨਾ ਇੱਕ ਚੀਜ਼ ਹਮੇਸ਼ਾ, ਹਾਲਾਂਕਿ ਜੇ ਮੈਂ ਆਪਣੇ ਜੱਦੀ ਪਿੰਡ ਦੀ ਗੱਲ ਕਰਾਂ, ਮੇਰਾ ਉੱਥੇ ਆਉਣ ਜਾਣ ਬਹੁਤ ਘੱਟ ਰਿਹਾ, ਕਿਉਂਕਿ 1945 ਤੋਂ ਹੀ ਅਸੀਂ ਜਲੰਧਰ ਦੇ ਵਿੱਚ ਰਹਿਣਾ ਸ਼ੁਰੂ ਕਰਤਾ, ਪਰ ਤਾਂ ਵੀ ਉਸ ਪਿੰਡ ਦੇ ਵਿੱਚ ਜਦੋਂ ਮੈਂ ਜਾਂਦੀ ਹਾਂ ਤੇ ਚਾਹੇ ਸਾਰੇ ਖੇਤ ਇੱਕੋ ਜਿਹੇ ਲੱਗਦੇ ਨੇ ਵੇਖਣ ਨੂੰ, ਹੈ ਨਾ, ਹੋ ਸਕਦਾ ਆਪਣਾ ਅੱਡਰਾ ਲੱਗਦਾ, ਹਾਂ ਆਪਣਾ ਜਿਹੜਾ ਹੈ ਉੱਥੇ ਜਾ ਕੇ ਇੱਕ ਮਨ ਨੂੰ ਜਿਹੜਾ ਸਕੂਨ, ਇੱਕ ਹਵਾ ਦੀ ਖੁਸ਼ਬੂ, ਇੱਕ ਜਿਹੜੀ ਮਹਿਕ ਆਉਂਦੀ ਹੈ, ਜਿਹੜਾ ਪਿਆਰ ਅੰਦਰ ਫੁੱਟਦਾ ਹੈ ਨਾ, ਉਹ ਵੱਖਰਾ ਹੀ ਹੁੰਦਾ। ਤੁਹਾਨੂੰ ਮਿੱਟੀ ਖਿੱਚਦੀ ਹੈ ਅਸਲ ਦੇ ਵਿੱਚ ਨਾ, ਜਿਹੜੀ ਗੁਰਤਾ ਖਿੱਚ ਤੁਹਾਡੀ ਮਿੱਟੀ ਦੇ ਵਿੱਚ ਹੈ ਨਾ, ਉਹ ਕਿਤੇ ਹੋਰ ਹੈ ਨਹੀਂ। ਬੰਦਾ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਵੀ ਇਹ ਉਹ ਕਰਮਾਂ ਵਾਲੀ ਮਿੱਟੀ ਹੈ ਜਿੱਥੇ ਕਦੀ ਮੇਰੇ ਪੜਦਾਦੇ ਨੇ ਪੈਰ ਰੱਖੇ ਸੀ, ਫਿਰ ਦਾਦੇ ਨੇ ਰੱਖੇ, ਫਿਰ ਮੇਰੇ ਪਿਓ ਨੇ ਰੱਖੇ, ਅੱਜ ਮੈਂ ਰੱਖੇ ਨੇ। ਮੈਨੂੰ ਹੁਣ ਮਿੱਟੀ ਸਾਰਾ ਕੁਝ, ਮੈਨੂੰ ਪਿੰਡ ਦੇ ਲੋਕ ਦੱਸਦੇ ਹੁੰਦੇ ਆ ਵੀ ਇਸ ਥਾਂ ਦੇ ਉੱਤੇ ਤੁਹਾਡੇ ਬਹੁਤ ਵੱਡੇ ਵੱਡੇ ਬਾਗ ਹੁੰਦੇ ਸੀ, ਹਾਂਜੀ, ਤੇਰੇ ਦਾਦੇ ਵੇਲੇ, ਪੜਦਾਦੇ ਵੇਲੇ। ਹਾਲਾਤ ਬਦਲੇ, ਸਮਾਂ ਬਦਲਿਆ, ਕਈ ਕਾਰਨ ਹੋ ਜਾਂਦੇ ਜ਼ਿੰਦਗੀ ਦੇ ਵਿੱਚ, ਹਾਂਜੀ, ਤੇ ਜ਼ਮੀਨਾਂ ਸੁੰਗੜਦੀਆਂ ਜਾਂਦੀਆਂ, ਫਿਰ ਲੋੜਾਂ ਵੱਧਦੀਆਂ ਜਾਂਦੀਆਂ, ਫਿਰ ਤੁਹਾਨੂੰ ਰੋਜ਼ੀ ਰੋਟੀ ਦੇ ਲਈ ਘਰੋਂ ਦੂਰ ਜਾਣਾ ਪੈਂਦਾ, ਫਿਰ ਪ੍ਰਵਾਸ ਕਰਨਾ ਪੈਂਦਾ, ਹਾਂਜੀ, ਜਿਹਦੇ ਕਰਕੇ ਤੁਹਾਡੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਛੁੱਟ ਜਾਂਦੀਆਂ। ਪਰ ਉਹਨਾਂ ਚੀਜ਼ਾਂ ਤੇ ਆ ਕੇ, ਉਹਨਾਂ ਚੀਜ਼ਾਂ ਨੂੰ ਦੇਖ ਕੇ ਤੁਹਾਡਾ ਮਨ ਆ ਜਿਹੜਾ ਸਵਾਦ ਗੜੂੰਦ ਹੋ ਜਾਂਦਾ। ਵਾਕਈ ਹੋ ਗਿਆ, ਤੇ ਅੱਜ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ, ਤੁਹਾਡੇ ਕਰਕੇ ਟਹਿਣੇ ਦੀ ਧਰਤੀ ਤੇ ਅਸੀਂ ਪੈਰ ਰੱਖੇ। ਨਹੀਂ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪਿੰਡ ਦੇ ਵਿੱਚ ਆਏ, ਤੇ ਮੈਂ ਤਾਂ ਪਿੰਡ ਆਉਂਦਾ ਰਹਿਣਾ, ਹਾਂਜੀ, ਤੁਸੀਂ ਉਚੇਚਾ ਧਿਆਨ ਦਿੱਤਾ ਕਿ ਆਪਾਂ ਜੀ 500 ਕਿਸ਼ਤ ਆ ਜਿਹੜੀ ਉਦੋਂ ਪੂਰਾ ਕਰ ਰਹੇ ਹਾਂ ਜਦੋਂ, ਤੇ ਪਿੰਡ ਟਹਿਣੇ 'ਚ ਕਰਗੇ। ਰਿਣੀ, ਮੈਂ ਤੁਹਾਡਾ ਸਭ ਤੋਂ ਵੱਧ ਆ ਤੇ ਸਮੁੱਚੀ ਟੀਮ ਦਾ। ਥੈਂਕ ਯੂ ਜੀ। ਤੇ ਨਾਲ ਦੀ ਨਾਲ ਹੀ ਆਪਾਂ ਇੱਕ ਵਾਰ ਦਰਸ਼ਕਾਂ ਦਾ ਵੀ ਸ਼ੁਕਰੀਆ ਕਰ ਦਈਏ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ, ਇੰਨੀ ਮੁਹੱਬਤ ਦਿੱਤੀ ਹੈ ਕਿ ਚੱਜ ਦੇ ਵਿਚਾਰ ਦੇ 500 ਐਪੀਸੋਡਸ ਪੂਰੇ ਹੋ ਚੁੱਕੇ ਨੇ। ਇੰਨਾ ਲੰਬਾ ਸਫ਼ਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਤੈਅ ਕਰ ਲਿਆ, ਇੰਨੀ ਪਿਆਰ ਮੁਹੱਬਤ ਤੁਸੀਂ ਦਿੱਤਾ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਵਕਤ ਕਦੋਂ ਗੁਜ਼ਰ ਗਿਆ। ਬਿਲਕੁਲ। ਅਤੇ ਪ੍ਰਾਈਮ ਏਸ਼ੀਆ ਟੀਵੀ ਨੂੰ ਵੀ ਇਸੇ ਤਰੀਕੇ ਨਾਲ ਤੁਸੀਂ ਪਿਆਰ ਦੇ ਰਹੇ ਹੋ, ਜਿਹਦੇ ਲਈ ਅਸੀਂ ਤੁਹਾਡੇ ਦਿਲੋਂ ਧੰਨਵਾਦੀ ਹਾਂ। ਅਤੇ ਆਸ ਉਮੀਦ ਕਰਦੇ ਹਾਂ ਕਿ ਮੈਂ ਫਿਰ ਆਸ ਉਮੀਦ ਦੋਵੇਂ ਕਹਿੰਦੇ, ਚਲੋ ਕੋਈ ਗੱਲ ਨਹੀਂ, ਅੱਜ ਤੁਹਾਨੂੰ ਮਾਫ਼ ਆ। ਹਾਂ, ਮੈਂ ਉਮੀਦ ਕਰਦੀ ਹਾਂ ਇਸੇ ਤਰੀਕੇ ਨਾਲ ਤੁਸੀਂ ਪਿਆਰ ਸਾਨੂੰ ਦਿੰਦੇ ਰਹੋਗੇ, ਤੇ ਹਲੇ ਅਸੀਂ ਪਤਾ ਨਹੀਂ 5000 ਤੇ 5 ਲੱਖ ਤੇ ਪਤਾ ਨਹੀਂ ਕਿੰਨਾ ਲੰਬਾ ਸਫ਼ਰ ਤੈਅ ਕਰਨਾ ਸਿਰਫ ਤੁਹਾਡੇ ਪਿਆਰ ਦਾ ਕਰਕੇ। ਸਿਰਫ ਜੇ ਤੁਹਾਡਾ ਸਾਥ ਮਿਲੇਗਾ ਤਾਂ ਹੀ ਇਹ ਸੰਭਵ ਹੋ ਪਾਏਗਾ। ਸੋ ਫਿਲਹਾਲ ਦੇ ਲਈ ਆਪਾਂ ਹੁਣ ਵਾਪਸੀ ਦੇ ਪਾਈਏ ਚੱਲ। ਬਿਲਕੁਲ। ਚਲੋ ਜੀ, ਅਸੀਂ ਹੁਣ ਚੱਲਦੇ ਹਾਂ। ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਪਹੁੰਚਾਇਓ, ਵਟਸਐਪ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ ਜਾਂ ਫਿਰ ਯੂਟਿਊਬ 'ਤੇ ਜਾ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅਤੇ ਫਿਲਹਾਲ ਦੇ ਲਈ ਸਾਨੂੰ ਦੋਵਾਂ ਦਿਓ ਇਜਾਜ਼ਤ। ਟਹਿਣੇ ਪਿੰਡ ਤੋਂ ਅਸੀਂ ਹੁਣ ਵਾਪਸ ਚੱਲੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।